दुश्मनी करो, जम के करो, पर अगर ख्याल इतना रहे कि फिर से दोस्त बन जाए तो शर्मिंदा। सीधा सीधा टारगेट सुखपाल खेरा नूं कीता, ते सुखपाल खेरा भी अगों अग दा गोला है, ਉਹ ਵੀ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਬਰਦਾਸ਼ਤ ਕਰਨ ਵਾਲਾ ਨਹੀਂ ਹੈ। ਸੁਖਪਾਲ ਖਹਿਰਾ ਇੰਨਾ ਝੋਕੇ ਨਹੀਂ ਚੱਲਣ ਵਾਲਾ, ਉਹਦੇ ਜੁੱਤੀ ਵਰਗੇ ਨਹੀਂ ਹੈ ਕੋਈ ਵੀ, ਜਿੰਨੇ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਨੂੰ ਲੱਖਾਂ ਰੁਪਇਆ ਦਿੱਤਾ ਇਕੱਠਾ ਕਰ ਕਰਕੇ, ਅੱਜ ਭਗਵਾਨ ਉੱਤੇ ਕਹਿੰਦੀ ਵੀ ਇਹਨੂੰ ਲੱਖਾਂ ਤਾਂ ਨੂੰ ਕਰਦਾ ਆ, ਏਦਾਂ ਨਹੀਂ ਗੱਲ ਬਣਨੀ। ਇਹ ਨਾ ਸੋਚੇ ਵੀ ਆਪ ਮੈਂ ਮੁਕੇਸ਼ ਜੀ ਵਾਲ ਨੂੰ ਅਸੀਂ ਵਧਾਈਆਂ ਦਿੰਦੇ ਹਾਂ ਮੰਤਰੀ ਬਣ ਗਿਆ, ਇਹ ਨਾ ਸੋਚੇ ਵੀ ਆਪ ਇਹ ਮੁੱਖ ਮੰਤਰੀ ਬਣ ਗਏ ਪੰਜਾਬ ਦੇ ਵਿੱਚ। ਪਹਿਲਾਂ ਆਪਣੇ ਖੜਾ ਹੋ ਕੇ ਦੇਖੇ, ਇਹਦੇ ਅੱਜ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਜਵਾਬ ਨਹੀਂ ਦੇ ਸਕਿਆ ਸੀ। ਆਪੋਜੀਸ਼ਨ ਦੇ ਨਾਲ ਇੱਕ ਹੋਰ ਤੀਸਰਾ ਧਿਰ ਅਗਰ ਬਣਿਆ ਰਹਿੰਦਾ ਨਾ, ਪ੍ਰੈਸ਼ਰ ਬਣੇਗਾ ਦੋਨਾਂ 'ਤੇ, ਨਹੀਂ ਤਾਂ 75-25 ਤਾਂ ਗੱਲਾਂ ਕਲੀਅਰ ਹੀ ਨੇ ਨਾ। ਜੋ ਸਿਸਟਮ ਚੱਲ ਰਿਹਾ ਅਤੇ ਉਹ ਤਾਂ 2022 'ਚ ਅਕਾਲੀ ਮਾਰੋ ਮਾਰ ਕਰਦੇ ਆਉਂਦੇ ਆ, ਭਾਜਪਾ ਆ ਰਹੀ ਹੈ ਨਾਲ। ਕੈਪਟਨ ਨੇ ਕਾਂਗਰਸ ਨੂੰ ਇੰਨਾ ਕੁ ਉਜਾੜ ਕੇ ਜਾਣਾ ਕਿ ਕਾਂਗਰਸ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ। ਬਿਲਕੁਲ ਲਾਸਟ 'ਚ ਜਾ ਕੇ ਵੀ ਜੇ ਕਮਾਂਡ ਪੰਜਾਬ ਦੀ ਪ੍ਰਧਾਨਗੀ ਜਾਂ ਪੰਜਾਬ ਦਾ CM 6 ਮਹੀਨੇ ਰਹਿੰਦੇ ਵੀ ਸਿੱਧੂ ਨੂੰ ਬਣਾ ਦਿੰਦੇ ਨੇ ਨਾ, ਅਤੇ ਕਾਂਗਰਸ ਨੇ ਫਿਰ ਕਰਾਮਾਤ ਕਰ ਜਾਣੀ ਹੈ। ਉਹਨਾਂ ਕੋਲ ਸਿੱਧੂ ਨਵਾਂ ਤੋਪ ਹੈਗੀ ਹੈ। ਖਹਿਰੇ ਦਾ ਵੀ ਆਧਾਰ ਖੁੱਸਿਆ ਕਿਉਂਕਿ ਉਹਨੇ ਸਿਆਸੀ ਖੁਦਕੁਸ਼ੀ ਕੀਤੀ ਹੈ ਹਰਸਿਮਰਤ ਦੇ ਖਿਲਾਫ ਇਲੈਕਸ਼ਨ ਲੜ ਕੇ, ਪਰ ਜ਼ੁਰਤ ਤਾਂ ਦਿਖਾਈ ਹੈ ਨਾ, ਪਿੱਛੇ ਤਾਂ ਨਹੀਂ ਹਟਿਆ। ਤਾਂ ਤੈਅ ਸੀ ਕਿ ਭੁਲੱਥ ਦੇ ਵਿੱਚੋਂ ਠੀਕ ਹੈ ਜਿੱਤ ਗਿਆ, ਬੀਬੀ ਜਗੀਰ ਕੌਰ ਵੀ ਵੱਡੀ ਕੈਂਡੀਡੇਟ ਸੀ ਜਿਨ੍ਹਾਂ ਨੂੰ ਉਹਨਾਂ ਨੇ ਹਰਾਇਆ, ਪਰ ਇਸ ਦੌਰਾਨ ਖਹਿਰੇ ਨੇ ਰਿਸਕ ਤਾਂ ਲਿਆ ਨਾ, ਉੱਥੇ ਜਾ ਕੇ ਤਾਂ ਲੜਿਆ ਨਾ ਬਾਦਲਾਂ ਦੇ ਖਿਲਾਫ਼ ਅਤੇ ਕਾਂਗਰਸ ਦੀ ਵੱਡੀ ਤੋਪ ਦੇ ਖਿਲਾਫ਼ ਅਮਰਿੰਦਰ ਵੜਿੰਗ ਦੇ, ਉਹਨੇ ਜ਼ੁਰਤ ਤਾਂ ਕੀਤੀ ਹੈ ਨਾ। ਸਭ ਤੋਂ ਜ਼ਿਆਦਾ ਜਿਹੜਾ ਸਿੱਧੂ ਆ ਉਹ ਹਨੇਰੀ ਲਿਆਊਗਾ, ਹਲੇ ਵੇਟ ਕਰੋ 6 ਮਹੀਨੇ। ਇਹ ਰੱਬ ਨਹੀਂ ਬਣ ਗਿਆ ਆਮ ਆਦਮੀ ਪਾਰਟੀ ਦੇ, ਆਮ ਆਦਮੀ ਪਾਰਟੀ ਨੂੰ ਸਾਰੇ ਲੋਕਾਂ ਨੇ, NRI ਨੇ, ਪੰਜਾਬ ਨੇ, ਆਹ ਲਾਲ ਜਿਹੜਾ ਇਕੱਠੇ ਕੀਤੀ ਸੀ, PG ਧਰ ਚਾਹੁੰਦੇ ਸੀ, ਇਸ ਕਰਕੇ ਭਗਵੰਤ ਮਾਨ ਦਾ ਰੱਬ ਬਣ ਲੱਗ ਪਿਆ। ਸਭ ਤੋਂ ਜ਼ਿਆਦਾ ਲਾਲਚੀ, ਸਭ ਤੋਂ ਜ਼ਿਆਦਾ ਆਰਗੂਮੈਂਟ ਕਰਨ ਵਾਲਾ, ਜਿਹੜੇ ਫੂਲਕਾ ਵਰਗੇ ਨੂੰ ਵੀ ਦਾਗ ਲਾਤਾ। ਦਿੱਲੀ ਦੀ ਜਿੱਤ ਦਾ ਠੀਕ ਹੈ, ਉੱਥੇ ਹੈਗਾ ਅਸਰ, ਪਰ ਪੰਜਾਬ ਦੇ ਵਿੱਚ ਚਾਹੀਦਾ ਜਿਹੜਾ ਬੰਦਾ ਬਾਦਲਾਂ ਨੂੰ ਕਰਾਰੇ ਹੱਥੀਂ ਲੈ ਸਕੇ, ਕੈਪਟਨ ਨੂੰ ਕਰਾਰੇ ਹੱਥੀਂ ਲੈ ਸਕੇ। ਇਸ ਕਰਕੇ ਖਹਿਰਾ ਲੈਂਦਾ ਵੀ ਰਿਹਾ। ਖਹਿਰੇ ਨੇ ਰਾਣਾ ਗੁਰਜੀਤ ਨਾਲ ਕੀ ਲੜਾਈ ਨਹੀਂ ਹੋਈ ਪਹਿਲਾਂ, 2007 'ਚ ਕੀ ਲੜੇ ਨਹੀਂ। ਖਹਿਰਾ ਆਪਣੀ ਪਾਰਟੀ ਦੀਆਂ ਗਲਤ ਨੀਤੀਆਂ ਖਿਲਾਫ਼ ਵੀ ਲੜਿਆ, ਜਿਹਨੂੰ ਲੋਕ ਕਹਿੰਦੇ ਨੇ ਯਾਰ ਇਹ ਲਾ ਕੇ ਨਹੀਂ ਖਾਂਦਾ। ਸਾਡੇ ਤਾਂ ਗੁਰੂ ਦਾ ਸਿਧਾਂਤ ਹੈ ਕਿ ਜੇ ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ, ਪਰ ਅਸੀਂ ਕਹਿੰਦੇ ਨਹੀਂ, ਪਾਰਟੀ ਨਾਲ ਲਾ ਕੇ ਖਾਓ, ਚਾਹੇ ਚੋਰ ਨੇ ਚਾਹੇ ਚੱਕੇ ਨੇ, ਉਹਨਾਂ ਦੇ ਨਾਲ ਹੀ ਚਲੇ। 8-9 MP ਬਣ ਕੇ ਕਿਸੇ ਪਾਸੇ ਨਹੀਂ ਲੱਗਣ ਦਿੱਤਾ, ਉਸੇ ਤਰ੍ਹਾਂ ਭਗਵੰਤ ਮਾਨ ਨੇ ਨਹੀਂ ਲੱਗਣ ਦਿੱਤਾ ਜੀ। ਇਹ ਅਗਾਂਹ ਦੇ ਨਾ ਜੀ ਸਾਡੀ ਸਰਕਾਰ ਬਣ ਜਾਏਗੀ, ਇਹ 2 ਸਰਪੰਚ ਬਣਾ ਕੇ ਵਿਖਾ ਦੇਣਗੀ ਜੀ, ਇਹਨਾਂ ਦਾ ਇਹੀ ਹਾਲ ਰਿਹਾ। ਖਹਿਰੇ ਨੇ ਖਹਿਰਾ ਰਹਿਣਾ ਹੈ ਜੀ, ਖਹਿਰੇ ਦਾ ਮੁਕਾਬਲਾ ਨਹੀਂ ਕਰ ਸਕੇ। ਇਹ ਸੋਚ ਦਾ ਦੁਆਲਾ ਹੁਣ ਤੋਂ ਕੱਢਣਾ ਭਗਵੰਤ ਮਾਨ ਨੇ ਸ਼ੁਰੂ ਕਰ ਦਿੱਤਾ, ਪੰਜਾਬ 'ਚ ਇਹਨੂੰ ਕੋਈ ਰੋਕਦਾ ਨਹੀਂ ਗਾ। ਪਤਾ ਨਹੀਂ ਕੇਜਰੀਵਾਲ ਦਾ ਇਹਦੇ 'ਤੇ ਖਿਆਲ ਕਦੋਂ ਆਉਣਾ ਵਾ ਕਿ ਕੰਟਰੋਲ ਵਿੱਚ ਰਹਿ ਕੇ ਚੱਲੇ ਅਤੇ ਜੋੜੇ ਤੋੜੇ ਨਾ। ਜਿਹੜਾ ਉੱਥੇ ਸਾਹੀ ਸੁੱਟੀ ਸੀ ਉਹਦੇ ਘਰੇ ਵੀ ਗੁਲਾਬ ਲੈ ਕੇ ਚੱਲਿਆ ਗਿਆ ਯਾਰ, ਉਹ ਤਾਂ ਐਡਾ ਧਰਮਾਤਮਾ ਬੰਦਾ ਹੋ ਗਿਆ ਮਹਾਤਮਾ ਗਾਂਧੀ ਵਾਂਗੂ, ਜਿਵੇਂ ਗਾਂਧੀ ਕਹਿੰਦਾ ਸੀ ਇੱਕ ਥੱਪੜ ਮਾਰਦਾ ਕੋਈ ਅਗਲੀ ਗੱਲ ਮੂਹਰੇ ਕਰੋ। ਕੇਜਰੀਵਾਲ ਨੇ ਉਹੀ ਪੈਟਰਨ ਬਣਾਇਆ, ਉਹਦੇ ਮਹਾਜਨ ਬੰਦਾ ਮਜੀਠੀ ਨੇ ਕੁਛ ਆਖਿਆ ਮਾਫ਼ੀ ਮੰਗਿਆ, ਕਹਿੰਦਾ ਜੀ ਮਾਫ਼ ਕਰ ਦਿਓ। ਕੇਜਰੀਵਾਲ ਦੇ ਇੰਨਾ ਨਿਮਰ ਬੰਦਾ, ਤੂੰ ਐਵੇਂ ਉਹਦੀ ਖੜਪੈਂਚੀ ਕਰੀ ਜਾਂਦਾ। ਇਹ ਸੜੇ ਵੀ ਬੰਦੇ ਰਹਿ ਸਕਦੇ ਨਾਂ ਲੈ ਕਰੋ, ਰਾਤ ਲੈ ਕੇ ਸਾਢੇ 8 ਵਜੇ ਕੋਈ ਰੰਗ ਰੱਖ ਲਿਆ ਕਰੋ, ਭਗਵੰਤ ਮਾਨ ਦਾ ਨਾਂ ਨਾ ਲੈ ਕਰੋ, ਜੋ ਫਿਰ ਜਾਹ ਵਿੱਚ ਰਹੀਏ ਡੱਸੜਿਆ ਬੰਦਾ ਹੈ। ਕਪਤਾਨ ਭਾਵੇਂ ਸੋਨੇ ਦਾ ਹੋ ਜਾਏ, ਲੋਕਾਂ ਨੇ ਪ੍ਰਵਾਨ ਨਹੀਂ ਕਰਨਾ ਜਿੰਨਾ ਮਰਜ਼ੀ ਕਰਜ਼ਾ ਚੱਕ ਕੇ ਵੰਡੀ ਜਾਵੇ, ਕਿਉਂਕਿ ਕਪਤਾਨ ਨੇ ਕਾਰਵਾਈ ਕਰਨੀ ਨਹੀਂ ਬਾਦਲਾਂ 'ਤੇ। ਭਗਵੰਤ ਮਾਨ ਦੀ ਹੁਣ ਇਹ ਹਾਲਤ ਹੈ, ਇਹ ਹਵਾ 'ਚ ਡਾਂਗਾ ਮਾਰਨ ਵਾਲੀਆਂ ਗੱਲਾਂ ਕਰਦਾ ਕਿ ਜੋ ਕੁਛ ਮੈਂ ਕਹੀ ਜਾਂਦਾ ਉਹ ਸਭ ਕੁਛ ਠੀਕ ਹੈ। ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਅਗਲੇ ਸਾਲ ਪਿਛਲੀ ਸਰਕਾਰ ਬਣਦੀ ਨੂੰ ਰੋਕਣ ਵਾਲਾ ਇਹੀ ਬੰਦਾ ਜਿਹਨੇ ਕਿ ਕਈ ਥਾਈਂ ਆਪਣੀਆਂ ਲੱਤਾਂ ਪਸਾਈ ਰੱਖੀਆਂ ਅਤੇ ਇਹਨੇ ਉਹ ਸਿਰਾ ਲੋਕਾਂ ਨੂੰ ਦਿੱਤਾ ਹੀ ਨਹੀਂ। ਸਤਿ ਸ਼੍ਰੀ ਅਕਾਲ, ਸਲਾਮ ਅੱਜ ਸਾਰੇ ਹੀ ਦੇਸ਼ ਵਿਦੇਸ਼ ਦੇ ਦਾਨਿਸ਼ਵਾਨ ਦਰਸ਼ਕਾਂ ਨੂੰ ਜੋ ਇਸ ਵਕਤ ਜੁੜੇ ਨੇ ਪ੍ਰੋਗਰਾਮ ਹੈਲੋ ਗਲੋਬਲ ਪੰਜਾਬ ਦੇ ਨਾਲ। ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਸਵਾਗਤ ਕਰਦਾ। ਗਲੋਬਲ ਪੰਜਾਬ ਟੈਲੀਵਿਜ਼ਨ ਅਮਰੀਕਾ ਅਤੇ ਚੈਨਲ ਪੰਜਾਬੀ TV ਕੈਨੇਡਾ ਦੇ ਸਤਿਕਾਰਯੋਗ ਦਰਸ਼ਕੋ, ਇਹ ਪ੍ਰੋਗਰਾਮ ਭਾਰਤੀ ਸਮੇਂ ਮੁਤਾਬਕ ਮੰਗਲਵਾਰ ਤੋਂ ਸ਼ਨੀਵਾਰ 5 ਦਿਨ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਪਟਿਆਲਾ ਸਟੂਡੀਓ 'ਚੋਂ ਔਨਰ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਨੂੰ ਤੁਸੀਂ ਸਾਡੇ ਗਲੋਬਲ ਪੰਜਾਬ TV ਦੇ ਫੇਸਬੁੱਕ ਪੇਜ 'ਤੇ ਲਾਈਵ ਵੇਖ ਰਹੇ ਹੋ ਅਤੇ ਇਸ ਪ੍ਰੋਗਰਾਮ ਦਾ ਰਿਪੀਟ ਵੀ ਤੁਸੀਂ ਗਲੋਬਲ ਪੰਜਾਬ TV ਦੇ ਯੂਟਿਊਬ ਪੇਜ 'ਤੇ ਵੇਖ ਸਕਦੇ ਹੋ। ਅਤੇ ਇਸੇ ਤਰ੍ਹਾਂ ਭਾਰਤੀ ਸਮਾਂ ਰਾਤੀ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ, ਸੋਰੀ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਰਾਤੀ ਪ੍ਰੋਗਰਾਮ ਹੁੰਦਾ ਹੈ ਗਲੋਬਲ ਗੱਲਬਾਤ। ਇਹਨਾਂ ਦੋਨੋਂ ਹੀ ਸਵੇਰ ਅਤੇ ਸਾਂਝ ਦੇ ਘੰਟੇ ਘੰਟੇ ਦੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਵੱਖ ਵੱਖ ਮੁੱਦਿਆਂ 'ਤੇ ਗੱਲਬਾਤ ਕਰਦੇ ਹਾਂ, ਤੁਸੀਂ ਵੀ ਇਸ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਉਸ ਦੇ ਵਾਸਤੇ ਫੋਨ ਨੰਬਰ ਨੇ, ਪਟਿਆਲਾ ਸਟੂਡੀਓ ਦਾ ਸਾਡਾ ਨੰਬਰ ਹੈ
01775150156 01755000156 ਅਤੇ ਇੰਟਰਨੈਸ਼ਨਲ ਕਾਲ ਨੰਬਰ ਹੈ 201-301-2785। ਅਤੇ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਪਾਰਟੀ ਦੇ ਆਗੂ ਭਗਵੰਤ ਮਾਨ ਹੋਰਾਂ ਨੇ ਕਈ ਗੱਲਾਂ ਨੇ ਜਿਹੜੀਆਂ ਖੁੱਲ੍ਹ ਕੇ ਕੀਤੀਆਂ। ਅਤੇ ਇਸ ਦੌਰਾਨ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਭਾਰਤ ਨਿਰਮਾਣ ਦੀ ਗੱਲ ਕੀਤੀ, ਭਾਰਤ ਨੂੰ ਜੋੜਨ ਦੀ ਗੱਲ ਕੀਤੀ, ਕੁਛ ਨੰਬਰ ਇਸ ਮਾਮਲੇ 'ਚ ਅਨਾਊਂਸ ਕੀਤੇ ਨੇ ਭਾਰਤ ਨਿਰਮਾਣ ਵਾਸਤੇ ਕਿ ਮਿਸ ਕਾਲ ਕਰੋ ਅਤੇ ਸਾਡੇ ਨਾਲ ਜੁੜੋ। ਸੋ ਉਹਨਾਂ ਦੀ ਇਹ ਜਿਹੜੀ ਯੋਜਨਾ ਦੇਸ਼ ਨੂੰ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਨਾਲ ਜੁੜਨ ਦੀ ਗੱਲ ਕੀਤੀ ਗਈ ਹੈ, ਪਰ ਜਿਨ੍ਹਾਂ ਨੂੰ ਨਾਲ ਜੋੜਨਾ ਉਹਨਾਂ ਦੇ ਮਾਮਲੇ ਦੇ ਵਿੱਚ ਅਜੇ ਭਗਵੰਤ ਮਾਨ ਨੇ ਜੋੜਨ ਵਾਲੀ ਗੱਲ ਜਿਹੜੀ ਕੀਤੀ ਹੈ ਨਹੀਂ ਕੀਤੀ ਉਹ ਤੁਸੀਂ ਦੱਸਣਾ। ਇਸ ਦੌਰਾਨ ਜੋ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਭਗਵੰਤ ਮਾਨ ਨੇ ਕੁਛ ਗੱਲਾਂ ਕੀਤੀਆਂ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਦੇ ਵਿੱਚ, ਉਹਨਾਂ ਨੇ ਕਾਫੀ ਤੇਵਰ ਤਿੱਖੇ ਦਿਖਾਏ ਨੇ ਅਤੇ ਤਾਰੀਫ ਹੈ ਨਵਜੋਤ ਸਿੰਘ ਸਿੱਧੂ ਦੀ ਵੀ ਕੀਤੀ ਹੈ ਅਤੇ ਪ੍ਰਗਟ ਸਿੰਘ ਹੋਰਾਂ ਦੀ ਵੀ ਕੀਤੀ ਹੈ। ਇਹਨਾਂ ਦੋਨਾਂ ਨੂੰ ਤਾਂ ਉਹਨਾਂ ਨੇ ਆਪਣੀ ਗੱਲਬਾਤ ਦੇ ਵਿੱਚ ਖੁਸ਼ਾਮਦੀਦ ਕਹਿ ਦਿੱਤਾ, ਪਰ ਇਹਨਾਂ ਦੋਨਾਂ ਦੇ ਮਾਮਲੇ ਦੇ ਵਿੱਚ ਵੀ ਭਗਵੰਤ ਮਾਨ ਨੂੰ ਜਦੋਂ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਆਖਿਆ ਕਿ ਮੁੱਖ ਮੰਤਰੀ ਦਾ ਚਿਹਰਾ ਹੀ ਸਭ ਤੋਂ ਵੱਡੀ ਗੱਲ ਹੈ, ਕੀ ਦੇਸ਼ ਅਤੇ ਪੰਜਾਬ ਦੇ ਹੋਰ ਮੁੱਦੇ ਪਿੱਛੇ ਰਹਿ ਗਏ। ਪਰ ਇਹ ਗੱਲ ਸਪੱਸ਼ਟ ਹੈ, ਦਿੱਲੀ ਦੇ ਵਿੱਚ ਕੇਜਰੀਵਾਲ ਉਹਨਾਂ ਦਾ ਮੁੱਖ ਮੰਤਰੀ ਦਾ ਉਮੀਦਵਾਰ ਸੀ ਅਤੇ ਕੇਜਰੀਵਾਲ ਦੀ ਧਿਰ ਇਹ ਐਲਾਨੀਆਂ ਕਹਿੰਦੀ ਸੀ ਕਿ ਆਪਣਾ ਮੁੱਖ ਮੰਤਰੀ ਦਾ ਉਮੀਦਵਾਰ ਪੇਸ਼ ਕਰੋ। ਇਸ ਕਰਕੇ ਮੁੱਖ ਮੰਤਰੀ ਦਾ ਉਮੀਦਵਾਰ ਬਹੁਤ ਜ਼ਰੂਰੀ ਹੈ, ਕਿਉਂਕਿ ਤੁਸੀਂ ਵੀ ਦਿੱਲੀ 'ਚ ਮੁੱਖ ਮੰਤਰੀ ਦਾ ਉਮੀਦਵਾਰ ਮੰਗਦੇ ਸੀ ਵਿਰੋਧੀ ਧਿਰ ਤੋਂ, ਕਿਉਂਕਿ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੇ ਉਮੀਦਵਾਰੀ ਤੈਅ ਹੋਣ ਤੋਂ ਬਾਅਦ ਹੀ ਲੋਕਾਂ ਦਾ ਮਨ ਬਣਦਾ ਕਿ ਜਿਤਾਉਣਾ ਕਿਹਨੂੰ ਹੈ। ਪਰ ਪੰਜਾਬ ਦੇ ਵਿੱਚ ਤੁਸੀਂ ਕਿਹਨੂੰ ਪਾਰਟੀ ਡਿਸਾਈਡ ਕਰੋ। ਪਹਿਲਾਂ ਭਗਵੰਤ ਮਾਨ ਸਾਹਿਬ ਕੁਛ ਦਿਨ ਪਹਿਲਾਂ ਕਹਿ ਰਹੇ ਸੀ ਦਿੱਲੀ ਜਿੱਤ ਤੋਂ ਬਾਅਦ ਕਿ ਵਰਕਰ ਡਿਸਾਈਡ ਕਰਨਗੇ ਕਿਹਨੂੰ ਲੈਣਾ ਅਤੇ ਕਿਹਨੂੰ ਨਹੀਂ ਲੈਣਾ। ਸੋ ਸੁਖਪਾਲ ਖਹਿਰਾ ਦੇ ਮਾਮਲੇ 'ਚ ਜਿਹੜਾ ਉਹਨਾਂ ਨੇ ਸਪੱਸ਼ਟ ਕੀਤਾ ਕਿ ਦੁਸ਼ਮਣੀ ਕਰੋ ਤੋ ਜਮਕਰ ਕਰੋ, ਮਗਰ ਖਿਆਲ ਇਤਨਾ ਰਹੇ ਕਿ ਜਬ ਕਭੀ ਫਿਰ ਸੇ ਦੋਸਤ ਬਣ ਜਾਏ ਤੋ ਸ਼ਰਮਿੰਦਾ ਨਾ ਹੋ। ਸੋ ਜਾਣੀ ਕਿ ਪਾਰਟੀ ਦੇ ਵਿੱਚ ਆਉਣ ਤੋਂ ਪਿਛਲੇ ਦਿਨ ਪਹਿਲਾਂ ਕਿਹਾ ਕਿ ਨਿਚਲੀ ਲਾਈਨ 'ਚ ਲੱਗ ਕੇ ਆਓ, ਹੁਣ ਕਹਿ ਦਿੱਤਾ ਕਿ ਦੁਸ਼ਮਣੀ ਕਰੋ ਜਮ ਕੇ ਕਰੋ, ਅਗਰ ਖਿਆਲ ਇਤਨਾ ਰਹੇ ਕਿ ਫਿਰ ਸੇ ਦੋਸਤ ਬਣ ਜਾਏ ਤੋ ਸ਼ਰਮਿੰਦਾ। ਸਿੱਧਾ ਸਿੱਧਾ ਟਾਰਗੇਟ ਸੁਖਪਾਲ ਖਹਿਰਾ ਨੂੰ ਕੀਤਾ ਅਤੇ ਸੁਖਪਾਲ ਖਹਿਰਾ ਵੀ ਅੱਗੋਂ ਅੱਗ ਦਾ ਗੋਲਾ, ਉਹ ਵੀ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਬਰਦਾਸ਼ਤ ਕਰਨ ਵਾਲਾ ਨਹੀਂ ਹੈ। ਸਾਡੀ ਇਸ ਤੋਂ ਸਪੱਸ਼ਟ ਹੋ ਗਿਆ ਕਿ ਸੁਖਪਾਲ ਖਹਿਰਾ ਦੀ ਐਂਟਰੀ ਤਾਂ ਨਹੀਂ ਹੋਏਗੀ। ਉਹਨਾਂ ਤਰਕ ਦਿੱਤਾ ਕਿ ਕੇਜਰੀਵਾਲ ਦੇ ਖਿਲਾਫ ਖਹਿਰਾ ਨੇ ਬਹੁਤ ਮਾੜੇ ਲਫ਼ਜ਼ ਆਖੇ ਨੇ, ਉਹਨੂੰ ਗਦਾਰ ਕਿਹਾ, ਉਹਨੂੰ ਹੋਰ ਕਿਹਾ, ਪਤਾ ਨਹੀਂ ਕੀ ਕੁਛ ਕਿਹਾ, ਮੈਂ ਜ਼ਿਕਰ ਨਾ ਕਰਾਂ ਸਵੇਰੇ ਸਵੇਰੇ। ਇਸ ਦੌਰਾਨ ਕਿਹਾ ਭਗਵੰਤ ਨੇ ਕਿ ਸੁਖਪਾਲ ਨੇ ਮੈਨੂੰ ਵੀ ਬਹੁਤ ਮਾੜਾ ਕਿਹਾ, ਪਰ ਹੁਣ ਭਗਵੰਤ ਦਾ ਤਾਂ ਚਲੋ ਨਹੀਂ, ਕੇਜਰੀਵਾਲ ਦੀ ਜਿਹੜੀ ਤਰਜ਼ ਜ਼ਿੰਦਗੀ ਹੈ, ਜੋ ਉਹਨਾਂ ਨੇ ਸਿਆਸੀ ਤੌਰ 'ਤੇ ਦਾਅਵਾ ਕੀਤਾ ਕਿ ਜੇ ਕਿਸੇ ਨੇ ਕੇਜਰੀਵਾਲ 'ਤੇ ਚਿੱਕੜ ਸਾਹੀ ਵੀ ਸੁੱਟੀ ਆ ਤਾਂ ਕੇਜਰੀਵਾਲ ਉਹਦੇ ਲਈ ਗੁਲਾਬ ਦਾ ਫੁੱਲ ਲੈ ਕੇ ਗਿਆ, ਜੇ ਕੋਈ ਅਨਨੋਨ ਬੰਦਾ ਵਿਰੋਧੀਆਂ ਦਾ ਬੰਦਾ ਤੁਹਾਡੇ 'ਤੇ ਚਿੱਕੜ ਸੁੱਟਦਾ ਅਤੇ ਤੁਸੀਂ ਇਹ ਸਿਧਾਂਤ ਬਣਾਈ ਬੈਠੇ ਹੋ ਕਿ ਮੈਂ ਤਾਂ ਇੱਦਾਂ ਦਾ, ਜੇ ਕੋਈ ਮੇਰੇ 'ਤੇ ਚਿੱਕੜ ਸੁੱਟਦਾ ਮੈਂ ਤਾਂ ਉਸ ਦਾ ਗੁਲਾਬ ਦੇ ਨਾਲ ਸਵਾਗਤ ਕਰਦਾ। ਕੇਜਰੀਵਾਲ ਦਾ ਇਹ ਤਰਜ਼ ਜ਼ਿੰਦਗੀ ਹੈ, ਜੇ ਉਹ ਗੁਲਾਬ ਨਾਲ ਸਵਾਗਤ ਕਰਦਾ ਤਾਂ ਸੁਖਪਾਲ ਖਹਿਰਾ ਤਾਂ ਫਿਰ ਉਹਨਾਂ ਦਾ ਆਪਣਾ ਹੈ, ਉਹਨਾਂ ਦਾ MLA ਹੈ, ਲੋੜ ਵੀ ਹੈ ਦੋਨੇ ਧਿਰਾਂ ਨੂੰ, ਖਹਿਰੇ ਨੂੰ ਵੀ ਅਤੇ ਇਹਨਾਂ ਨੂੰ ਵੀ। ਪਰ ਉਸ ਦੇ ਬਾਰੀ ਫਿਰ ਉਹ ਗੁਲਾਬ ਵਾਲੀ ਗੱਲ ਕਿੱਥੇ ਚਲੀ ਜਾਂਦੀ ਹੈ, ਉਸ ਨੂੰ ਕਿਹਾ ਜਾਂਦਾ ਕਿ ਨਹੀਂ ਇਹਨੇ ਸਾਨੂੰ ਮਾੜਾ ਆਖਿਆ ਇਸ ਕਰਕੇ ਨਹੀਂ ਅਸੀਂ ਲੈਣਾ, ਇਹ ਫਿਰ ਕਿਉਂ ਜੀ ਡਬਲ ਸਟੈਂਡਰਡ। ਖੈਰ ਬਾਕੀ ਗੱਲਾਂ ਤੁਸੀਂ ਕਰ ਸਕਦੇ ਹੋ ਕਿ ਨਵਜੋਤ ਸਿੰਘ ਸਿੱਧੂ ਜਾਂ ਪ੍ਰਗਟ ਸਿੰਘ ਦੇ ਮਾਮਲੇ ਦੇ ਵਿੱਚ ਜਾਂ ਭਗਵੰਤ ਮਾਨ ਹੋਰਾਂ ਦੀ ਬਿਆਨਬਾਜ਼ੀ ਦੇ ਮਾਮਲੇ 'ਚ ਤੁਹਾਡਾ ਨਜ਼ਰੀਆ, ਉਸ ਦੇ ਵਾਸਤੇ ਆਪਦਾ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ। ਟਵਾਲਾ ਜੀ ਸਤਿ ਸ਼੍ਰੀ ਅਕਾਲ, ਮੇਰੀ ਗੱਲ ਪੂਰੀ ਹੋਣ ਦਿਓ ਮਿਹਰਬਾਨੀ ਕਰਕੇ। ਤੁਸੀਂ ਤਾਂ ਕਰ ਹੀ ਜਾਂਦੇ ਹੋ, ਇੱਦਾਂ ਨਾ ਆਖਿਆ ਕਰੋ, ਇਹ ਅਲੰਬਾ ਮੈਨੂੰ ਨਾ ਦਿਆ ਕਰੋ ਭਾਅ ਜੀ ਕਿ ਗੱਲ ਪੂਰੀ ਹੋਣ ਦਿਓ, ਫੋਨ ਨਾ ਕੱਟ ਦਿਓ, ਮੈਂ ਕਦੇ ਕੱਟਿਆ ਨਹੀਂ ਭਰਾ। ਹਾਂਜੀ ਠੀਕ ਹੈ ਟਵਾਲਾ ਜੀ, ਗੱਲ ਆ, ਸਭ ਤੋਂ ਪਹਿਲਾਂ ਮੈਂ ਭਗਵੰਤ ਮਾਨ ਦੀ ਗੱਲ ਕਰੂੰਗਾ। ਭਗਵੰਤ ਮਾਨ ਸਭ ਤੋਂ ਪਹਿਲਾਂ ਦੇਖ ਲਓ ਬਈ ਰਾਮੂ ਵਾਲੀਏ ਦੇ ਨਾਲ, ਆਪਣੇ ਮਨਪ੍ਰੀਤ ਬਾਦਲ ਦੇ ਨਾਲ ਸਾਰਾ ਪਾਰਟੀਆਂ ਬਦਲ ਗਏ। ਉਦੋਂ ਬਾਅਦ ਆ ਭਗਵੰਤ ਮਾਨ ਸਭ ਤੋਂ ਜ਼ਿਆਦਾ ਲਾਲਚੀ ਕੁਰਸੀ ਦਾ ਘੁੱਗੀ ਨੂੰ ਇਹਨੇ ਜਦੋਂ ਪ੍ਰਧਾਨਗੀ ਤੋਂ ਕੱਢਿਆ, ਇਹਨੇ ਆਪਣੇ ਆਫਿਸ ਦੇ ਵਿੱਚ ਸਾਰੇ ਪਰਚੇ ਪੜਵਾ ਦਿੱਤੇ ਸੀ ਬੰਦਿਆਂ ਤੋਂ ਜਿੰਨੇ ਲੱਗੇ ਆ ਸੈਨ, ਟੋਟਲੀ ਆਮ ਆਦਮੀ ਪਾਰਟੀ ਦੇ ਪਰਚੇ ਸਾਰੇ ਪਾੜ ਦੋ ਪਰੇ ਛੱਡ ਦੋ, ਏਦਾਂ ਕਰਵਾਇਆ ਗਿਆ। ਇਹ ਸਾਡੇ ਅੱਖੀ ਦੇਖਿਆ ਹਾਲ ਹੈ।
ਸਭ ਤੋਂ ਲਾਲਚੀ ਇਹ। ਉਦੋਂ ਬਾਅਦ ਰਹਿ ਗਈ ਗੱਲ ਸੁਖਪਾਲ ਖਹਿਰਾ, ਸੁਖਪਾਲ ਖਹਿਰਾ ਇੰਨਾ ਝੋਕੇ ਨੀ ਚੱਲਣ ਵਾਲਾ, ਉਹਦੇ ਇਹ ਜੁੱਤੀ ਵਰਗੇ ਨਹੀਂ ਹੈ ਕੋਈ ਵੀ, ਜਿੰਨੇ ਆਮ ਆਦਮੀ ਪਾਰਟੀ ਦੇ ਪਿੱਛੇ। ਅਸੀਂ ਆਮ ਆਦਮੀ ਪਾਰਟੀ ਨੂੰ ਲੱਖਾਂ ਰੁਪਇਆ ਦਿੱਤਾ ਇਕੱਠਾ ਕਰ ਕਰਕੇ, ਅੱਜ ਭਗਵਾਨ ਦਾਸ ਕਹਿੰਦੇ ਦੀਦੀ ਇਹਨੂੰ ਲੱਤਾਂ ਤਾਂ ਨੂੰ ਕਰਦਾ ਆ, ਏਦਾਂ ਨੀ ਗੱਲ ਬਣਨੀ। ਇਹ ਨਾ ਸੋਚੇ ਵੀ ਆਪ ਮੈਂ ਕੇਜਰੀਵਾਲ ਨੂੰ ਅਸੀਂ ਵਧਾਈਆਂ ਦਿੰਦੇ ਹਾਂ ਮੰਤਰੀ ਬਣ ਗਿਆ, ਇਹ ਨਾ ਸੋਚੇ ਵੀ ਆਪ ਇਹ ਮੁੱਖ ਮੰਤਰੀ ਬਣ ਗਏ ਪੰਜਾਬ ਦੇ ਵਿੱਚ। ਪਹਿਲਾਂ ਆਪਣੇ ਖੜਾ ਹੋ ਕੇ ਦੇਖੇ, ਇਹਨੇ ਇੱਕ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਜਵਾਬ ਨਹੀਂ ਦੇ ਸਕਿਆ ਸੀ। ਖੈਰ ਇਹਨੂੰ ਲੱਤਾਂ ਭਗਤ ਵੀ ਨਹੀਂ, ਇਹ ਇਹਨੂੰ ਆਦਤ ਹੈ ਬੋਲਣ ਦੀ, ਬੋਲੀ ਜਾ ਰਿਹਾ ਕਿਉਂ ਕਮੇਡੀਅਨ ਰਿਹਾ ਬੰਦਾ। ਅਸੀਂ ਸਤਿਕਾਰ ਕਰਦੇ ਹਾਂ ਬਈ, ਹਾਂ ਥੋੜਾ ਬੜਾ ਐਮ ਪੀ ਕਰਕੇ ਅਸੀਂ ਸਤਿਕਾਰ ਕਰਦੇ ਹਾਂ, ਜਿਹੜੀ ਤੀਜੀ ਟਰਮ ਆਉਣੀ ਆ ਦਿਮਾਗ ਚੋਂ ਕਰ ਦੇਵੇ, ਜਿਹੜੇ ਬਾਕੀ ਵੀ ਐਮ ਐਲ ਏ ਆ ਕਿਸੇ ਨੂੰ ਸਰਪੰਚ ਦੀ ਵੋਟ ਨਹੀਂ ਪੈਣੀ ਹੈ। ਇਹ ਤਾਂ ਸੁਖਪਾਲ ਖਹਿਰਾ ਦੇ ਪੈਰ ਐਵੇਂ ਵੀ ਨਹੀਂ ਹੈ, ਬਾਕੀ ਵੀ ਆਪਣਿਆਂ ਨੂੰ ਸੋਚ ਕੇ ਚੱਲਣ। ਔਰ ਹਾਲੇ ਤੀਜਾ ਧਿਰ ਆਊਗਾ, ਸਭ ਤੋਂ ਜ਼ਿਆਦਾ ਜਿਹੜਾ ਸਿੱਧੂ ਆ ਉਹ ਹਨੇਰੀ ਲਿਆਊਗਾ, ਹਾਲੇ ਵੇਟ ਕਰੋ 6 ਮਹੀਨੇ। ਇਹ ਰੱਬ ਨਹੀਂ ਬਣ ਗਿਆ ਆਮ ਆਦਮੀ ਪਾਰਟੀ ਦੇ, ਆਮ ਆਦਮੀ ਪਾਰਟੀ ਨੂੰ ਸਾਰੇ ਲੋਕਾਂ ਨੇ, ਐਨ ਆਰ ਆਈ ਨੇ, ਪੰਜਾਬ ਨੇ, ਆਹ ਲਾਲ ਜਿਹੜਾ ਇਕੱਠੇ ਕੀਤੀ ਸੀ ਤੀਜੀ ਧਿਰ ਚਾਹੁੰਦੇ ਸੀ, ਇਸ ਕਰਕੇ ਭਗਵੰਤ ਮਾਨ ਦਾ ਰੱਬ ਬਣ ਲੱਗ ਪਿਆ। ਸਭ ਤੋਂ ਜ਼ਿਆਦਾ ਲਾਲਚੀ, ਸਭ ਤੋਂ ਜ਼ਿਆਦਾ ਆਰਗੂਮੈਂਟ ਕਰਨ ਵਾਲਾ, ਜਿਹੜੇ ਫੂਲਕਾ ਵਰਗੇ ਨੂੰ ਵੀ ਦਾਗ ਲਾ ਤਾ ਜਾ ਕੇ, ਜੋ ਸੁੱਚਾ ਸਿੰਘ ਛੋਟੇਪੁਰ ਨੂੰ ਕੱਢਿਆ ਉਦੋਂ ਭਗਵੰਤ ਮਾਨ ਦਾ ਰੋਲ ਸੀ ਵੀ ਸੁੱਚਾ ਸਿੰਘ ਛੋਟੇਪੁਰ ਮੋਹਰੇ ਰਾਜ ਦੇ ਫੂਲਕਾ ਨੂੰ, ਤਾਂ ਇਹ ਜ਼ੀਰੋ ਹੋਣਗੇ ਜੇ ਆਹਾ ਜ਼ੀਰੋ। ਥੈਂਕ ਯੂ ਬੁੱਕ ਦੀ ਗੱਲ, ਤੁਸੀਂ ਇਹ ਕਿ ਸੰਜੀਦਗੀ ਤੋਂ ਕੰਮ ਲੈਣ, ਦੇਖੋ ਭਾਈ ਤੁਸੀਂ ਭਾਰਤ ਨਿਰਮਾਣ ਕਰਨ ਲੱਗੇ ਹੋ, ਤੁਸੀਂ ਤਾਂ ਚਿੱਕੜ ਵਾਲਿਆਂ ਦਾ ਗੁਲਾਬ ਨਾਲ ਸਵਾਗਤ ਕਰਦੇ ਹੋ, ਅਤੇ ਅਜੇ ਗੱਲ ਤਣ ਪੱਤਣ 'ਤੇ ਲੱਗ ਰਹਿਣ ਲੈਣ ਦਿਓ। ਇਹ ਠੀਕ ਹੈ ਕਿ ਖਹਿਰੇ ਦਾ ਵੀ ਆਧਾਰ ਖੁੱਸਿਆ ਕਿਉਂਕਿ ਉਹਨੇ ਸਿਆਸੀ ਖੁਦਕੁਸ਼ੀ ਕੀਤੀ ਹੈ ਹਰਸਿਮਰਤ ਦੇ ਖਿਲਾਫ਼ ਇਲੈਕਸ਼ਨ ਲੜ ਕੇ, ਪਰ ਜ਼ੁਰਤ ਤਾਂ ਦਿਖਾਈ ਹੈ ਨਾ, ਪਿੱਛੇ ਤਾਂ ਨਹੀਂ ਹਟਿਆ, ਤਾਂ ਤੈਅ ਸੀ ਕਿ ਭੁਲੱਥ ਦੇ ਵਿੱਚੋਂ ਠੀਕ ਹੈ ਜਿੱਤ ਗਿਆ, ਬੀਬੀ ਜਗੀਰ ਕੌਰ ਵੀ ਵੱਡੀ ਕੈਂਡੀਡੇਟ ਸੀ ਜਿਨ੍ਹਾਂ ਨੂੰ ਉਹਨਾਂ ਨੇ ਹਰਾਇਆ, ਪਰ ਇਸ ਦੌਰਾਨ ਖਹਿਰੇ ਨੇ ਰਿਸਕ ਤਾਂ ਲਿਆ ਨਾ, ਉੱਥੇ ਜਾ ਕੇ ਤਾਂ ਲੜਿਆ ਨਾ ਬਾਦਲਾਂ ਦੇ ਖਿਲਾਫ਼ ਅਤੇ ਕਾਂਗਰਸ ਦੀ ਵੱਡੀ ਤੋਪ ਦੇ ਖਿਲਾਫ਼ ਅਮਰਿੰਦਰ ਵੜਿੰਗ ਦੇ, ਉਹਨੇ ਜ਼ੁਰਤ ਤਾਂ ਕੀਤੀ ਹੈ ਨਾ। ਪਰ ਇਸ ਦੌਰਾਨ ਉਹ ਪਤਾ ਸੀ ਕਿ ਉਹਦੇ ਨਾਲ ਇਹ ਕੁਛ ਹੋਣਾ, ਕਿਉਂਕਿ ਉਹ ਬਾਦਲਾਂ ਦੇ ਹਲਕੇ ਜਾ ਕੇ ਉਹਨਾਂ ਨੂੰ ਹਰਾਉਣਾ ਸਿਖਾਲਾ ਨਹੀਂ ਹੈ, ਪਹਿਲਾਂ ਵੀ ਕਈਆਂ ਨੇ ਕੋਸ਼ਿਸ਼ ਕੀਤੀ ਹੈ, ਕੈਪਟਨ ਨੇ ਵੀ ਕੋਸ਼ਿਸ਼ ਕੀਤੀ ਹੈ ਜਲਾਲਾਬਾਦ ਜਾਂ ਹੋਰ ਥਰਾਂ ਜਾ ਕੇ, ਪਰ ਇਸ ਦੌਰਾਨ ਜਿਹੜੀ ਵੇਵ ਸੀ, ਵੇਵ ਦੇ ਖਿਲਾਫ਼ ਤਾਂ ਉਹ ਲੜਿਆ ਨਾ ਬੰਦਾ, ਮੈਂ ਕੋਈ ਜਸਟੀਫਾਈ ਨਹੀਂ ਕਰਦਾ, ਮੈਂ ਕੋਈ ਖੈਰੇ ਦਾ ਫੈਨ ਨਹੀਂ ਹੈਗਾ, ਪਰ ਜਿਹੜੀ ਗੱਲ ਹੈਗੀ ਹੈਗੀ, ਇਹ ਠੀਕ ਹੈ ਕਿ ਉਹਦਾ ਗ੍ਰਾਫ ਡਿੱਗਿਆ, ਉਹ ਵੀ ਇੱਕ ਜੁੱਟ ਤਾਂ ਚਾਹੁੰਦਾ, ਪਰ ਜੇ ਤੁਸੀਂ ਜੋੜਨ ਵਾਲੀ ਗੱਲ ਕਰਦੇ ਹੋ ਨਾ, ਜੇ ਇੱਦਾਂ ਹੀ ਹੈਂਕੜ ਰਹੇਗੀ ਤਾਂ ਇਹ ਗੱਲ ਕਲੀਅਰ ਹੈ ਕਿ ਤੁਸੀਂ 20 ਤੋਂ 22 ਨਹੀਂ ਹੋਣੇ, ਤੁਸੀਂ ਟੋਟਲ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਨਾ ਵੋਟ ਬੈਂਕ ਵੇਖ ਲਓ ਕਿੰਨਾ ਘਟਿਆ। ਦਿੱਲੀ ਦੀ ਜਿੱਤ ਦਾ ਪੰਜਾਬ ਦੇ ਵਿੱਚ ਠੀਕ ਹੈ ਲੋਕਾਂ 'ਚ ਉਤਸ਼ਾਹ ਆਇਆ, ਕੇਜਰੀਵਾਲ ਨੇ ਉੱਥੇ ਕੰਮ ਕੀਤਾ, ਅੱਜ ਕੇਜਰੀਵਾਲ ਪੰਜਾਬ ਆ ਜਾਏ ਤਾਂ ਬਹੁਤਾ ਵੱਡਾ ਕੋਈ ਰੋਡ ਸ਼ੋਅ ਨਹੀਂ ਹੋਣ ਲੱਗਾ, ਕਰਕੇ ਵੇਖ ਲਓ ਇੱਕ ਵਾਰੀ। ਦਿੱਲੀ ਦੀ ਜਿੱਤ ਦਾ ਠੀਕ ਹੈ ਉੱਥੇ ਹੈਗਾ ਅਸਰ, ਪਰ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਚਾਹੀਦਾ ਜਿਹੜਾ ਬੰਦਾ ਬਾਦਲਾਂ ਨੂੰ ਕਰਾਰੇ ਹੱਥੀਂ ਲੈ ਸਕੇ, ਕੈਪਟਨ ਨੂੰ ਕਰਾਰੇ ਹੱਥੀਂ ਲੈ ਸਕੇ। ਇਸ ਕਰਕੇ ਖਹਿਰਾ ਲੈਂਦਾ ਵੀ ਰਿਹਾ, ਖਹਿਰੇ ਨੇ ਰਾਣਾ ਗੁਰਜੀਤ ਨਾਲ ਕੀ ਲੜਾਈ ਨਹੀਂ ਹੋਈ ਪਹਿਲਾਂ 2007 'ਚ, ਕੀ ਲੜੇ ਨਹੀਂ। ਖਹਿਰਾ ਆਪਣੀ ਪਾਰਟੀ ਦੀਆਂ ਗਲਤ ਨੀਤੀਆਂ ਖਿਲਾਫ਼ ਵੀ ਲੜਿਆ, ਜਿਹਨੂੰ ਲੋਕ ਕਹਿੰਦੇ ਨੇ ਯਾਰ ਇਹ ਲਾ ਕੇ ਨਹੀਂ ਖਾਂਦਾ। ਇੱਕ ਤਾਂ ਹੁੰਦਾ ਕਿ ਤੁਸੀਂ ਜ਼ਮੀਰ ਮਾਰ ਕੇ ਪਾਰਟੀ ਦੀ ਗੱਲ ਸੁਣੀ ਜਾਓ, ਜ਼ਮੀਰ ਮਾਰ ਕੇ ਪੱਤਰਕਾਰੀ ਕਰੀ ਜਾਓ ਅਦਾਰੇ 'ਚ ਕਿ ਪੈਸਿਆਂ ਦੀ ਲੋੜ ਹੈ, ਜੋ ਅਦਾਰਾ ਕਹੇਗਾ ਮੈਂ ਕਰੀ ਜਾਵਾਂਗਾ। ਇੱਕ ਤਾਂ ਹੁੰਦੇ ਨੇ ਉਹ ਲੋਕ, ਇੱਕ ਹੁੰਦੇ ਆ ਕਿ ਆਹ ਚੱਕੋ ਜੀ ਤੁਹਾਡੀ ਜੌਬ ਮੈਂ ਚੱਲਿਆ। ਖਹਿਰਾ, ਜਗਮੀਤ ਬਰਾੜ, ਬੀਰ ਦਵਿੰਦਰ, ਇਹ 5-4 ਲੋਕ ਨੇ ਜਿਨ੍ਹਾਂ ਨੂੰ ਸਾਡੇ ਮੀਡੀਏ ਵਾਲੇ ਵੀ ਕਹਿੰਦੇ ਨੇ ਕਿ ਚੁਫੇਰ ਗੜੀ ਇਹਨੇ ਲਾ ਕੇ ਨਹੀਂ ਖਾਂਦੇ। ਯਾਰ ਪਾਰਟੀ ਦਾ ਜਿੱਥੇ ਸਿਧਾਂਤ ਗਲਤ ਹੈ, ਉਹ ਮੈਂ ਕਹਿੰਦਾ ਬੰਦੇ ਦਾ ਕੈਰੀਅਰ ਰਹੇ ਜਾਂ ਨਾ ਰਹੇ, ਉਹ ਉਹਨੂੰ ਬੋਲਣਾ ਚਾਹੀਦਾ। ਇੱਕ ਪਾਸੇ ਤਾਂ ਕਹਿੰਦੇ ਜ਼ੁਰਤ ਰੱਖੋ, ਦੂਸਰੇ ਪੈਂਦੇ ਪਾਸੇ ਕਹਿੰਦੇ ਆ ਅਨੁਸ਼ਾਸਨ 'ਚ ਰਹੋ। ਹੁਣ ਜੇ ਪਾਰਟੀ ਚੋਰੀ ਕਰਦੀ ਹੈ, ਕਮੀਨਗੀ ਕਰਦੀ ਹੈ, ਕੀ ਉਹਦੇ 'ਚ ਸ਼ਾਮਿਲ ਹੋ ਜਾਣਾ ਚਾਹੀਦਾ? ਸਾਡੇ ਤਾਂ ਗੁਰੂ ਦਾ ਸਿਧਾਂਤ ਹੈ ਕਿ ਜੇ ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ। ਪਰ ਅਸੀਂ ਕਹਿੰਦੇ ਨਹੀਂ, ਪਾਰਟੀ ਨਾਲ ਲਾ ਕੇ ਖਾਓ, ਚਾਹੇ ਚੋਰ ਨੇ ਚਾਹੇ ਚੱਕੇ ਨੇ, ਉਹਨਾਂ ਦੇ ਨਾਲ ਹੀ ਰਲੇ ਰਹੋ। ਅਸੀਂ ਵੀ ਡਬਲ ਸਟੈਂਡਰਡ ਲੋਕ ਹਾਂ ਮੀਡੀਆ ਵਾਲੇ ਬਹੁਤੇ। ਤੁਸੀਂ ਆਨਰ ਹੋ ਸਰ। ਹਾਂਜੀ ਸਰ, ਲਖਵਿੰਦਰ ਸਿੰਘ ਸੰਮੇ ਵਾਲੀ ਬੇਨਤੀ ਕਰਦਾ। ਜੀ ਸੰਮੇ ਵਾਲੀ ਸਾਹਿਬ। ਹਾਂਜੀ ਸਰ, ਬੇਨਤੀ ਸੀ ਵੀ ਦੋ ਮਾਨਾਂ ਨੇ, ਨਾ ਸਿਮਰਨਜੀਤ ਮਾਨ ਨੇ ਤੇ ਨਾ ਇਹ ਭਗਵੰਤ ਮਾਨ, ਗੋਲ ਅੱਖਾਂ ਵਾਲੇ ਨੇ, ਕਿਸੇ ਪਾਸੇ ਨਹੀਂ ਲੱਗਣ ਦੇਣਾ ਜੀ। ਕਿਉਂਕਿ ਤੁਹਾਨੂੰ ਪਤਾ ਵੀ ਲੋਕਾਂ ਨੇ ਤਸ਼ਕੀਆਂ ਦਿੱਤੀਆਂ ਜਿਹੜੇ ਵੀ, ਜਿਹੜਾ ਬੰਦਾ ਗੋਲ ਅੱਖਾਂ ਵਾਲਾ ਹੁੰਦਾ ਨਾ, ਉਹ ਬੜਾ ਹਾਨੀਕਾਰਕ ਹੁੰਦਾ ਹੈ। ਤੇ ਸਿਮਰਨਜੀਤ ਮਾਨ ਨੇ ਵੇਖੋ ਚੱਲਦੀਆਂ, ਮਤਲਬ ਬਰਗਾੜੀ ਵਾਲਾ ਕੇਸ ਸੀ, ਕੈਂਚੀ ਇਹਨਾਂ ਨੇ ਮਾਰੀ, ਧਿਆਨ ਸਿੰਘ ਮਾਨਡਰਾਂ ਨੇ, ਮਤਲਬ 8-9 ਐਮ ਪੀ ਬਣ ਕੇ ਕਿਸੇ ਪਾਸੇ ਨਹੀਂ ਲੱਗਣ ਦਿੱਤਾ। ਉਸੇ ਤਰ੍ਹਾਂ ਭਗਵੰਤ ਮਾਨ ਨੇ ਨਹੀਂ ਲੱਗਣ ਦਿੱਤਾ ਜੀ। ਇਹ ਅਗਾਂਹ ਦੇ ਨੇ ਨਾ ਜੀ, ਸਾਡੀ ਸਰਕਾਰ ਬਣ ਜਾਏਗੀ, ਇਹ ਦੋ ਸਰਪੰਚ ਬਣਾ ਕੇ ਵਿਖਾ ਦੇਣ ਜੀ, ਜੀ ਇਹਨਾਂ ਦਾ ਇਹੀ ਹਾਲ ਰਿਹਾ। ਖਹਿਰੇ ਨੇ ਖਹਿਰਾ ਰਹਿਣਾ ਹੈ ਜੀ, ਖਹਿਰੇ ਦਾ ਮੁਕਾਬਲਾ ਨਹੀਂ ਕਰ ਸਕੇ। ਥੈਂਕ ਯੂ ਸਰ।
ਮਿਹਰਬਾਨੀ ਆ ਜਿਹੜੀ ਗੋਲਕਾਂ ਵਾਲੀ ਗੱਲ ਆ ਨਵੀਂ ਕਰਕੇ, ਸਾਡੀ ਵਿਰਾਸਤ 'ਚ ਵੀ ਬਹੁਤ ਸਾਰੀਆਂ ਮਿੱਥਾਂ ਨੇ ਖੈਰ, ਪਰ ਭਗਵੰਤ ਮਾਨ ਦੇ ਤਾਂ ਹੁਣ ਭਾਈ ਦੰਦ ਵੀ 32 ਨੇ, ਉਹ ਤਾਂ ਕਹਿੰਦਾ ਮੇਰੀ ਗੱਲ ਕਹੀ ਸਾਰੀ ਸੱਚੀ ਓ ਨਿਕਲਦੀ ਹੈ। ਖੈਰ ਜਸਟ ਜੋਕਿੰਗ, ਤੁਸੀਂ ਆਉਣੇ ਰਹੋ ਸਰ। ਹਾਂ ਸਤਿ ਸ਼੍ਰੀ ਅਕਾਲ ਟੋਣਾ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਬੋਲ ਰਹੇ ਹੋ? ਕੁਲਵੰਤ ਸਿੰਘ ਜੀ। ਹਾਂ ਕੁਲਵੰਤ ਸਿੰਘ ਵਰਜੀਨੀਆ ਤੋਂ, ਅੱਜ ਆਵਾਜ਼ 'ਚ ਗੜਕਾ ਨਹੀਂ ਭਾਅ ਜੀ, ਮਾਝੇ ਵਾਲਿਓ। ਉਹ ਇਸ ਤਰ੍ਹਾਂ ਜੀ ਵੀ ਬਹੁਤਾ ਕੁਝ ਦੱਸ ਜਾਂਦੇ ਹੋ ਤੁਸੀਂ, ਜਿਸ ਤਰ੍ਹਾਂ ਪਿਛਲੀ ਵਾਰੀ ਵੀ ਇਹਨੇ ਅੜਿੱਕੇ ਤੇ ਅੜਿੱਕਾ ਡਾਇਆ ਸੀ ਤੇ ਇਹਨੇ ਹੁਣ ਤੋਂ, ਅਜੇ ਇਲੈਕਸ਼ਨ 2 ਸਾਲਾਂ ਨੂੰ ਆ, ਇਹਨੇ ਹੁਣ ਤੋਂ ਹੀ ਉਹ ਇੱਟ ਖੜੱਕਾ ਜਿਹੜਾ ਸ਼ੁਰੂ ਕਰ ਦਿੱਤਾ ਨਾ, ਤੇ 2 ਸਾਲਾਂ ਤੱਕ ਕਿੱਥੋਂ ਤੱਕ ਪੁੱਜ ਜਾਏਗਾ ਭਗਵੰਤ ਮਾਨ? ਮੈਂ ਸਮਝਦਾ ਇੰਨੀਆਂ ਕੰਡੀਸ਼ਨਾਂ ਇਹ ਲਾਈ ਜਾਂਦਾ ਕਿ ਇਹਨਾਂ ਦੀ ਕੋਰ ਕਮੇਟੀ ਜੇ ਉਹ ਫੈਸਲਾ ਹੋਇਆ ਜਾਂ ਕੇਜਰੀਵਾਲ ਵੱਲੋਂ ਇਹੋ ਹੀ ਹਦਾਇਤਾਂ ਨੇ ਭਾਈ ਤੂੰ ਜੋ ਬੋਲੀ ਜਾਏਗਾ ਵੀ ਅਸੀਂ ਜਸਮੈਨੀ ਆ ਤੂੰ, ਇਹਦਾ ਮਤਲਬ ਇਹ ਹੋਇਆ ਭਾਈ ਇਹ ਕਿਸੇ ਵੀ ਆਪ ਤੋਂ ਵੱਡੀ ਸੋਚ ਵਾਲੇ ਬੰਦੇ ਨੂੰ ਨੇੜੇ ਲੱਗਣ ਦੇਣ ਲਈ ਤਿਆਰ ਨਹੀਂ, ਕਿਉਂਕਿ ਜੇ ਪੋਲੀਟੀਕਲ ਤੌਰ ਤੇ ਵੇਖੀਏ ਤੇ ਆਪਾਂ ਇਹ ਮੰਨ ਕੇ ਚੱਲਦੇ ਆ ਤੇ ਸੁਖਪਾਲ ਖਹਿਰੇ ਦਾ ਇਹ ਪਾਸਕੂ ਵੀ ਨੀਗਾ, ਜੋ ਇਹ ਮੇਰੀ ਨਿੱਜੀ ਸਮਝ ਆ। ਰਹਿ ਗਈ ਗੱਲ ਸੁਖਪਾਲ ਖਹਿਰੇ ਦੀ, ਵੀ ਜਿਵੇਂ ਤੁਸੀਂ ਕਹਿਤਾ ਵੀ ਉਹ ਵੀ ਅੱਗੋਂ ਅੱਗ ਦਾ ਗੋਲਾ ਵਾ, ਮੈਂ ਸਮਝਦਾ ਵਾ ਤੇ ਅੱਗ ਦਾ ਗੋਲਾ ਕਈ ਵਾਰੀ ਬਣਨਾ ਪੈਂਦਾ ਵਾ, ਹਾਲਾਤ ਮਜਬੂਰ ਕਰ ਦਿੰਦੇ ਨੇ, ਕਿਉਂਕਿ ਉਹ ਨੀਤੀਆਂ ਨਾਲ ਲੋਕ ਸਮਝੌਤਾ ਨਹੀਂ ਕਰਦੇ। ਜਿਹੜੀ ਉਹਦੇ ਦਿਮਾਗ 'ਚ ਗੱਲ ਆ ਭਾਈ ਕਰਪਸ਼ਨ ਨਹੀਂ ਕਰਨੀ, ਹੇਰਾ ਫੇਰੀ ਨਹੀਂ ਚੱਲਣ ਨਹੀਂ ਦੇਣੀ ਤੇ ਕਰਨੀ ਨਹੀਂ ਤੇ ਰੋਕਣਾ ਵਾ ਜਬਰ ਹੁੰਦੇ ਨੂੰ ਵੇਖ ਕੇ ਤੇ ਪਿੱਛੇ ਨਹੀਂ ਹਟਣਾ, ਇਹ ਸਾਰਾ ਕੁਝ ਉਹ ਕਰਨ ਜਾਣਦਾ ਵਾ। ਵੱਖਰੀ ਗੱਲ ਆ ਉਹਦਾ ਸਾਥ ਬਹੁਤ ਛੋਟਾ ਹੋ ਗਿਆ ਫਿਲਹਾਲ, ਪਰ ਜੁੜਦਿਆਂ ਵੀ ਬਹੁਤਾ ਸਮਾਂ ਨਹੀਂ ਸਿਆਸਤ ਵਿੱਚ ਲੱਗਦਾ, ਇਸ ਲਈ ਅਸੀਂ ਸਮਝਦੇ ਹਾਂ ਜਿੱਥੇ ਇਹ ਆਉਂਦਾ ਭਾਈ ਬਾਕੀ ਸਾਰਿਆਂ ਲਈ ਤੇ ਦਰਵਾਜ਼ੇ ਖੁੱਲੇ ਨੇ ਤੇ ਜਿਵੇਂ ਇਸ਼ਾਰੇ 'ਚ ਹੀ ਕਹਿ ਜਾਂਦਾ ਵਾ ਭਾਈ ਉਹਦੇ ਲਈ ਉਹਨੇ ਬੜਾ ਕੁਝ ਬੋਲਿਆ, ਫਿਰ ਤੂੰ ਭਲਿਆ ਮਾਨਸਾ ਕੇਜਰੀਵਾਲ ਦਾ ਨਾਂ ਲਿਆ ਤੇ ਉਹਦੇ ਤੱਕ ਹੀ ਰਹੋ, ਤੂੰ ਨਾਲ ਆਪਣਾ ਵੀ ਜੋੜ ਲਿਆ ਭਾਈ ਮੇਰੇ ਖਿਲਾਫ਼ ਵੀ ਬੜਾ ਬੋਲਿਆ, ਤੂੰ ਇੰਨਾ ਕਿਤੇ ਰੱਖ ਛੱਡ ਭਾਈ ਮੇਰੀ ਕੋਈ ਰੰਜਿਸ਼ ਘੱਟ ਆ, ਉਹਨੇ ਸਾਡੇ ਸੀਨੀਅਰ ਲੀਡਰ ਦੇ ਖਿਲਾਫ਼ ਜ਼ਿਆਦਾ ਬੋਲਿਆ, ਇਹ ਇੰਨੀ ਕੁ ਇਹਨੂੰ ਅਕਲ ਦੀ ਕਹਿ ਲਈਏ ਵੀ ਸੋਝੀ ਆ। ਇਸ ਲਈ ਜਿਹੜੀ ਗੱਲ ਆ ਪਹਿਲਾਂ ਕੀਤੀ ਗਈ ਆ ਵੀ ਇਹ ਕਿਤੇ ਪਿਛਲੇ ਦੀ ਤਰ੍ਹਾਂ ਇਹ ਰਹਿ ਨਾ ਜਾਣ ਅਗਲੀਆਂ ਇਲੈਕਸ਼ਨਾਂ ਵਿੱਚ, ਇਹ ਸੋਚ ਦਾ ਦੁਆਲਾ ਹੁਣ ਤੋਂ ਕੱਢਣਾ ਭਗਵੰਤ ਮਾਨ ਨੇ ਸ਼ੁਰੂ ਕਰ ਦਿੱਤਾ, ਪੰਜਾਬ 'ਚ ਇਹਨੂੰ ਕੋਈ ਰੋਕਦਾ ਨਹੀਂ ਗਾ, ਪਤਾ ਨਹੀਂ ਕੇਜਰੀਵਾਲ ਦਾ ਇਹਦੇ 'ਤੇ ਖਿਆਲ ਕਦੋਂ ਆਉਣਾ ਵਾ ਕਿ ਕੰਟਰੋਲ ਵਿੱਚ ਰਹਿ ਕੇ ਚੱਲੇ ਅਤੇ ਜੋੜੇ ਤੋੜੇ ਨਾ। ਹੁਣ ਇਹ ਤਾਂ ਪਤਾ ਵੀ ਇਹਦੇ ਨਾਲੋਂ ਤਾਂ ਨਿਖੜਨਾ ਨਹੀਂ ਇਲੈਕਸ਼ਨ ਤੱਕ ਕਿਸੇ ਨੇ, ਅਤੇ ਇਹ ਜਿਹੜੇ ਜੁੜਨ ਵਾਲੇ ਨੇ ਜਿਨ੍ਹਾਂ ਦੇ ਆਸਰੇ ਨੇ ਜਿੱਤਣਾ ਵਾ ਇਹ ਉਹਨਾਂ ਨੂੰ ਹੋਰ ਪਰਾਂ ਹਟਾਈ ਜਾਣ ਡਿਆ, ਜਿਹੜਾ ਕਿ ਬੜੀ ਮੰਦਭਾਗੀ ਗੱਲ ਆ ਇੱਕ ਪੰਜਾਬ ਵਿੱਚ ਤੀਸਰੇ ਬਦਲ ਦੇ ਉਸਰ ਲਈ। ਥੈਂਕ ਯੂ ਵਰਜੀਨੀਆ ਸਾਹਿਬ, ਥੈਂਕ ਯੂ। ਦੇਖੋ ਗੱਲ ਉਹੀ ਹੈ ਕਿ ਭਰਾਵਾਂ ਦੇ ਬਹਾਨੇ ਯਾਰਾਂ ਨੂੰ ਪਿੱਟਣ ਵਾਲੀ ਗੱਲ ਕੀਤੀ ਹੈ ਨੇ ਕਿ ਕੇਜਰੀਵਾਲ 'ਤੇ ਚਿੱਕੜ ਸੁੱਟਿਆ। ਭਾਈ ਕੇਜਰੀਵਾਲ ਤਾਂ ਅਨਨੋਨ ਬੰਦਾ, ਦੁਖੀ ਬੰਦਾ, ਜਿਹੜਾ ਉੱਥੇ ਸਾਹੀ ਸੁੱਟੀ ਸੀ ਉਹਦੇ ਘਰ ਵੀ ਗੁਲਾਬ ਲੈ ਕੇ ਚੱਲਿਆ ਗਿਆ ਯਾਰ, ਉਹ ਤਾਂ ਐਡਾ ਧਰਮਾਤਮਾ ਬੰਦਾ ਹੋ ਗਿਆ ਮਹਾਤਮਾ ਗਾਂਧੀ ਵਾਂਗੂ, ਜਿਵੇਂ ਗਾਂਧੀ ਕਹਿੰਦਾ ਸੀ ਇੱਕ ਥੱਪੜ ਮਾਰਦਾ ਕੋਈ ਅਗਲੀ ਗੱਲ ਮੂਹਰੇ ਕਰੋ, ਕੇਜਰੀਵਾਲ ਨੇ ਉਹੀ ਪੈਟਰਨ ਬਣਾਇਆ। ਉਹ ਤਾਂ ਮਹਾਜਨ ਬੰਦਾ, ਮਜੀਠੀ ਨੇ ਕੁਛ ਆਖਿਆ ਮਾਫ਼ੀ ਮੰਗਿਆ ਕਹਿੰਦਾ ਜੀ ਮਾਫ਼ ਕਰ ਦਿਓ, ਕੇਜਰੀਵਾਲ ਦੇ ਇੰਨਾ ਨਿਮਰ ਬੰਦਾ ਤੂੰ ਐਵੇਂ ਉਹਦੀ ਖੜਪੈਂਚੀ ਕਰੀ ਜਾਂਦਾ। ਕੇਜਰੀਵਾਲ ਤਾਂ ਇਹ ਕਹਿੰਦਾ ਕਿ ਕੋਈ ਨਹੀਂ ਚਿੱਕੜ ਸੁੱਟਦਾ, ਮੈਂ ਤੁਹਾਡੇ ਘਰ ਪਿਆਰ ਨਾਲ ਫੁੱਲ ਦੇਣਾ ਹੈ। ਜੇ ਖਹਿਰੇ ਨੇ ਮਾੜਾ ਚੰਗਾ ਬੋਲਤਾ, ਖਹਿਰਾ ਮਾਫ਼ੀ ਵੀ ਮੰਗ ਸਕਦਾ, ਰਿਗਰੈਟ ਵੀ ਕਰ ਸਕਦਾ, ਪਰ ਖਹਿਰਾ ਤਾਂ ਇੱਕ ਵੱਡੀ ਤੋਪ ਹੈ ਨਾ ਤੁਹਾਡੀ ਪਾਰਟੀ ਦੀ, MLA ਹੈ। ਬਾਕੀ ਖਹਿਰੇ ਨੇ ਜਿਸ ਤਰ੍ਹਾਂ ਐਜ਼ ਏ ਵਿਰੋਧੀ ਧਿਰ ਦੇ ਆਗੂ ਕੰਮ ਕੀਤਾ, ਮਤਲਬ ਸਪੀਕਰਾਂ ਦੇ ਇਤਿਹਾਸ ਦੇ ਵਿੱਚ ਪਹਿਲਾਂ ਦੱਸ ਦਿਓ ਕਿ ਕਿਸੇ ਨੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਦੀ ਐਡੀ ਕਿਸੇ ਨੇ ਵੈਲਿਊ ਨੋਟ ਕੀਤੀ ਸੀ? ਵਿਦ ਫਿਗਰ ਅਤੇ ਫੈਕਟ ਉਹ ਬੰਦਾ ਲੜਦਾ ਸਿਸਟਮ ਦੇ ਨਾਲ। ਬਾਦਲਾਂ ਨੇ ਵੀ ਪਰਚਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਮਾਨਸਾ ਦੇ SSP ਰਾਹੀਂ ਅਕਾਲੀ ਵਜ਼ਾਰਤ ਦਰਮਿਆਨ, ਅਗਲੇ ਜਦੋਂ ਹੀ ਸਰੈਂਡਰ ਕਰ ਗਏ ਆ। ਉਹਨੂੰ ਲੜਨਾ ਆਉਂਦਾ, ਠੀਕ ਹੈ ਉਹ ਵੀ ਅੱਗ ਬਬੂਲਾ ਮੈਨੂੰ ਫਿਰ ਕਹਿਣਾ ਪੈਣਾ ਹੈਗਾ। ਅਤੇ ਇਸ ਦੌਰਾਨ ਮਤਲਬ ਤੁਸੀਂ ਪਹਿਲਾਂ ਹੀ ਬਾਰੀਅਰ ਖੜ੍ਹਾ ਕਰ ਦਿੱਤਾ ਨਾ ਕਿ ਮੈਨੂੰ ਵੀ ਕਿਹਾ, ਤੁਸੀਂ ਐਂ ਕਹੋ ਕਿ ਭਾਈ ਮੈਨੂੰ ਵੀ ਕਿਹਾ, ਕੇਜਰੀਵਾਲ ਦੀ ਸ਼ੀਲਡ ਕਿਉਂ ਲੈਂਦੇ ਹੋ? ਤੁਸੀਂ ਆਉਣੇ ਰਹੋ ਸਰ। ਸਤਿ ਸ਼੍ਰੀ ਅਕਾਲ ਬੜਾ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਮੈਂ ਅੱਜ ਸਰ ਕੋਈ ਗੱਲ ਨਹੀਂ ਕਰਨੀ ਚਾਹੁੰਦਾ, ਮੈਂ ਸਰ ਇੱਕ ਬੇਨਤੀ ਕਰਨੀ ਆ, ਕੋਈ ਲੰਮੀ ਚੌੜੀ ਗੱਲ ਨਹੀਂ। ਇਹ ਸੜੇ ਵੀ ਬੰਦੇ ਆਏ ਨਾ ਲੈ ਕਰੋ, ਰਾਤ ਲੈ ਕੋ 8:30 ਵਾਲੇ ਕੋ ਆਰਾਮ ਰੱਖ ਲਿਆ ਕਰੋ, ਭਗਵੰਤ ਮਾਨ ਦਾ ਨਾਂ ਨਾ ਲਿਆ ਕਰੋ, ਸੋ ਮੇਰੀ ਚਾਹ ਵਿੱਚ ਰਹੀ ਏਡਾ ਸੜਿਆ ਬੰਦਾ ਇਹ।
ਨਹੀਂ ਪਲੀਜ਼ ਇੰਨਾ ਚਲੋ ਐਂ ਤਾਂ ਨਹੀਂ, ਇੱਦਾਂ ਤਾਂ ਅੱਛਾ ਬੰਦਾ ਕੋਈ ਨਹੀਂ। ਮੈਨੂੰ ਤਾਂ ਅੱਛਾ ਲੱਗਦਾ ਵੈਸੇ ਨਿੱਜੀ ਤੌਰ 'ਤੇ, ਮੈਂ ਅੱਜ ਵੀ ਉਹਦੀਆਂ ਕਿੰਨੀਆਂ ਤਸਵੀਰਾਂ ਦਿੰਦਾ। ਹਾਂ, ਜਿੱਥੇ ਉਹ ਗਲਤ ਆ ਨਾ, ਸਾਡੀ ਕੋਸ਼ਿਸ਼ ਹੈ ਨਾ ਕਿ ਸੁਧਾਰ ਕਰੇ, ਕਿਉਂਕਿ ਆਪੋਜੀਸ਼ਨ ਦੇ ਨਾਲ ਇੱਕ ਹੋਰ ਤੀਸਰਾ ਧਿਰ ਅਗਲ ਬਣਿਆ ਰਹਿੰਦਾ ਨਾ, ਪ੍ਰੈਸ਼ਰ ਬਣੇਗਾ ਦੋਨਾਂ 'ਤੇ। ਨਹੀਂ ਤਾਂ 75-25 ਤਾਂ ਗੱਲਾਂ ਕਲੀਅਰ ਹੀ ਨੇ ਨਾ, ਜੋ ਸਿਸਟਮ ਚੱਲ ਰਿਹਾ ਅਤੇ ਉਹ ਤਾਂ 2022 'ਚ ਅਕਾਲੀ ਮਾਰੋ ਮਾਰ ਕਰਦੇ ਆਉਂਦੇ ਆ, ਭਾਜਪਾ ਆ ਰਹੀ ਹੈ ਨਾਲ। ਕੈਪਟਨ ਨੇ ਕਾਂਗਰਸ ਨੂੰ ਇੰਨਾ ਕੁ ਉਜਾੜ ਕੇ ਜਾਣਾ ਕਿ ਕਾਂਗਰਸ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ। ਜਾਂ ਤਾਂ ਬਦਲ ਇਹ ਹੈ ਕਾਂਗਰਸ ਕੋਲ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਵੇਂ ਕਿਵੇਂ ਨਾਲ ਲਾਈ ਰੱਖਣ, ਬਿਲਕੁਲ ਲਾਸਟ 'ਚ ਜਾ ਕੇ ਵੀ ਜੇ ਕਮਾਂਡ ਪੰਜਾਬ ਦੀ ਪ੍ਰਧਾਨਗੀ ਜਾਂ ਪੰਜਾਬ ਦਾ CM 6 ਮਹੀਨੇ ਰਹਿੰਦਿਆਂ ਵੀ ਸਿੱਧੂ ਨੂੰ ਬਣਾ ਦਿੰਦੇ ਨੇ ਨਾ, ਤਾਂ ਕਾਂਗਰਸ ਨੇ ਫਿਰ ਕਰਾਮਾਤ ਕਰ ਜਾਣੀ ਆ। ਉਹਨਾਂ ਕੋਲ ਸਿੱਧੂ ਨਵਾਂ ਤੋਪ ਹੈਗੀ ਹੈ। ਇਸ ਕਰਕੇ ਜੇ ਸਿੱਧੂ ਇੱਧਰ ਆ ਜਾਂਦਾ ਇਹਨਾਂ ਵੱਲ, ਠੀਕ ਹੈ ਉਹ ਪੰਜਾਬ ਪੱਧਰ 'ਤੇ ਇੱਕ ਛੋਟੀ ਪਾਰਟੀ 'ਚ ਆ ਜਾਂਦਾ, ਪਰ ਉਹ ਸਟੇਟ 'ਚ ਆਪਣੀ ਸਰਕਾਰ ਬਣਾ ਜਾਣਗੇ। ਇਹ ਸਥਿਤੀ ਹੈਗੀ ਹੈ। ਕਪਤਾਨ ਭਾਵੇਂ ਸੋਨੇ ਦਾ ਹੋ ਜਾਵੇ, ਲੋਕਾਂ ਨੇ ਪ੍ਰਵਾਨ ਨਹੀਂ ਕਰਨਾ ਜਿੰਨਾ ਮਰਜ਼ੀ ਕਰਜ਼ਾ ਚੱਕ ਕੇ ਵੰਡੀ ਜਾਵੇ, ਕਿਉਂਕਿ ਕਪਤਾਨ ਨੇ ਕਾਰਵਾਈ ਕਰਨੀ ਨਹੀਂ ਬਾਦਲਾਂ 'ਤੇ ਜਾਂ ਜੋ ਕੁਛ ਹੋਇਆ ਵਾ। ਸੋ ਇਸ ਕਰਕੇ ਲੋਕਾਂ ਨੇ ਅਗਲੀ ਟਰਮ ਨਵਜੋਤ ਸਿੰਘ ਸਿੱਧੂ ਦੇ ਨਾਂ 'ਤੇ ਕੈਸ਼ ਹੋਣਾ, ਇਹ ਗੱਲ ਕਲੀਅਰ ਹੈ। ਸਿੱਧੂ ਨੂੰ ਜਿਹੜਾ ਕੈਸ਼ ਕਰ ਗਿਆ ਉਹ ਬੰਦਾ ਜਾਏਗਾ ਉਸ ਪਾਸੇ, ਉਹ ਪਾਰਟੀ ਜਿੱਤੇਗੀ। ਤੁਸੀਂ ਆਨਰ ਹੋ ਸਰ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸ਼ੇਰਗਿੱਲ ਸਾਹਿਬ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਮੈਂ ਕਹੂੰਗਾ ਭਗਵੰਤ ਮਾਨ ਚਲੋ ਬੋਲਦਾ ਤਾਂ ਹੈ ਪਰ ਇੰਨਾ ਇਹ ਸਮਝਦਾਰ ਸਿਆਸਤਦਾਨ ਨਹੀਂ ਹੈਗਾ, ਤੇ ਜਿਸ ਤਰ੍ਹਾਂ ਇਹਨੂੰ ਗੱਲ ਕਰਨੀ ਚਾਹੀਦੀ ਹੈ ਪਾਰਟੀ ਦਾ ਚਲੋ ਪ੍ਰਧਾਨ ਹੈ ਆਪਣੀ ਪੰਜਾਬ ਦਾ। ਦੇਖੋ ਕੇਜਰੀਵਾਲ ਨੇ ਵੀ ਲੱਫੜ ਖਾ ਕੇ ਜੀ ਇੱਕ ਬੰਦੇ ਤੋਂ ਉਹਨੂੰ ਵੀ ਮਾਫ ਕਰਤਾ ਸੀ, ਰਾਈਟ? ਤੇ ਜਿਵੇਂ ਜਰਨੈਲ ਸਿੰਘ ਕਰਕੇ ਜੁੱਤੀ ਸਿੱਟ ਕੇ ਵੀ ਉਹ MLA ਬਣ ਗਿਆ, ਰਾਈਟ? ਕਈ ਵਾਰ ਗਲਤੀਆਂ ਹੋ ਜਾਂਦੀਆਂ, ਮੈਂ ਕਹਿੰਦਾ ਖੈਰ ਤੂੰ ਹਜੇ ਵੱਡੀ ਏਡੀ ਵੱਡੀ ਗਲਤੀ ਨਹੀਂ ਹੋਈ, ਪਰ ਇਹਨਾਂ ਨੂੰ ਡਿਪਲੋਮੈਟਿਕ ਢੰਗ ਨਹੀਂ ਆਉਂਦੇ ਹੈਗੇ। ਮਤਲਬ ਵੀ ਮੈਂ ਕਹੂੰਗਾ ਭਗਵੰਤ ਮਾਨ ਨੂੰ ਵੀ ਏਡਾ ਕਿਸ ਖਹਿਰੇ ਨੇ ਕਰਤਾ ਹੈਗਾ। ਵੇਖੋ ਕਾਂਗਰਸ ਪੱਤਾ ਪਿਛਲੀ ਵਾਰ ਖੇਡ ਗਈ ਨਾ, ਸਿੱਧੂ ਨੇ ਕੀ ਨੀ ਬੋਲਿਆ ਸੀ ਕਾਂਗਰਸ ਨੂੰ, ਇਹ ਤਾਂ ਚਲੋ ਹੈ ਉਹ ਨੈਸ਼ਨਲ ਪਾਰਟੀ ਤੌਰ ਤੇ ਸੋਨੀਆ ਗਾਂਧੀ ਨੂੰ ਕੀ ਕੁਛ ਕਹਿ ਗਿਆ ਸੀ, ਦੂਜੇ ਨੂੰ ਆਪਣੇ ਰਾਹੁਲ ਗਾਂਧੀ ਨੂੰ ਕੀ, ਈਵਨ ਮਨਮੋਹਨ ਸਿੰਘ ਨੂੰ ਵੀ ਕਹਿ ਗਿਆ, ਫਿਰ ਵੀ ਉਹ ਤਾਂ ਵਰਤ ਕੇ ਤੇ ਸਿੱਧੂ ਨੂੰ ਲੈ ਕੇ ਆਪਦੀ ਸਰਕਾਰ ਬਣਾ ਗਏ ਬਾਈ ਜੀ 2017 ਦੇ ਵਿੱਚ। ਬਿਲਕੁਲ। ਸੋ ਮੈਂ ਇਹ ਕਹੂੰਗਾ, ਮੈਂ ਕਿਸੇ ਹੱਕ 'ਚ ਨੀ ਇਹ ਜਿਹੀਆਂ ਮਤਲਬ ਜਿਹੜੀਆਂ ਨੌਸਰਬਾਜ਼ੀਆਂ ਜਿਹੜੀਆਂ ਖੇਡ ਰਹੇ ਹੈ, ਪਰ ਮੈਂ ਕਹੂੰਗਾ ਵੀ ਇਹੋ ਜਿਹੇ ਪੋਲੀਟੀਕਲ ਕੋਈ ਭਗਵੰਤ ਮਾਨ ਕੋਈ ਸਿਆਣਾ ਬੰਦਾ ਨੀ, ਇਹਨੂੰ ਇਹੋ ਜਿਹੇ ਤੇਜ਼ ਚਰਾਰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਪਰ ਜਿਵੇਂ ਤੁਸੀਂ ਸਹੀ ਕਿਹਾ, ਇਹਨਾਂ ਦੀ ਮੁੱਖ ਮੰਤਰੀ ਦੇ ਆ ਕੇ ਨਾ ਉਹਦੇ ਤੇ ਬਾਈ ਜੀ ਉੱਥੇ ਗਰਾਰੀ ਅੜ ਜਾਣੀ ਹੈ, ਇਹ ਭਾਵੇਂ ਕਿਸੇ ਨੂੰ ਵੀ ਲੈ ਲੈਣ ਉੱਥੇ ਇਹਨਾਂ ਦੀ ਗਰਾਰੀ ਅੜਨੀ, ਉਹ ਇਹਨਾਂ ਦੀ ਲਾਹੇਵੰਦ ਨਹੀਂ ਹੋਊਗੀ ਬਿਲਕੁਲ। ਥੈਂਕ ਯੂ। ਦੇਖੋ ਸਰਕਾਰ ਬਣਾ ਲਿਓ, 2.5-2.5 ਸਾਲ ਕਰ ਲਿਓ, 50-50 ਕਰ ਲਿਓ ਯਾਰ, ਸਰਕਾਰ ਤਾਂ ਬਣਾਓ, ਲੋਕਾਂ ਨੂੰ ਪਤਾ ਲੱਗ ਜਾਵੇ, ਲੋਕਾਂ ਦੀ ਉਮੀਦ ਹੈ ਤੁਹਾਡੇ ਤੋਂ ਕਿ ਇਨਕਲਾਬੀ ਨੇ। ਇਹ ਠੀਕ ਹੈ ਕਿ ਨਿੱਜੀ ਤੌਰ 'ਤੇ ਭਗਵੰਤ ਕਰਪਸ਼ਨ ਨਹੀਂ ਕਰਦਾ, ਸਮਰਪਿਤ ਹੈ, ਜਿਹੜੇ ਉੱਤੇ ਖਾਣ ਪੀਣ ਦੇ ਦੋਸ਼ ਲੱਗਦੇ ਨੇ ਮੈਂ ਉਹਨਾਂ ਨੂੰ ਕੋਈ ਬਾਹਲਾ ਵੱਡਾ ਗੁਨਾਹ ਨਹੀਂ ਸਮਝਦਾ, ਚੱਲਦਾ ਸਭ, ਅੱਜ ਕੱਲ੍ਹ ਤਾਂ ਬੀਬੀਆਂ ਪੀ ਜਾਂਦੀਆਂ ਬਰਾਂਡੀ, ਇਹ ਕੋਈ ਐਡੀ ਗੱਲ ਨਹੀਂ, ਬੰਦਾ ਆਪਣੀ ਜੋਬ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ। ਹਾਂ, ਨਿੱਜੀ ਤੌਰ 'ਤੇ ਇਹਨਾਂ ਚੀਜ਼ਾਂ ਦਾ ਅਕਸਰ ਖਰਾਬ ਹੁੰਦਾ ਕਿ ਜੇ ਕੋਈ ਸ਼ਰਾਬੀ ਵੀ ਬੱਸ 'ਚ ਚੜ ਜਾਵੇ, ਭਾਵੇਂ ਰੱਬ ਦਾ ਰੂਪ ਹੈ, ਲੋਕ ਉਹਨੂੰ ਵੀ ਕਹਿਣਗੇ ਥੱਲੇ ਤਾਰੋ, ਇਹਨੂੰ ਥੱਲੇ ਤਾਰੋ। ਜਿਹਨੇ ਰਾਤ ਨੂੰ ਜਾਂ ਸਵੇਰੇ ਲੀਟਰ ਲਾਹਣ ਪੀਤਾ ਹੁੰਦਾ ਨਾ, ਉਹ ਵੀ ਕਹੂਗਾ ਨਹੀਂ ਨਹੀਂ ਇਹ ਤਾਂ ਸ਼ਰਾਬੀ ਹੈ, ਇਹਨੂੰ ਥੱਲੇ ਤਾਰੋ। ਇਹ ਇਮੇਜ ਹੈਗੀ ਹੈ, ਪਰ ਮੈਂ ਸਮਝਦਾ ਐਡਾ ਇਸ਼ੂ ਨਹੀਂ ਹੈ। ਇਸ਼ੂ ਇਹ ਹੈ ਕਿ ਤੁਸੀਂ ਸੁੱਚਾ ਸਿੰਘ ਛੋਟੇ ਪਰ ਲੋਕ ਕਹਿੰਦੇ ਉਹ ਜ਼ੀਰੋ ਬੰਦੇ ਆ, ਉਹ ਕੁਛ ਨਹੀਂ ਕਰ ਸਕਦੇ। ਡਾਕਟਰ ਗਾਂਧੀ ਭਾਈ, ਸੁੱਚਾ ਸਿੰਘ ਛੋਟੇ ਪਰ ਨੂੰ ਕੱਢਣ ਤੋਂ ਬਾਅਦ ਤੁਹਾਡੇ ਸਭ ਤੋਂ ਵੱਡਾ ਡੈਂਟ ਪਿਆ, ਦੂਜਾ ਡੈਂਟ ਪਿਆ ਜਿਹੜਾ ਤੁਸੀਂ ਮੋਗੇ ਘਾਲੀ ਦੇ ਘਰ ਠਹਿਰ ਲਏ, ਉਹ ਇੱਕ ਲਾਸਟ 'ਚ ਡੈਂਟ ਪਿਆ। ਮੌੜ ਮੰਡੀ ਬਲਾਸਟ ਨੇ ਲੋਕਾਂ ਦਾ ਬ੍ਰੇਨ ਵਾਸ਼ ਕੀਤਾ, ਇਹ ਤੀਸਰਾ ਕਾਰਨ ਸੀਗਾ ਇਲੈਕਸ਼ਨ ਦਾ, ਪਰ ਪਹਿਲੀਆਂ ਜਿਹੜੀਆਂ ਆਪ ਹੋਦਰੀਆਂ ਤੁਸੀਂ ਕੀਤੀਆਂ ਨੇ ਕਿ ਇਹਨੂੰ ਵੀ ਕੱਢ ਦਿਓ, ਇਹਨੂੰ ਵੀ ਕੱਢ ਦਿਓ, ਉਹ ਕਾਰਨ ਹੈ। ਸੁੱਚਾ ਸਿੰਘ ਚਾਹੇ 200 ਵੋਟਾਂ ਲੈ ਗਿਆ, ਪਰ ਕਿੰਨੇ MLA ਤੁਹਾਡੇ 'ਚ ਨੇ ਜਿਹੜੇ, ਇਹ ਤਾਂ ਸੁੱਚਾ ਸਿੰਘ ਉਂਗਲ ਫੜ ਕੇ ਲਿਆ ਸੀਗਾ, ਦੱਸ ਦਿਓ ਕਿੰਨੇ MLA ਨੇ, ਆ ਕੁਛ ਅਖਬਾਰ ਵਾਲਿਆਂ ਨੇ ਬਣਾਏ ਨੇ। ਅਸਲ ਦੇ ਵਿੱਚ ਜਿਹੜੀ ਮੀਡੀਆ ਲੋਬੀ ਹੈ ਨਾ, ਜਿਹੜੇ ਆ ਜਲੰਧਰੀ ਅਖਬਾਰ ਕਦੇ ਆਪ MP ਬਣਦੇ ਨੇ, 2-3 ਜਿਹੜੇ ਹੈਗੇ ਅਖਬਾਰ ਉੱਥੋਂ ਦੇ, ਉਹਨਾਂ ਨੇ ਠੇਕਾ ਲੈ ਰੱਖਿਆ ਸਿਆਸਤ ਦਾ ਕਿ ਕਿਹੜੀ ਪਾਰਟੀ ਨੇ ਕਿਹਨੂੰ ਰੱਖਣਾ, ਕਿਹੜੀ ਪਾਰਟੀ ਨੇ ਕਦੇ ਬਾਦਲਾਂ ਨਾਲ ਜਾਰੀ, ਕਦੇ ਢੀਂਡਸਿਆਂ ਨਾਲ ਜਾਰੀ। ਇਹ ਜਿਹੜੇ 2-3 ਅਖਬਾਰ ਨੇ ਨਾ ਜਲੰਧਰੀ, ਉਹ ਗੱਡਵੀਂ ਸਿਆਸਤ ਕਰਦੇ ਨੇ, ਆਪਣੇ ਬੰਦੇ ਪਲਾਂਟ ਕਰਦੇ ਨੇ ਅਤੇ ਉਹਨਾਂ ਤੋਂ ਉੱਦਾਂ ਦੀਆਂ ਸਟੇਟਮੈਂਟਾਂ ਦਵਾਉਂਦੇ ਨੇ, ਕਿਉਂਕਿ ਆਪ ਵਿਚਾਰੇ ਉਹ IB ਮਿਨਿਸਟਰ ਬਣਨ ਨੂੰ ਫਿਰਦੇ ਸੀ, ਨਹੀਂ ਬਣ ਸਕੇ, ਇੱਕ ਦੂਜੇ ਆ ਉਹਨਾਂ ਨੇ ਆਪਣੇ MP ਬਣਾਏ ਹੋਏ ਨੇ। ਸੋ ਇਸ ਕਰਕੇ ਬਹੁਤੀ ਗੇਮ ਪੰਜਾਬ ਦਾ ਮੀਡੀਆ ਵੀ ਘੁਮਾਉਂਦਾ ਹੈ। ਤੁਸੀਂ ਆਨਰ ਹੋ ਸਰ। ਵਾਹਿਗੁਰੂ ਜੀ। ਸਿੱਖੋ ਸਾਹਿਬ, ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ, ਬਾਗਾਂ ਦੇ ਰਾਜਾ ਦੇ ਛੋਟੇ ਵੀਰ ਜੀ, ਮਾਲੀਓ ਆਪਣੇ ਤੇ ਸੋਚਿਓ ਆਪ ਜੀ ਨੂੰ ਬਹੁਤ ਬੜੀ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਸਿੰਘ ਸਿੱਖੋ ਜੀ, ਕੀ ਕਹਿਣਾ ਚਾਹੁੰਦੇ ਹੋ? ਬੇਨਤੀ ਇਹ ਹੈ ਵੀ ਮੇਰੇ ਖਿਆਲ 8-10 ਕਾਲਰ ਬੋਲਿਆ ਜੀ,
ਤੇ ਸਾਰਿਆਂ ਨੇ ਮਾਨ ਨੂੰ ਕਿਹਾ ਵੀ ਸੰਭਲ ਜਾ ਤੇ ਸਾਡਾ ਜਿਹੜਾ ਸਾਡਾ ਬਾਹਰਲੇ ਦੇਸ਼ ਸਾਰੇ ਕਹਿੰਦੇ ਆ ਇਹਨੂੰ ਸੰਭਲ ਜਾ ਇਹ ਕੇਂਦਰੀਵਾਲ ਦੀ ਅਗਲੀ ਨੀਤੀ ਆ ਵੀ ਅੱਗੇ ਉਹ ਕਰਦਾ ਜਿਵੇਂ ਅੱਗੇ ਕੀਤਾ ਨਾ ਉਹਨੇ ਘੁੰਗਣੀ ਜੀ ਮਾਰ ਕੇ ਬੈਠਾ ਰਿਹਾ ਉੱਥੇ ਤੇ ਉਹਨਾਂ ਨੇ 40 ਘੰਟੇ ਬੰਦੇ ਉਹ ਸੰਜੇ ਹੋਣੀ ਆ ਗਏ ਇਹਨੂੰ ਖੁੱਲੀ ਛੁੱਟੀ ਦੇ ਕੇ ਸਾਰਾ ਨਾਸ਼ ਕਰ ਲਿਆ ਅਸੀਂ ਕੇਜਰੀਵਾਲ ਨੂੰ ਕਹਿੰਦੇ ਹਾਂ ਵੀ ਜੇ ਤੈਨੂੰ ਦਿੱਲੀ ਪਿਆਰੀ ਹੈ ਨਾ ਤੇ ਚਲੋ ਪੰਜਾਬ ਪਿਆਰਾ ਹੈ ਤੇ ਫਿਰ ਦਖਲ ਦੇ ਕੇ ਤੇ ਵਧੀਆ ਜਿਹੜੇ ਬੰਦੇ ਆ ਉਹਨੂੰ ਲਿਆ ਤੇ ਇਹਨਾਂ ਨੂੰ ਰੋਕ ਮੈਂ ਮਾੜਾ ਨੀ ਕਹਿੰਦਾ ਕਿਉਂਕਿ ਮਾਂ ਨੇ ਕੰਮ ਵੀ ਚੰਗੇ ਕੀਤੇ ਉੱਥੇ ਬੋਲਦਾ ਵੀ ਸਾਰਾ ਕਰਦਾ ਪਰ ਇੱਥੇ ਆ ਕੇ ਜੀਰੋ ਹੋ ਜਾਂਦਾ ਇਹਨੂੰ ਰੋਕੋ ਇਹਨੂੰ ਇਹਨੂੰ ਐਮ ਪੀ ਨੂੰ ਉੱਥੇ ਬਣਾ ਦਿਓ ਕੁਛ ਹੋਰ ਬਣਾ ਦਿਓ ਪਰ ਇਹਨੂੰ ਕਹੋ ਵੀ ਤੂੰ ਇਸ ਗੱਲ ਚ ਨਾ ਆਵੇ ਜਿਹੜੀ ਜਥੇਬੰਦੀ ਢਾਂਚਾ ਕਰਨਾ ਉਹ ਢਾਂਚਾ ਇਹਦੀ ਸਲਾਹ ਨਾ ਕੀਤਾ ਜਾਵੇ ਪਰ ਇਹਦੇ ਉੱਤੇ ਕਮੇਟੀ ਵਧੀਆ ਹੋਵੇ ਜਿਹੜੀ ਹੁਣ ਇਹ ਕਹਿੰਦਾ ਵੀ ਅਰੋੜੇ ਨੂੰ ਤੇ ਦੂਜੇ ਨੂੰ ਕਹਿੰਦਾ ਉਹ ਬਣ ਜਾਣ ਮੈਂ ਸ਼ਰਤ ਕਰਦਾ ਜੇ ਚੀਮਾ ਤੇ ਚੀਮਾ ਕਹੋ ਨਾ ਮੈਂ ਬਣਨਾ ਇਹ ਕੱਢ ਕੇ ਨਾ ਸਾਡੇ ਤੱਕਿਆ ਲਿਓ ਉਹਨੂੰ ਕੱਢ ਕੇ ਹਟੂਗਾ ਵੀ ਇਹ ਤਾਂ ਕਹਿੰਦਾ ਬਣਨਾ ਇਹ ਹੁਣ ਕਹਿੰਦਾ ਬਣਨਾ ਬਣ ਜਾਓ ਕਿਉਂਕਿ ਉਹ ਕਹਿਣ ਉਹ ਨਾ ਇਹਦਾ ਲੈਣ ਤਾਂ ਗੱਲ ਆ ਧੰਨਵਾਦ ਜੀ ਮਿਹਰਬਾਨੀ ਦੇਖੋ ਇੱਕ ਗੱਲ ਕਲੀਅਰ ਹੈ ਕਿ ਪਹਿਲਾਂ ਕੈਪਟਨ ਦੀ ਸਰਕਾਰ ਇਹਨੇ ਬਣਾਈ ਹੈ ਅਤੇ ਹੁਣ 2022 ਦੇ ਵਿੱਚ ਬੀਜੇਪੀ ਬਨਾਮ ਅਕਾਲੀਆਂ ਦੀ ਸਰਕਾਰ ਬਣਾਉਣ ਦਾ ਸਿਰਾ ਵੀ ਮਾਨ ਸਾਹਿਬ ਨੂੰ ਜਾਣਾ ਜੇ ਇਹ ਨਹੀਂ ਸੰਭਲੇ ਕੇਜਰੀਵਾਲ ਦਾ ਇੰਟਰਸਟ ਨੇ ਕੇਜਰੀਵਾਲ ਜਿਸ ਤਰ੍ਹਾਂ ਬਦਲ ਗਿਆ ਮਾਧਵ ਜੋਸ਼ੀ ਦੀ ਸਟੇਟਮੈਂਟ ਕਾਰਟੂਨ ਬੜੇ ਕਮਾਲ ਦੇ ਹੁੰਦੇ ਨੇ ਅਤੇ ਕੇਜਰੀਵਾਲ ਦਾ ਜਿਹੜਾ ਬਿਆਨ ਹੈ ਕਿ ਮੋਦੀ ਦੇ ਸਾਥ ਮਿਲ ਕੇ ਦਿੱਲੀ ਕਾ ਵਿਕਾਸ ਕਰਾਂਗੇ ਹੁਣ ਤੁਸੀਂ ਵੇਖੋ ਕਿ ਕੇਜਰੀਵਾਲ ਦਾ ਇੱਟ ਖੜੱਕਾ ਬੀਜੇਪੀ ਦੇ ਨਾਲ ਨਹੀਂ ਰਹਿਣਾ ਬੀਜੇਪੀ ਦੀ ਕੋਸ਼ਿਸ਼ ਰਹਿਣੀ ਹੈ ਕਿ ਠੀਕ ਹੈ ਚਲੋ ਸਾਡੀ ਉਹ ਬੀ ਟੀਮ ਹੈ ਏ ਟੀਮ ਹੈ ਉਹ ਬਾਅਦ ਦੀਆਂ ਗੱਲਾਂ ਕਿ ਚੱਲਣ ਦਿਓ ਕੋਈ ਪ੍ਰੋਬਲਮ ਨਹੀਂ ਹੈ ਬੀਜੇਪੀ ਦਾ ਇੰਟਰਸਟ ਹੈਗਾ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣਾ ਕਿਉਂਕਿ ਇੱਕੋ ਘੱਟ ਗਿਣਤੀ ਹੈ ਸੂਬਾ ਜਿੱਥੇ ਉਹ ਚਾਹੁੰਦੇ ਨੇ ਆਪਣੀ ਘੁਸਪੈਠ ਹਰ ਹੀਲਾ ਉਹ ਵਰਤਣਗੇ ਸੋ ਬੀਜੇਪੀ ਦਾ ਆਪਣਾ ਇੰਟਰਸਟ ਵੀ ਰਹੇਗਾ ਕਿ ਅਕਾਲੀਆਂ ਨੂੰ ਜਿਵੇਂ ਤਿਵੇਂ ਕਰਕੇ ਦਬਾਅ ਬਣਾ ਕੇ ਆਪਣਾ ਅਧਿਕਾਰ ਬਣਾ ਕੇ ਆਪਣੀ ਸਟੇਟ ਬੀਜੇਪੀ ਦੀ ਪੰਜਾਬ 'ਚ ਕਾਇਮ ਰਹੇ ਮੋਦੀ ਸਰਕਾਰ ਹਰਗਿਜ਼ ਨਹੀਂ ਚਾਹੇਗੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਏ ਕੇਜਰੀਵਾਲ ਦਾ ਪੰਜਾਬ ਪ੍ਰਤੀ ਇੰਟਰਸਟ ਜ਼ੀਰੋ ਹੈ ਇਹ ਗੱਲ ਮੰਨਣੀ ਪਵੇਗੀ ਕਿਉਂਕਿ ਇੰਨੇ ਐੱਮ ਐੱਲ ਏ ਹੋਣ ਤੋਂ ਬਾਅਦ 40% ਫੰਡ ਦੇਣ ਤੋਂ ਬਾਅਦ ਯਾਰ ਬੰਦਾ ਥੈਂਕਸ ਕਰਨ ਨਹੀਂ ਆਉਂਦਾ ਇਹ ਠੀਕ ਹੈ ਉਹਨੇ ਦਿੱਲੀ 'ਚ ਕੰਮ ਕੀਤਾ ਜਿੱਤਿਆ ਉਹ ਗੱਲ ਵੱਖਰੀ ਹੈ ਪਰ ਪੰਜਾਬ ਪ੍ਰਤੀ ਉਹਨੂੰ ਕੋਈ ਲਗਾਅ ਨਹੀਂ ਹੈ ਇਹ ਗੱਲ ਔਨ ਰਿਕਾਰਡ ਹੈ ਇਹ ਪੰਜਾਬ ਵਾਲਿਆਂ ਨੇ ਸੋਚਣਾ ਅਗਰ ਉਹ ਪ੍ਰੈਸ਼ਰ ਬਣਾਉਂਦੇ ਨੇ ਅਤੇ ਇਹ ਤਿੰਨੇ ਲੋਕ ਅਗਰ ਆ ਜਾਂਦੇ ਨੇ ਤਾਂ ਫਿਰ ਕੁਛ ਨਾ ਕੁਛ ਹੋ ਸਕਦਾ ਤੁਸੀਂ ਵੇਖੋ ਕਿ ਪ੍ਰਗਟ ਸਿੰਘ ਅਤੇ ਸਿੱਧੂ ਨਵਜੋਤ ਦੀ ਤਾਰੀਫ ਵੀ ਮਾਨ ਸਾਹਿਬ ਨੇ ਕੀਤੀ ਹੈ ਪਰ ਜਦੋਂ ਸੀ ਐੱਮ ਚਿਹਰੇ ਦੀ ਗੱਲ ਆ ਗਈ ਤਾਂ ਉਦੋਂ ਮਤਲਬ ਟਵਿਸਟ ਹੀ ਕਰ ਗਏ ਆ ਉਦੋਂ ਵੀ ਕਹਿ ਸਕਦੇ ਕਿ ਦੇਖਾਂਗੇ ਜੋ ਪਾਰਟੀ ਕਹੇਗੀ ਉਹ ਕਰ ਲਾਂਗੇ ਪਰ ਨਹੀਂ ਉੱਥੇ ਮੁੱਖ ਮੰਤਰੀ ਮਾਨ ਸਾਹਿਬ ਹੀ ਬਣਨਾ ਚਾਹੁੰਦੇ ਆ ਤੁਸੀਂ ਓਨਰ ਹੋ ਸਰ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਲਦੇਵ ਸਿੰਘ ਚੌੜਖੜੀ ਤੋਂ ਬੋਲ ਰਿਹਾ ਜੀ ਹਾਂਜੀ ਬਲਦੇਵ ਸਿੰਘ ਜੀ ਕੌਣ ਸਾਹਿਬ ਗੱਲ ਇਸ ਤਰ੍ਹਾਂ ਵੀ ਮਤਲਬ ਪੰਜਾਬ ਦਾ ਮਾਹੌਲ ਆ ਸਿਰਫ ਪੰਜਾਬ ਵਾਲੇ ਠੀਕ ਕਰ ਸਕਦੇ ਨੇ ਦਿੱਲੀ ਵਾਲੇ ਇਹਨਾਂ ਨੂੰ ਦੇਖਣ ਦੀ ਲੋੜ ਨਹੀਂ ਹੈ ਨਾ ਦਿੱਲੀ ਪੰਜਾਬ ਵੱਲ ਦੇਖਦੀ ਹੈ ਦੂਸਰੀ ਗੱਲ ਆ ਵੀ ਹੁਣ ਲੋਕ ਸਾਰੇ ਕਹਿ ਰਹੇ ਆ ਵੀ ਬਦਲ ਚਾਹੀਦਾ ਕਾਂਗਰਸ ਨੇ ਅਕਾਲੀਆਂ ਨੇ ਮਤਲਬ ਖਤਮ ਕਰਤਾ ਪੰਜਾਬ ਨੂੰ ਹੁਣ ਤੁਸੀਂ ਚੌੜਖੜੀ ਪਿੰਡ ਤੁਹਾਡੇ ਪਟਿਆਲੇ ਤੋਂ ਨੇੜੇ ਹੈ ਨਾ ਹਾਂ ਹਾਂ ਬਿਲਕੁਲ ਤੁਸੀਂ ਆਏ ਹੋ ਇੱਥੇ ਤੁਸੀਂ ਪੁੱਛੋ ਵੀ ਬਲਦੇਵ ਸਿੰਘ ਫੌਜੀ ਉਹ ਕਿਹੋ ਜਿਹਾ ਬੰਦਾ ਉਹ ਕਹਿਣਗੇ ਬਹੁਤ ਵਧੀਆ ਬੰਦਾ ਇੱਕ ਨੰਬਰ ਬੰਦਾ ਉਹ ਫਿਰ ਤੁਸੀਂ ਪੁੱਛੋ ਵੀ ਤੁਸੀਂ ਸਰਪੰਚ ਕਿਉਂ ਨੀ ਬਣਾਇਆ ਇਹਨੂੰ ਫਿਰ ਚੁੱਪ ਕਰ ਜਾਣਗੇ ਦੰਦਾ ਥੱਲੇ ਜੀਭ ਲੈ ਲੈਣਗੇ ਸਹੀ ਗੱਲ ਹੁਣ ਇਹ ਗੱਲ ਕਹਿ ਰਹੇ ਨੇ ਵੀ ਤੀਜਾ ਧਿਰ ਆਉਣੀ ਚਾਹੀਦੀ ਆ ਪੰਜਾਬ ਦੇ ਜਿਹੜੇ ਹਾਲਾਤ ਨੇ ਨਾ ਬਹੁਤ ਮਾੜੇ ਨੇ ਦਸਾਂ ਦਿਨਾਂ ਚ ਲੋਕਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦੇਣੀਆਂ ਮੰਨ ਲਓ ਵੀ ਸਿੱਧੂ ਬਣਦਾ ਉਹਨਾਂ ਲਿਆਓ ਉਹਨਾਂ ਕਹਿਣਾ ਲਿਆਓ ਵੀ ਪੰਚਾਇਤ ਦਾ ਰਿਕਾਰਡ ਲਿਆਓ ਸਾਰਾ ਕਿੰਨੀ ਜ਼ਮੀਨ ਆ ਕਿੰਨਾ ਠੇਕਾ ਆਉਂਦਾ ਵੀ 25-25 ਸਾਲ ਹੋ ਗਏ ਠੇਕਾ ਨੀ ਭਰਿਆ ਕਿਸੇ ਨੇ ਸੁਸਾਇਟੀਆਂ ਦੇ ਪੈਸੇ ਖਲੋਤੇ ਨੇ ਮੋਟਰਾਂ ਦੇ ਬਿੱਲ ਤੁਹਾਡੇ ਸਾਹਮਣੇ ਫ੍ਰੀ ਨੇ ਜੀ ਜਦੋਂ ਕੁਛ ਇਹ ਕੁਛ ਲਾਗੂ ਹੋਇਆ ਨਾ ਤੇ ਲੋਕਾਂ ਨੇ ਚੀਕਾਂ ਮਾਰਨੀਆਂ ਉਹਨਾਂ ਕਹਿਣਾ ਯਾਰ ਬਾਦਲ ਹੀ ਚੰਗਾ ਸੀ ਉਹੀ ਠੀਕ ਸੀ ਕੈਪਟਨ ਹੀ ਠੀਕ ਸੀ ਧੰਨਵਾਦ ਨਹੀਂ ਥੈਂਕ ਯੂ ਚੌਂਟਖੇੜੀ ਸਾਹਿਬ ਵੈਸੇ ਸਿੱਧੂ ਲੋਕਾਂ ਦੇ ਪ੍ਰਤੀ ਇੰਨਾ ਕਾਮਰੇਡ ਨਹੀਂ ਹੈਗਾ ਜਾਂ ਇੰਨਾ ਸਖਤ ਨਹੀਂ ਹੈਗਾ ਮਨਪ੍ਰੀਤ ਵਾਂਗੂ ਕਿ ਸਬਸਿਡੀਆਂ ਖਤਮ ਕਰੋ ਇਹ ਕਰੋ ਸਿੱਧੂ ਜੇ ਚਾਹੁੰਦਾ ਮਤਲਬ ਉਹ ਕਹਿੰਦਾ ਕਿ ਜਿਨ੍ਹਾਂ ਨੇ ਵੱਡੇ ਡਾਕੇ ਮਾਰੇ ਨੇ ਟੈਕਸ 'ਤੇ ਜਿਵੇਂ ਬਾਦਲ ਪਰਿਵਾਰ ਦੀ ਫਾਸਟਵੇ ਦੇ ਖਿਲਾਫ ਉਹਨੇ 742 ਕਰੋੜ ਰੁਪਇਆ ਕੱਢਿਆ ਇਹ ਠੀਕ ਹੈ ਕਿ ਬਾਦਲਾਂ ਨਾਲ ਉਹਦਾ ਇੱਟ ਖੜੱਕਾ ਹੈ ਨਿੱਜੀ ਵੀ ਲੈ ਜਾਂਦਾ ਕਈ ਗੱਲਾਂ ਸੋ ਇਸ ਕਰਕੇ ਲੋਕ ਵੀ ਚਾਹੁੰਦੇ ਨੇ ਲੋਕਾਂ ਨੂੰ ਚੁੱਭਦੀਆਂ ਨੇ ਬਾਦਲ ਸਾਹਿਬ ਦੀਆਂ ਬੱਸਾਂ ਕਿ ਯਾਰ ਇੰਨੀਆਂ ਤੋਂ ਇੰਨੀਆਂ ਬਣਾ ਗਿਆ ਜਿਵੇਂ ਮਨਪ੍ਰੀਤ ਕਹਿੰਦਾ ਮੇਰੀਆਂ ਤਾਂ 4-5 ਨਹੀਂ ਹੋਈਆਂ ਇਹ 500 ਬਣਾ ਗਏ ਨੇ ਸੋ ਉਹ ਚੀਜ਼ਾਂ ਚੁੱਭਦੀਆਂ ਨੇ ਅਤੇ ਸਿੱਧੂ ਉਹ ਕਹਿੰਦਾ ਇਸ ਕਰਕੇ ਲੋਕਾਂ ਨੂੰ ਕੈਸ਼ ਹੋ ਰਿਹਾ ਸਿੱਧੂ
ਕੈਪਟਨ ਵੀ ਇਸੇ ਕਰਕੇ ਕੈਸ਼ ਹੋ ਰਿਹਾ ਸੀ ਕਿ ਕੈਪਟਨ ਕਹਿੰਦਾ ਸੀ ਮੈਂ ਖੁੰਡਾ ਰੱਖਿਆ ਹੋਇਆ। ਸੋ ਇਸ ਕਰਕੇ ਪੰਜਾਬ ਦੇ ਵਿੱਚ ਧੜੱਲੇਦਾਰ ਸਿਆਸਤ ਦੀ ਲੋੜ ਹੈ ਅਤੇ ਇਹ ਨਵਜੋਤ ਸਿੰਘ ਸਿੱਧੂ ਉਸ ਢਾਂਚੇ 'ਚ ਫਿੱਟ ਆਉਂਦਾ। ਈਵਨ ਮਾਨ ਸਾਹਿਬ ਨਹੀਂ ਫਿੱਟ ਆਉਂਦੇ ਉੱਥੇ ਉਹਨਾਂ, ਕਿਉਂਕਿ ਠੀਕ ਹੈ ਉਹ ਬਿਆਨ ਦਿੰਦੇ ਨੇ ਪਰ ਉਨੀ ਗੱਲ ਨਹੀਂ ਬਣਦੀ। ਖੈਰ ਇੱਕ ਵਕਫਾ ਲੈਂਦੇ ਹਾਂ, ਵਕਫੇ ਤੋਂ ਬਾਅਦ ਆਪਦਾ ਨਜ਼ਰੀਆ ਜਾਣਾਂਗੇ ਇਸੇ ਵਿਸ਼ੇ 'ਤੇ ਕਿ ਨਵਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ ਨੂੰ ਅਤੇ ਮਾਨ ਸਾਹਿਬ ਨੇ ਸਤਿਕਾਰਿਆ ਪਰ ਖੈਰੇ ਨੂੰ ਦਰਕਾਰਿਆ, ਇਹਦੇ ਕਾਰਨ ਕੀ ਨੇ ਇਸ ਵਕਫੇ ਤੋਂ ਬਾਅਦ। ਦਾਨਿਸ਼ਵੰਦ ਦਰਸ਼ਕਾਂ ਦਾ ਇਸ ਵਕਫੇ ਤੋਂ ਬਾਅਦ ਪ੍ਰੋਗਰਾਮ ਹੈਲੋ ਗਲੋਬਲ ਪੰਜਾਬ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਪਟਿਆਲਾ ਸਟੂਡੀਓ ਤੋਂ ਸਵਾਗਤ ਹੈ। ਇਹ ਪ੍ਰੋਗਰਾਮ ਮੰਗਲਵਾਰ ਤੋਂ ਸ਼ਨੀਵਾਰ ਲਗਾਤਾਰ 5 ਦਿਨ ਪਟਿਆਲਾ ਸਟੂਡੀਓ 'ਚੋਂ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਪੇਸ਼ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਗਲੋਬਲ ਪੰਜਾਬ ਟੈਲੀਵਿਜ਼ਨ ਅਮੈਰੀਕਾ ਅਤੇ ਚੈਨਲ ਪੰਜਾਬੀ ਟੀ ਵੀ ਕੈਨੇਡਾ ਦੇ ਉੱਤੇ ਜਿਹੜੇ ਪ੍ਰੋਗਰਾਮ ਚੱਲਦੇ ਨੇ ਉਹਨਾਂ ਦਾ ਤੁਸੀਂ ਸ਼ਾਮ ਦਾ ਪ੍ਰੋਗਰਾਮ ਹੈ ਜਿਹੜਾ ਜਿਸ ਦਾ ਨਾਂ ਹੈ ਗਲੋਬਲ ਗੱਲਬਾਤ, ਇਹ ਵੀ ਮੰਗਲਵਾਰ ਤੋਂ ਸ਼ਨੀਵਾਰ ਭਾਰਤੀ ਸਮਾਂ ਰਾਤੀ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਪਟਿਆਲਾ ਸਟੂਡੀਓ 'ਚੋਂ ਆਪਾਂ ਪੇਸ਼ ਕਰਦੇ ਹਾਂ। ਇਹ ਸਵੇਰ ਆਥਣ ਦੇ ਜਿਹੜੇ ਦੋਨੋਂ ਪ੍ਰੋਗਰਾਮ ਨੇ ਇਹਨਾਂ 1 ਘੰਟੇ ਦੇ ਪ੍ਰੋਗਰਾਮਾਂ ਦੇ ਵਿੱਚ ਵੱਖ ਵੱਖ ਮੁੱਦਿਆਂ 'ਤੇ ਗੱਲਬਾਤ ਹੁੰਦੀ ਹੈ, ਜਿਸ ਦੇ ਵਿੱਚ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਕਿ ਭਗਵੰਤ ਮਾਨ ਸਾਹਿਬ ਨੇ ਕੱਲ੍ਹ ਦੀ ਪ੍ਰੈਸ ਕਾਨਫਰੰਸ ਦੇ ਦੌਰਾਨ ਕੁਛ ਪੱਤੇ ਜ਼ਾਹਰ ਕੀਤੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਬੰਦੇ ਸ਼ਾਮਲ ਹੋ ਸਕਦੇ ਨੇ। ਜਿਸ ਦੌਰਾਨ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਅਤੇ ਪ੍ਰਗਟ ਸਿੰਘ ਨੂੰ ਅਤੇ ਵੈਲਕਮ ਕਹਿੰਦਿਆਂ ਸਤਿਕਾਰਿਆ ਪਰ ਸੁਖਪਾਲ ਖਹਿਰਾ ਨੂੰ ਸ਼ਰੇਆਮ ਨਕਾਰਿਆ। ਇਸ ਦਾ ਰਿਐਕਸ਼ਨ ਕਾਫੀ ਜਾਏਗਾ। ਹਾਲਾਂਕਿ ਜੋ ਇਸ ਮਾਮਲੇ 'ਚ ਜਿਵੇਂ ਬੀਬੀ ਬਰਜਿੰਦਰ ਕੌਰ ਦਾ ਬਿਆਨ ਹੈ ਕਿ ਦੇਖੋ ਇਹ ਖਹਿਰਾ ਸਾਹਿਬ ਦੀ ਮਰਜ਼ੀ, ਉਹਨਾਂ ਨੇ ਕੀ ਕਰਨਾ, ਇਹ ਥੋੜ੍ਹਾ ਡਿਪਲੋਮੈਟਿਕ ਹੈ ਅਤੇ ਵਧੀਆ ਬਿਆਨ ਵੀ ਹੈ। ਪਰ ਜਿਸ ਤਰ੍ਹਾਂ ਉਜਰ ਇਤਰਾਜ਼ ਮਾਨ ਸਾਹਿਬ ਨੇ ਕਰ ਦਿੱਤੇ ਕਿ ਉਹਨਾਂ ਨੇ ਪਾਰਟੀ ਦੇ ਲੀਡਰਾਂ ਦੇ ਖਿਲਾਫ਼ ਬਹੁਤ ਨੀਵੀਂ ਸ਼ਬਦਾਵਲੀ ਵਰਤੀ, ਇਹ ਵਰਤਿਆ, ਇਸ ਤੋਂ ਕਲੀਅਰ ਹੈ ਕਿ ਸੁਖਪਾਲ ਖਹਿਰਾ ਨੂੰ ਹਰਗਿਜ਼ ਭਗਵੰਤ ਮਾਨ ਨਹੀਂ ਆਉਣ ਦੇਣਗੇ, ਜਿਸ ਤਰ੍ਹਾਂ ਪਹਿਲਾਂ ਵੀ ਲਿਫਾਫਾ। ਜਦੋਂ ਇਹ ਦੇਖੋ ਕਿ ਜਦੋਂ ਜੇ ਇਤਿਹਾਸ ਦੇਖੋ ਪੰਜਾਬ ਦੀ ਸਿਆਸਤ ਦਾ, ਜਦੋਂ ਭਗਵੰਤ ਮਾਨ ਸਾਹਿਬ ਝੰਡੇ ਅਮਲੀ ਦਾ ਕਿਰਦਾਰ ਨਿਭਾਉਂਦਿਆਂ ਕਬੱਡੀ ਕੱਪ 'ਤੇ ਕਮੈਂਟਰੀ ਕਰਦੇ ਸੀ, ਮੋਢੇ 'ਤੇ ਚੈੱਕਦਾਰ ਪਰਨਾ ਲੈ ਕੇ ਸੁਖਬੀਰ ਜੀ ਕਰਦੇ ਸੀ, ਉਦੋਂ ਵੀ ਸੁਖਪਾਲ ਖਹਿਰਾ ਅਕਾਲੀਆਂ ਦੇ ਕਾਂਗਰਸੀਆਂ ਦੇ ਖਿਲਾਫ਼ ਲੜਦਾ ਸੀ, ਬੋਲਦਾ ਸੀ। ਮੈਂ ਕੋਈ ਖਹਿਰੇ ਨੂੰ ਜਸਟੀਫਾਈ ਨਹੀਂ ਕਰ ਰਿਹਾ, ਜਿਹੜਾ ਔਨ ਰਿਕਾਰਡ ਚੀਜ਼ਾਂ ਨੇ ਉਹ ਕਹਿ ਰਿਹਾ। ਅਤੇ ਦੂਸਰਾ ਜਿਹੜਾ ਉਹਨਾਂ ਨੇ ਰਾਣਾ ਗੁਰਜੀਤ ਨਾਲ ਜਦੋਂ ਪਹਿਲਾਂ ਲੜਾਈ ਪਈ ਸੀਗੀ, ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ, ਉਦੋਂ ਵੀ ਉਹ ਪਾਰਟੀ ਨੀਤੀਆਂ ਜਾਂ ਆਪਸੀ ਤੌਰ 'ਤੇ ਉਹ ਲੜਿਆ। ਇਸ ਸਿਲਸਿਲੇ ਵਿੱਚ ਪੰਜਾਬ ਦੀ ਲੜਾਈ ਹੈ, ਭਾਵੇਂ ਬਾਅਦ ਦੇ ਵਿੱਚ ਰੇਤ ਮਾਫੀਆ ਸੈਦਪੁਰ ਦੀਆਂ ਖੱਡਾਂ ਨੇ ਰਾਣਾ ਗੁਰਜੀਤ ਦੀਆਂ ਜਾਂ ਹੋਰ ਮਾਮਲਾ ਉਹਨੇ ਮੁੱਦੇ ਉਠਾਏ ਨੇ, ਪਰ ਇਸ ਸਿਲਸਿਲੇ ਵਿੱਚ ਆਪਾਂ ਕਹਿ ਲਈਏ ਕਿ ਉਦੋਂ ਤਾਂ ਉਹਨੇ ਕੇਜਰੀਵਾਲ ਦੇ ਖਿਲਾਫ਼ ਨਹੀਂ ਸੀ ਬੋਲਿਆ। ਜਦੋਂ ਸੁਖਪਾਲ ਖਹਿਰਾ ਪਹਿਲੀ ਵਾਰੀ ਇੰਟਰ ਹੋਣ ਲੱਗਾ ਸੀ, ਉਦੋਂ ਤਾਂ ਕੋਈ ਸਰਕਾਰ ਨਹੀਂ ਸੀ ਬਣੀ, ਮਾਨ ਸਾਹਿਬ ਨੇ ਉਦੋਂ ਵੀ ਲਿਫਾਫਾ ਕਿਹਾ ਸੀ ਕਿ ਕਈ ਲਿਫਾਫੇ ਝਾੜੂ 'ਚ ਫਸਣ ਨੂੰ ਫਿਰਦੇ। ਅਸਲ ਦੇ ਵਿੱਚ ਕੁਛ ਮਾਨ ਸਾਹਿਬ ਦੇ ਜਿਹੜੇ ਮੀਡੀਆ ਐਡਵਾਈਜ਼ਰ ਨੇ ਉਹਨਾਂ ਦੀ ਨਹੀਂ ਬਣਦੀ ਖਹਿਰੇ ਨਾਲ, ਕਿਉਂਕਿ ਖਹਿਰਾ ਵੀ ਬੋਲ ਭੜਾਕਾ ਹੈ। ਉਹ ਉਦੋਂ ਦੇ ਰਿਲੇਸ਼ਨ ਵਿਗੜੇ ਹੋਏ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਾਨ ਸਾਹਿਬ ਵੀ ਉਸੇ ਲਾਈਨ ਦੇ ਵਿੱਚ ਲਾ ਕੇ ਖਹਿਰੇ ਨੂੰ, ਜੇ ਉਦੋਂ ਲਿਫਾਫਾ ਕਹਿੰਦੇ ਸੀਗੇ, ਹੁਣ ਤਾਂ ਕੇਜਰੀਵਾਲ ਦੇ ਖਿਲਾਫ਼ ਬੋਲਿਆ, ਹੁਣ ਤਾਂ ਮਾਨ ਦੇ ਖਿਲਾਫ਼ ਬੋਲਿਆ, ਹੁਣ ਕਿੱਥੇ ਬਰਦਾਸ਼ਤ ਕਰ ਲੈਣਗੇ। ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਉਸ ਨੂੰ ਨਕਾਰ ਦਿੱਤਾ। ਇਹਦਾ ਰਿਐਕਸ਼ਨ ਜਾਏਗਾ ਪਾਰਟੀ ਦੇ ਵਿੱਚ ਕਿ ਯਾਰ ਅਜੇ ਵੀ ਇਹ ਬੰਦਾ ਆਪਣੀ ਹੈਂਕੜ ਨਹੀਂ ਛੱਡਦਾ, ਜਿਹੜੀ ਦਿੱਲੀ ਦੀ ਵੇਵ ਬਣੀ ਹੈ ਉਹ ਇਹਦੇ ਨਾਲ ਟੁੱਟੇਗੀ। ਜਿਵੇਂ ਛੋਟੇ ਪਰ ਨੂੰ ਕੱਢਣ ਨਾਲ ਭਾਵੇਂ ਛੋਟੇ ਪਰ 200 ਵੋਟਾਂ ਲੈ ਕੇ ਗਿਆ, ਪਰ ਇਹਨਾਂ ਦੇ ਵੱਡਾ ਡੈਂਟ ਪੈ ਗਿਆ ਕਿ ਯਾਰ ਹਰੇਕ ਨੂੰ ਕੱਢੀ ਜਾਂਦੇ ਨੇ। ਗਾਂਧੀ ਭਾਵੇਂ ਆਪ ਨਹੀਂ ਜਿੱਤ ਸਕਿਆ ਪਰ ਨੁਕਸਾਨ ਪਾਰਟੀ ਦਾ ਕਰਿਆ, ਜਿਹੜਾ ਵੀ ਬੰਦਾ ਇਹਨਾਂ ਨੇ ਇਸ ਤਰ੍ਹਾਂ ਕੱਢਿਆ, ਸ਼ਾਂਤੀ ਭੂਸ਼ਣ ਪ੍ਰਸ਼ਾਂਤ ਭੂਸ਼ਣ ਹੋਰਾਂ ਨੂੰ ਕੱਢਿਆ, ਰਿਐਕਸ਼ਨ ਉਸਦਾ ਗਿਆ ਭਾਵੇਂ ਥੋੜ੍ਹਾ ਭਾਵੇਂ ਬਹੁਤਾ। ਤੁਸੀਂ ਆਨਰ ਹੋ ਸਰ। ਸਤਿ ਸ਼੍ਰੀ ਅਕਾਲ ਟੋਣਾ ਸਾਹਿਬ। ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਟੋਣਾ ਸਾਹਿਬ, ਦਰਅਸਲ ਗੱਲ ਇਹ ਨਾ ਕਿ ਜਿਹੜੀ ਭਗਵੰਤ ਮਾਨ ਦੀ ਹੁਣ ਇਹ ਹਾਲਤ ਹੈ, ਇਹ ਹਵਾ 'ਚ ਡਾਂਗਾ ਮਾਰਨ ਵਾਲੀਆਂ ਗੱਲਾਂ ਕਰਦਾ ਕਿ ਜੋ ਕੁਛ ਮੈਂ ਕਹੀ ਜਾਂਦਾ ਉਹ ਸਭ ਕੁਛ ਠੀਕ ਹੈ। ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਅਗਲੇ ਸਾਲ ਪਿਛਲੀ ਸਰਕਾਰ ਬਣਦੀ ਨੂੰ ਰੋਕਣ ਵਾਲਾ ਇਹੀ ਬੰਦਾ ਜਿਹਨੇ ਕਿ ਕਈ ਥਾਈ ਆਪਦੀਆਂ ਲੱਤਾਂ ਪਸਾਈ ਰੱਖੀਆਂ ਤੇ ਇਹਨੇ ਉਹ ਸਿਰਾ ਲੋਕਾਂ ਨੂੰ ਦਿੱਤਾ ਹੀ ਨਹੀਂ। ਤੁਸੀਂ ਦੇਖੋ ਕਿ ਜਿਹੜੇ ਵਲੰਟੀਅਰ 2.5-3 ਸਾਲ ਪਹਿਲਾਂ ਇਹਨਾਂ ਵਾਸਤੇ ਕੰਮ ਕਰਦੇ ਰਹੇ ਔਰ ਇਹਨੇ ਉਹ ਸਾਰੇ ਟਿਕਟਾਂ ਦੇਣ ਵੇਲੇ ਦਰਕਾਰੇ, ਜਿਹੜਾ ਅਕਾਲੀ ਦਲ ਚੋਂ ਆਇਆ ਉਹਨੂੰ ਵੀ ਟਿਕਟ ਦੇ ਤੀ, ਜਿਹੜਾ ਕਾਂਗਰਸ ਚੋਂ ਆਇਆ ਉਹਨੂੰ ਵੀ ਟਿਕਟ ਦੇ ਤੀ, ਜਿਹੜਾ ਉਧਰੋਂ ਆਇਆ ਉਹਨੂੰ ਵੀ ਟਿਕਟ ਦੇ ਤੀ। ਇਹਨੇ ਟਿਕਟਾਂ ਵੰਡਣ ਵੇਲੇ ਆਪਦੀ ਜੇਬ ਚੋਂ ਤਾਸ਼ ਦੇ ਪੱਤਿਆਂ ਨੂੰ ਕੱਢ ਕੱਢ ਕੇ ਫੜਾਇਆ ਗਿਆ, ਪਰ ਇਹਨੇ ਇਹ ਨਹੀਂ ਵੇਖਿਆ ਕਿ ਇਹਦਾ ਹਸ਼ਰ ਕੀ ਆਊਗਾ। ਔਰ ਉਹੀ ਹਾਲ ਦਾ ਇਹਦਾ ਹੁਣ ਹੋਣਾ, ਕਿਉਂਕਿ ਬੜਬੋਲਾ ਬੰਦਾ। ਔਰ ਮੈਂ ਤਾਂ ਇਹ ਗੱਲ ਕਹਿੰਦਾ ਕਿ ਜੇ ਪਾਰਟੀ ਨੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਹਦੀ ਕਮਾਂਡ ਰੱਖੀ ਨਾ ਜੀ। ਖੈਰ ਦੇਖੋ, 7-8 ਤੱਕ ਰਹਿ
ਕਾਲ ਟੁੱਟ ਰਹੀ ਹੈ ਤੁਹਾਡੀ ਸ਼ਰਮਾ ਸਾਹਿਬ। ਦੇਖੋ ਕਮਾਂਡ ਪੱਖੋਂ ਕਰਾਊਡ ਪੱਖੋਂ ਮਾੜਾ ਨਹੀਂ ਹੈ, ਬੁਲਾਰਾ ਵਧੀਆ, ਭੀੜ ਇਕੱਠੀ ਕਰਦਾ, ਸਾਰਾ ਕੁਛ ਠੀਕ ਹੈ, ਪਰ ਜਥੇਬੰਦਕ ਤੌਰ 'ਤੇ ਜਦੋਂ ਇਸ ਤਰ੍ਹਾਂ ਪੋਜੈਸਿਵ ਹੋ ਜਾਂਦੇ ਆ ਨਾ ਭਗਵੰਤ ਮਾਨ ਸਾਹਿਬ, ਤਾਂ ਪ੍ਰੋਬਲਮ ਉੱਥੇ ਆਉਂਦੀ ਹੈ। ਲੋਕ ਵਿਰੋਧ ਕਰਦੇ ਨੇ ਕਿ ਯਾਰ ਇਕੱਲਿਆਂ ਕਿਵੇਂ, ਹੁਣ ਟੀਮ ਇਕੱਲਾ ਬੰਦਾ ਕਿਵੇਂ ਜਿਤਾ ਲੂ ਯਾਰ, ਨਹੀਂ ਜਿੱਤਦਾ। ਦੂਸਰਾ ਜਿਹੜਾ ਮਾਨ ਸਾਹਿਬ ਨੇ ਦਿੱਲੀ ਵਾਲਿਆਂ ਨੂੰ ਆਖਿਆ ਸੀ, ਭਾਵੇਂ ਇੱਕ ਕਮੇਡੀ ਜੀ, ਪਰ ਇਹ ਸਮੇਂ ਦਾ ਸੱਚ ਆ ਕਿ ਪੰਜਾਬ ਦੇ ਲੋਕ ਮੁੱਦੇ ਮੱਦੇ ਨਹੀਂ ਵੇਖਦੇ ਬਾਹਲੇ, ਪੰਜਾਬ ਦੇ ਲੋਕ ਵੇਖਦੇ ਆ ਕਿ ਧਾਕੜ ਲੀਡਰ ਕਿਹੜਾ। ਸੋ ਇਸ ਦੌਰਾਨ ਜੇ ਅਕਾਲੀਆਂ ਵਕਤ ਲੋਕਾਂ 'ਤੇ ਜ਼ੁਲਮ ਹੋਏ ਆ, ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਕਤ ਕਿਹੜਾ ਜ਼ੁਲਮ ਨਹੀਂ ਹੋਏ ਸੀ। 2007 ਦੇ ਵਿੱਚ ਪਿਛਲੇ ਵਰ੍ਹੇ 290 ਦਿਨ ਪੰਜਾਬੀਆਂ 'ਤੇ ਡਾਂਗ ਵਰੀ ਸੀ, ਕਦੇ ਮੋਗੇ ਕਦੇ ਮਲੇਰਕੋਟਲੇ, ਛੱਡਿਆ ਨਹੀਂ ਸੀ ਕੋਈ ਵਿਭਾਗ ਜਿਹੜਾ ਕੁੱਟਿਆ ਨਾ ਹੋਵੇ ਕਪਤਾਨ ਦੀ ਪੁਲਿਸ ਨੇ, ਪਰ ਉਦੋਂ ਹਾਰ ਗਏ। ਆ 2017 ਦੇ ਵਿੱਚ ਧੜੱਲੇ ਨਾਲ ਫਿਰ ਜਿੱਤ ਕੇ ਆ ਗਿਆ। ਮੇਰੇ ਕਹਿਣ ਦਾ ਮਤਲਬ ਹੈ ਕਿ ਲੋਕ ਜਿਹੜੇ ਨੇ ਵੇਖਦੇ ਨੇ ਕਿ ਯਾਰ ਇਹਦੇ ਨਾਲ 12 ਸਾਰਾ ਕਿਹੜਾ ਲੈ ਲਓ। ਕਪਤਾਨ ਸਿਰਫ ਇਸੇ ਕਰਕੇ ਜਿੱਤ ਗਿਆ ਕਿ ਯਾਰ ਅਕਾਲੀਆਂ ਦੇ ਨਾਲ 12 ਸਾਰਾ ਲੈ ਸਕਦਾ। ਲੋਕ ਅੱਕੇ ਹੋਏ ਸੀ, ਲੋਕ ਦੁਖੀ ਸੀ, ਫਰਸਟਰਡ ਵੀ ਸੀਗੇ, ਇਸ ਕਰਕੇ ਜਿਹੜਾ ਉਹਨਾਂ ਨੂੰ ਰਾਹ ਦਿੰਦਾ ਲੋਕ ਉਹਦੇ ਨਾਲ ਜੁੜੇ ਨੇ। ਮਾਨ ਸਾਹਿਬ ਨੇ ਕੇਜਰੀਵਾਲ ਨੂੰ ਇੱਕ ਗੱਲ ਸਮਝਾਈ ਸੀ, ਕਮੇਟੀ ਵੀ ਆਈ ਸੀ, ਕਿ ਸਾਡੇ ਪੰਜਾਬ ਵਾਲੇ ਮੁੱਦੇ ਨਹੀਂ ਜੀ ਵੇਖਦੇ, ਸਾਡੇ ਤਾਂ ਇਹ ਵੇਖਦੇ ਆ ਕਿ ਡਾਂਗ ਕਿਹਦੇ ਕੋਲ ਹੈ, ਮਤਲਬ ਇਹਨੂੰ ਜਿਤਾਉਣਾ ਨਹੀਂ, ਇਹਨੂੰ ਮਤਲਬ ਹਰਾਉਣਾ ਕਿਵੇਂ ਆ। ਇਸ ਕਰਕੇ ਪੰਜਾਬ ਦੇ ਲੋਕ ਜਿੱਦ ਰੱਖਦੇ ਨੇ, ਉਹ ਜਜ਼ਬਾਤ ਨਹੀਂ ਰੱਖਦੇ, ਉਹ ਮੁੱਦੇ ਨਹੀਂ ਵੇਖਦੇ। ਇਸ ਕਰਕੇ ਮਾਨ ਸਾਹਿਬ ਇੱਥੇ ਤੁਸੀਂ ਜਿਹੜੀ ਕਹਿੰਦੇ ਨਾ ਕਿ ਕੰਮ ਦੀ ਰਾਜਨੀਤੀ ਲੈ ਕੇ ਆਵਾਂਗੇ ਅਸੀਂ, ਜਿਵੇਂ BJP ਵਾਲੇ ਕਹਿੰਦੇ ਸੀ ਗੁਜਰਾਤ ਦਾ ਮਾਡਲ ਲੈ ਕੇ ਆਵਾਂਗੇ, ਮਾਡਲ ਮੂਡਲ ਨਹੀਂ ਚੱਲਦਾ ਪੰਜਾਬ 'ਚ। ਪੰਜਾਬ 'ਚ ਤਾਂ ਇਹ ਚੱਲਦਾ ਕਿ ਇਹਦੇ ਨਾਸੀ ਧੂੰਆਂ ਕਿਹੜਾ ਲਿਆਓ। ਪੰਜਾਬ 'ਚ ਤਾਂ ਸ਼ਰੀਕ ਨੂੰ ਹੈ ਨਾ ਜਿਹੜਾ ਖੂੰਜੇ ਲੈਣ ਲੱਗਿਆ ਵੇਖਦੇ ਰਹਿੰਦੇ ਨੇ, ਅਗਲਾ ਭਾਵੇਂ ਚੋਰ ਹੋਵੇ ਭਾਵੇਂ ਸਾਧ ਹੋਵੇ, ਤੁਹਾਡੇ ਸ਼ਰੀਕ ਦਾ ਦੁਸ਼ਮਣ ਹੋਵੇ, ਲੋਕ ਉਹਨੂੰ ਘਰ ਵੀ ਬਿਠਾ ਲੈਂਦੇ ਨੇ। ਇਸ ਕਰਕੇ ਪੰਜਾਬ ਦੇ ਵਿੱਚ ਕੰਮ ਦੀ ਰਾਜਨੀਤੀ ਨੇ ਵੀਰ ਮੇਰਿਆ ਕੋਈ ਕੰਮ ਨਹੀਂ ਆਉਣਾ। ਆਹ ਆਟਾ ਦਾਲ ਆ, ਆਹ ਸਕੂਲ ਆ, ਦਰਸ਼ ਅਕਾਲੀਆਂ ਨੇ ਬਥੇਰੇ ਬਣਾਏ ਸੀ, ਆਹ ਮੁਫਤ ਯਾਤਰਾ ਜਿਹੜੀ ਕੇਜਰੀਵਾਲ ਨੇ ਕਰਾਈ ਇਹਨਾਂ ਨੇ ਬਥੇਰੀ ਕਰਾਈ ਸੀ। ਸੋ ਇਸ ਕਰਕੇ ਇਹ ਮਾਡਲ ਸਕੂਲ, ਇਹ ਮਾਡਲ ਕੁਛ ਨਹੀਂ ਚੱਲਣਾ, ਆਟਾ ਦਾਲ ਕੁਛ ਨਹੀਂ ਚੱਲਣਾ, ਬਿਜਲੀ ਬਥੇਰੀ ਹੈ, 6,000 ਕਰੋੜ ਦੀ ਬਿਜਲੀ ਅਕਾਲੀਆਂ ਨੇ ਮੁਫਤ ਦਿੱਤੀ ਹੈ, ਕੋਈ ਵੈਲਿਊ ਪੈਂਦੀ ਹੈ ਨਹੀਂ। ਇੱਥੇ ਤਾਂ ਇਹ ਵੇਖਦੇ ਆ ਕਿ ਯਾਰ ਇਹਨਾਂ ਦੀਆਂ ਬੱਸਾਂ ਕਿਉਂ ਵੱਧਦੀਆਂ ਨੇ, ਇਹਨਾਂ ਦੀਆਂ ਬੱਸਾਂ ਕਿਵੇਂ ਬੰਦ ਹੋਣ, ਅਤੇ ਤੁਹਾਡੀ ਦਿੱਲੀ ਸਰਕਾਰ ਨੇ ਬੰਦ ਨਹੀਂ ਕੀਤੀਆਂ ਬਾਦਲਾਂ ਦੀਆਂ ਬੱਸਾਂ, ਹੈਂ, ਰੋਡਵੇਜ਼ ਦੀਆਂ ਬੰਦ ਕਰਾਤੀਆਂ। ਲੋਕ ਇਹ ਕਹਿੰਦੇ ਨੇ ਕਿ ਬਾਦਲਾਂ ਦੀਆਂ ਬੱਸਾਂ ਕੌਣ ਬੰਦ ਕਰਾਊ, ਉਹ ਜਿੱਤੂਗਾ ਭਰਾ। ਕੰਮ ਦੀ ਰਾਜਨੀਤੀ ਨਹੀਂ ਜਿੱਤਣੀ, ਕੰਮ ਦਾ ਬੰਦਾ ਲਓ ਜਿੱਤ ਸਕਦੇ ਹੋ। ਤੁਸੀਂ ਆਉਣੇ ਰਹੋ ਸਰ। ਹੈਲੋ ਟਵਾਣਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਟਵਾਣਾ ਸਾਹਿਬ, ਇਹ ਗੱਲ ਸੱਚੀ ਹੈ ਕਿ ਪੰਜਾਬ ਦੇ ਲੋਕ ਤੀਜਾ ਬਦਲ ਚਾਹੁੰਦੇ ਆ, ਤੇ ਜਦੋਂ ਪਿਛਲੀਆਂ ਇਲੈਕਸ਼ਨਾਂ ਹੋਈਆਂ ਉਹ ਵੀ ਭਗਵੰਤ ਮਾਨ ਜਾਂ ਉਹਦੀ ਜੁੰਡਲੀ ਦੀ ਆਪ ਬਹਾਦਰੀ ਕਰਕੇ ਹੀ ਉਦੋਂ ਤੀਜਾ ਬਦਲ ਬਣਦਾ ਬਣਦਾ ਰਹਿ ਗਿਆ, ਤੇ ਹੁਣ ਜਦੋਂ ਦੇ ਦਿੱਲੀ ਦੀ ਸਰਕਾਰ ਬਣੀ ਤੇ ਭਗਵੰਤ ਮਾਨ ਜਾਂ ਇਹਦੇ ਨਾਲ ਦੇ ਬੰਦੇ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਵੀ ਜ਼ਿਆਦਾ ਭੂਤਰ ਗਏ ਵੀ ਖਰੇ ਵੀ ਸਾਡੀ ਤੇ ਸਰਕਾਰ ਵੱਟਦੇ ਪਈ, ਮੈਨੂੰ ਤਾਂ ਲੱਗਦਾ ਇਹ ਜਿੱਦਾਂ ਵਜ਼ੀਰਿਆਂ ਵੰਡਣ ਵਾਲੀ ਗੱਲ ਹੋ ਜਾਂਦੀ। ਮੈਨੂੰ ਇੱਦਾਂ ਲੱਗਦਾ ਜਿਹਨਾਂ ਭਗਵੰਤ ਮਾਨ ਤੇ ਕਈ ਵਾਰੀ ਕਿ ਇੱਕ ਮੁਹਾਵਰਾ ਕਹਿੰਦੇ ਨਾ ਵੀ ਨੌ ਕੋ ਦਰਿਆ ਸੁੱਥਣ ਮੋਢੇ ਤੇ, ਉਹ ਹਿਸਾਬ ਆ ਜੀ ਇਹਨਾਂ ਦਾ। ਤੇ ਜਦੋਂ ਆਪਾਂ ਗੱਲ ਕਰਦੇ ਖਹਿਰਾ ਸਾਹਿਬ ਦੀ, ਤੇ ਹਾਂਜੀ ਸਾਨੂੰ ਇਹ ਦੂਜੇ ਬਦਲ ਵਾਸਤੇ ਜ਼ਰੂਰ ਇੱਕ ਪੰਜਾਬ ਲੈਵਲ ਦਾ ਲੀਡਰ ਚਾਹੀਦਾ ਜੀ। ਜੇ ਆਪਾਂ ਭਗਵੰਤ ਮਾਨ ਦੀ ਗੱਲ ਕਰੀਏ, ਉਹ ਪੰਜਾਬ ਲੈਵਲ ਦਾ ਲੀਡਰ ਨਹੀਂ, ਠੀਕ ਹੈ ਸੰਗਰੂਰ ਜਾਂ ਉਸ ਕੁਛ ਇਲਾਕੇ 'ਚ ਹੋਊਗਾ, ਪਰ ਜਿਹੜਾ ਸੁਖਪਾਲ ਸਿੰਘ ਖਹਿਰਾ ਹੈ ਉਹ ਪਾਰਟੀ ਨੇ ਇੱਕ ਬਹੁਤ ਨਵੀਆਂ ਲੀਹਾਂ 'ਤੇ ਲਿਜਾ ਸਕਦਾ, ਅਤੇ ਜੇ ਪਾਰਟੀ ਨੇ ਕੁਝ ਚੰਗਾ ਚਾਹੁੰਦੀ ਹੈ ਪੰਜਾਬ ਦਾ, ਅਤੇ ਇਹਨਾਂ ਨੂੰ ਚੰਗੇ ਲੀਡਰਾਂ ਨੂੰ ਜ਼ਰੂਰ ਅਕਸੈਪਟ ਕਰਨਾ ਚਾਹੀਦਾ, ਪਰ ਭਗਵੰਤ ਮਾਨ ਵਰਗੇ ਬੰਦਿਆਂ ਨੂੰ ਸਾਈਡਲਾਈਨ ਕਰਨਾ ਚਾਹੀਦਾ ਜੀ। ਧੰਨਵਾਦ ਜੀ। ਨਹੀਂ ਦੇਖੋ, ਸਾਈਡਲਾਈਨ ਵਾਲੀ ਗੱਲ ਨਾਲ ਤਾਂ ਮੈਂ ਸਹਿਮਤ ਨਹੀਂ, ਪਾਰਟੀ ਲਈ ਸਮਰਪਿਤ ਹੈ, ਦੂਸਰੀ ਵਾਰੀ ਇਲੈਕਸ਼ਨ ਜਿੱਤ ਗਿਆ ਜਿਵੇਂ ਕਿਵੇਂ, ਪਰ ਠੀਕ ਹੈ ਗਲਤੀਆਂ ਖਹਿਰਾ ਵੀ ਕਰਦੇ ਨੇ। ਹੁਣ ਸਾਡੇ ਚੈਨਲ ਦੇ ਇੱਕ ਰਿਪੋਰਟਰ ਸੀਗੇ, ਉਹਨਾਂ ਦਾ ਮਾਈਕ ਵਗਾ ਕੇ ਮਾਰਿਆ ਸੀ ਉਹਨੇ, ਕਈਆਂ ਨੂੰ ਲੱਗਣਾ ਕਿ ਅਸੀਂ ਸੁਖਪਾਲ ਖਹਿਰੇ ਦੇ ਸਪੋਰਟਰ। ਨਹੀਂ, ਜੇ ਸਾਡੇ ਨਾਲ ਕੋਈ ਜਾਤੀ ਵੀ ਕਰ ਵੀ ਜਾਂਦਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਨੂੰ ਕਵਰ ਨਾ ਕਰੀਏ। ਹੋਇਆ ਕੀ ਸੀ ਕਿ ਪੰਜਾਬੀ ਯੂਨੀਵਰਸਿਟੀ ਖਹਿਰਾ ਸਾਹਿਬ ਆਏ ਜਦੋਂ ਹੋਸਟਲਾਂ ਦਾ ਮੁੱਦਾ ਸੀ, ਅਤੇ ਲੋਕਾਂ ਨੇ ਕੁਛ ਨੇ ਵਿਰੋਧ ਕੀਤਾ ਖਹਿਰੇ ਦਾ, ਅਤੇ ਸਾਡਾ ਰਿਪੋਰਟਰ ਸੀ ਜਿਹੜਾ ਉਹਨੇ ਉਹ ਕਵਰੇਜ ਪਾ ਦਿੱਤੀ ਕਿ ਖਹਿਰੇ ਦਾ ਵਿਰੋਧ ਹੋ ਰਿਹਾ, ਅਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਿਤੇ ਹੋਈ, ਅਤੇ ਖਹਿਰਾ ਸਾਹਿਬ ਨੇ ਗਲੋਬਲ ਪੰਜਾਬ ਦਾ ਜਿਹੜਾ ID ਮੈਕਸੀ ਚੱਕ ਕੇ ਮਾਰਿਆ ਕਿ ਇਹਨਾਂ ਨੂੰ ਨਹੀਂ ਮੈਂ ਇੰਟਰਵਿਊ ਦੇਣੀ। ਸੋ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਉਸ ਬੰਦੇ ਨੂੰ ਕਵਰ ਨਾ ਕਰੀਏ, ਅਸੀਂ ਕਿਸੇ ਤੋਂ ਸਪਲੀਮੈਂਟ ਨਹੀਂ ਲੈਣਾ, ਕਿਸੇ ਤੋਂ ਸਪੋਰਟ ਨਹੀਂ ਲੈਣੀ। ਅਸੀਂ ਤਾਂ ਜਿਹੜੀ ਗੱਲ ਵੇਖਦੀ ਹੈ ਨਾ, ਮਾਨ ਸਾਹਿਬ ਦੀਆਂ ਜਿਹੜੀਆਂ ਛਾਈਆਂ ਨੇ ਉਹਨਾਂ ਦਾ ਵੀ ਜ਼ਿਕਰ ਕਰੀਦਾ, ਜਿੱਥੇ ਉਹ ਗਲਤ ਨੇ ਉਹਨਾਂ ਦਾ ਵੀ ਜ਼ਿਕਰ ਕਰਨਾ ਸਾਡੀ ਜੌਬ ਹੈ। ਸੋ ਇਸ ਕਰਕੇ ਖਹਿਰੇ ਦੇ ਮਾਮਲੇ ਦੇ ਵਿੱਚ ਭਾਵੇਂ ਉਹ ਡਿਪਲੋਮੈਟ ਹੋ ਜਾਂਦੇ, ਪਬਲਿਕਲੀ ਇਹ ਚੀਜ਼ਾਂ ਨਾ ਕਹਿੰਦੇ ਤਾਂ ਸ਼ਾਇਦ ਬਿਹਤਰ ਬਦਲ ਸੀ, ਗੱਲਬਾਤ ਤਣ ਪੱਤਣ ਲੱਗਦੀ ਸੀ। ਜੇ ਤੁਸੀਂ ਚਿੱਕੜ ਸੁੱਟਣ ਵਾਲੇ ਨੂੰ ਗੁਲਾਬ ਦੇ ਕੇ ਸਵਾਗਤ ਕੇਜਰੀਵਾਲ ਸਾਹਿਬ ਕਰਦੇ ਹੋ ਤਾਂ ਤੁਸੀਂ ਕੇਜਰੀਵਾਲ ਸਾਹਿਬ ਦਾ ਠੇਕਾ ਲਿਆ,
ਕਿ ਉਹ ਤਾਂ ਜੀ ਨਹੀਂ ਆਉਣ ਦੇਵਾਂਗੇ ਉਹਨਾਂ ਨੂੰ, ਉਹਨਾਂ ਨੇ ਕੇਜਰੀਵਾਲ ਨੂੰ ਮਾੜਾ ਬੋਲਿਆ। ਅਤੇ ਫਿਰ ਜਿਹੜੇ ਗੁਲਾਬ ਦੇਣ ਗਏ ਸੀ ਉੱਥੇ ਵੀ ਤੁਸੀਂ ਟੰਗ ਦਿਓ ਉਹਨਾਂ 'ਤੇ, ਕਰਾਓ ਪਰਚੇ ਜਿਵੇਂ ਤੁਸੀਂ ਕਰਾਇਆ ਸੀ ਆਪਣੇ ਸਪੋਰਟਰਾਂ 'ਤੇ ਜਿਨ੍ਹਾਂ ਨੇ ਤੁਹਾਡੀ ਗੱਡੀ ਘੇਰੀ ਸੀ, ਉਹਨਾਂ ਦੇ ਪਰਚੇ ਮਾਨ ਸਾਹਿਬ ਅਜੇ ਵੀ ਚੱਲ ਰਹੇ ਨੇ। ਦੂਸਰੇ ਪਾਸੇ ਕਹਿੰਦੇ ਅਸੀਂ ਤਾਂ ਵਰਕਰ ਦੀ ਕਦਰ ਕਰਦੇ ਹਾਂ, ਵਰਕਰਾਂ ਨੇ ਪੁੱਛਿਆ ਹੀ ਸੀ ਤੁਹਾਨੂੰ ਗੱਡੀ ਰੋਕ ਕੇ, ਤੁਸੀਂ ਵਰਕਰਾਂ ਦੇ ਪਰਚੇ ਕਰਾ 'ਤੇ। ਆ ਪੁੱਛੋ ਜਿਹੜੇ ਤੁਹਾਡੇ ਪਿੰਡਾਂ ਦੇ ਸਰਪੰਚਾਂ ਦੇ ਪਰਚੇ ਕਰਾਏ ਨੇ ਤੁਸੀਂ ਆਪ ਵਾਲਿਆਂ 'ਤੇ ਕਿਉਂ ਕਰਾਏ? ਇਹ ਫਿਰ ਤੁਹਾਡੀ ਨਿਮਰਤਾ, ਇਹ ਹੈਂਕੜ ਬੋਲਦੀ ਹੈ ਤੁਹਾਡੇ 'ਚ। ਤੁਸੀਂ ਆਉਣੇ ਰਹੋ ਸਰ। ਹਾਂਜੀ ਸਤਿ ਸ਼੍ਰੀ ਅਕਾਲ ਦਵਾਣਾ ਜੀ। ਜੀ ਰੰਧਾਵਾ ਸਾਹਿਬ ਸਤਿ ਸ਼੍ਰੀ ਅਕਾਲ। ਸਰ ਜਿਹੜਾ ਦੇਖੋ ਭਗਵੰਤ ਮਾਨ ਨੇ ਬਿਆਨ ਦਿੱਤਾ ਹੈ ਨਾ, ਪ੍ਰਗਟ ਸਿੰਘ ਦੀ ਤੇ ਸਿੱਧੂ ਸਾਹਿਬ ਦੀ ਤੇ ਉਹਨੇ ਬੜੀ ਤਾਰੀਫ ਕਰਤੀ। ਉਹ ਕਰ ਇਸ ਲਈ ਦਿੱਤੀ ਕਿਉਂਕਿ ਉਹਨੂੰ ਪਤਾ ਹੈ ਕਿ ਇਹਨਾਂ ਦੋਵਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਆਉਣਾ ਨਹੀਂ, ਕਿਉਂਕਿ ਉਹ ਦੋਵੇਂ ਬੇਵਕੂਫ ਹੈ ਨੀ। ਜੇ ਸਾਨੂੰ ਬਾਹਰ ਬੈਠਿਆਂ ਨੂੰ ਸਮਝ ਲੱਗ ਰਹੀ ਹੈ ਕਿ ਭਗਵੰਤ ਮਾਨ ਅੱਜ ਤੋਂ ਹੀ ਐਡਾ ਸਰਗਰਮ ਹੋ ਗਿਆ ਤੇ ਐਡਾ ਹੀ ਮਤਲਬ ਖਹਿਰੇ ਦੇ ਖਿਲਾਫ਼ ਬੋਲ ਰਿਹਾ ਜਾਂ ਹੋਰ ਦੂਜਿਆਂ ਦੇ ਖਿਲਾਫ਼ ਬੋਲ ਰਿਹਾ, ਤੇ ਉਹਦਾ ਮਕਸਦ ਇੱਕੋ ਹੀ ਹੈ ਕਿ ਬਸ ਚੀਫ ਮਿਨਿਸਟਰ ਦਾ ਚਿਹਰਾ ਮੈਂ ਹੀ ਹੋਣਾ ਚਾਹੀਦਾ ਜੀ। ਇਸੇ ਗੱਲੋਂ 2017 ਦੇ ਵਿੱਚ ਹੀ ਰੌਲਾ ਪਿਆ ਸੀ ਇਹਨਾਂ 'ਚ, ਇਸੇ ਗੱਲੋਂ ਹੀ ਉਹਨਾਂ ਵੀ ਵੇਖਿਆ ਹੀ ਹੋਊਗਾ ਦੋਵਾਂ ਨੇ। ਤੇ ਉਹ ਕਮਲੇ ਤੇ ਹੈ ਨੀ ਨੈਸ਼ਨਲ ਪਾਰਟੀ ਛੱਡ ਕੇ ਤੇ ਇਹਨਾਂ ਇਹਦੇ ਪਿੱਛੇ ਲੱਗ ਕੇ ਤੇ ਆ ਕੇ ਆਪਣੀ ਵੀ ਇਹੋ ਜਿਹੀ ਦੁਰਗਤੀ ਕਰਾ ਲੈਣ ਜਿਹੜੀ ਬਾਕੀਆਂ ਦੀ ਹੋਈ ਹੈ। ਤੇ ਉਹਨਾਂ ਦੋਵਾਂ ਦੀ ਤਾਰੀਫ਼ ਕਰਤੀ, ਖਹਿਰੇ ਦੀ ਨਹੀਂ ਕੀਤੀ, ਕਿਉਂਕਿ ਇਹਨੂੰ ਪਤਾ ਸੀ ਕਿ ਜੇ ਮੈਂ ਤਾਰੀਫ਼ ਕਰਤੀ ਤੇ ਖਹਿਰਾ ਸਾਹਿਬ ਨੇ ਤੇ ਸਵੇਰੇ ਹੀ ਆ ਜਾਣਾ ਕਿ ਹਾਂਜੀ ਭਾਜੀ ਆਪਾਂ ਮੈਂ ਦੁਬਾਰਾ ਆਮ ਆਦਮੀ ਪਾਰਟੀ ਦੇ ਵਿੱਚ ਹਾਂ। ਇਹ ਉਹ ਗੱਲ ਆ ਜਿਹੜਾ ਉਹ ਕਹਿੰਦੇ ਹੁੰਦੇ ਨਾ ਕਿ ਹਿਸਟਰੀ ਰਿਪੀਟਸ ਇਟ ਸੈਲਫ, ਉਹ 2017 ਦੀਆਂ ਗਲਤੀਆਂ ਫਿਰ ਉਹ ਹੀ ਰਿਪੀਟ ਕਰੀ ਜਾ ਰਹੇ ਨੇ। ਬਾਕੀ ਜਿਹੜੀ ਕੇਜਰੀਵਾਲ ਸਾਹਿਬ ਦੀ ਤੁਸੀਂ ਗੱਲ ਕਰਦੇ ਜੇ, ਉਹ ਦਿੱਲੀ 'ਚ ਇੰਟਰਸਟਡ ਨੇ, ਮੇਰੇ ਖਿਆਲ ਨਾਲ ਉਹ ਦਿੱਲੀ 'ਚ ਇੰਟਰਸਟਡ ਰਹਿਣਾ ਚਾਹੁੰਦੇ ਨੇ, ਉਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਇੰਟਰਸਟ ਨਹੀਂ ਹੈਗਾ। ਬਿਲਕੁਲ ਸਪਸ਼ਟ ਹੈ, ਕਿਉਂਕਿ ਇੱਕ ਚੈਨਲ ਦੀ ਹਾਂਜੀ ਉਹ ਇੱਕ ਚੈਨਲ ਦੀ ਇੰਟਰਵਿਊ ਸੀ ਆ ਇਲੈਕਸ਼ਨਾਂ ਦੇ ਦੌਰਾਨ, ਉਹ ਨਾਂ ਕੀ ਲੈਣਾ ਚੈਨਲ ਦਾ, ਉਹਦੇ ਵਿੱਚ ਉਹਨੂੰ ਸਪੈਸ਼ਲੀ ਪੁੱਛਿਆ ਸੀ ਕੇਜਰੀਵਾਲ ਨੂੰ ਕਿ ਜੇ ਤੁਸੀਂ ਦਿੱਲੀ ਜਿੱਤ ਗਏ ਤੇ ਤੁਸੀਂ ਨੈਸ਼ਨਲ ਲੈਵਲ ਤੇ ਜਾਓਗੇ, ਤੇ ਕੇਜਰੀਵਾਲ ਨੇ ਉਦੋਂ ਕਿਹਾ ਸੀ ਕਿ ਮੇਰੇ ਦੋਵੇਂ ਹੱਥ ਹੈ ਇਸ ਵੇਲੇ ਬਹੁਤ ਬਿਜ਼ੀ ਨੇ ਦਿੱਲੀ ਦੇ ਵਿੱਚ, ਮੈਂ ਦਿੱਲੀ ਸੰਭਾਲਣਾ ਇੰਨਾ ਹੀ ਬਹੁਤ ਹੈ। ਹੁਣ ਆਈ ਡੋਂਟ ਨੋ ਉਹਨੇ ਕੀ ਇਹ ਸੋਚ ਕੇ ਕਿਹਾ ਸੀ ਕਿ ਮੇਰੀਆਂ ਵੋਟਾਂ ਨਾ ਘੱਟ ਜਾਣੀਆਂ, ਉਹ ਐਕਚੁਅਲੀ ਉਹਨੂੰ ਮੀਨ ਕਰਦਾ ਸੀ ਕਿ ਮੈਂ ਸਿਰਫ ਦਿੱਲੀ 'ਚ ਹੀ ਰਹਿਣਾ ਚਾਹੁੰਦਾ। ਜੀ ਮਿਹਰਬਾਨੀ ਤੁਹਾਡਾ ਸਾਹਿਬ, ਥੈਂਕ ਯੂ ਥੈਂਕ ਯੂ। ਦੇਖੋ ਆ ਗਗਨ ਸਰਾਂ ਕੁਰੜ ਨੇ ਲਿਖਿਆ, ਹਾਂ ਕੁਰੜ ਪਿੰਡ ਵਾਲੇ ਸੀ ਇਹ ਬਾਈ ਜੀ ਹੋਰੀ, ਸਮਰਪਿਤ ਵੋਟਰ ਸੀ, ਗੱਲ ਕਰਨਾ ਚਾਹੁੰਦੇ ਸੀਗੇ, ਕੋਈ ਮਤਲਬ ਹਮਲਾ ਨਹੀਂ ਸੀ ਕਰਨਾ ਚਾਹੁੰਦੇ, ਸਿਕਿਉਰਿਟੀ ਤੁਹਾਡੇ ਨਾਲ ਹੈ। ਅਤੇ ਇੱਕ ਤਾਂ ਤੁਸੀਂ ਕਹਿੰਦੇ ਹੋ ਕਿ ਵਰਕਰਾਂ ਨੂੰ ਪੁੱਛ ਕੇ ਫੈਸਲਾ ਕਰਾਂਗੇ, ਆਹ ਵਰਕਰ ਗਗਨ ਸਰਾਂ ਕੁਰੜ ਹੋਰਾਂ ਦਾ ਕੀ ਦੋਸ਼ ਹੈ? ਇਹਨਾਂ ਨੇ ਲਿਖਿਆ ਕਹਿੰਦੇ ਹਾਂਜੀ ਪਰਚੇ ਸਾਡੇ 'ਤੇ ਅਜੇ ਵੀ ਚੱਲਦੇ ਹੈ। ਸੋ ਇਸ ਕਰਕੇ ਮਾਨ ਸਾਹਿਬ ਉਹਨਾਂ ਨੇ ਉਹਨਾਂ ਲੋਕਾਂ ਦੇ ਸਿਰ 'ਤੇ ਤੁਸੀਂ ਹੀਰੋ ਬਣੇ ਹੋ, ਹੁਣ ਸਾਡੇ ਦਰਸ਼ਕ ਨੇ ਕਿੰਨਾ ਗੰਦ ਸਾਡੇ 'ਤੇ ਪਾ ਜਾਂਦੇ ਆ, ਕਦੇ ਜਵਾਬ ਦਿੱਤਾ ਉਹਨਾਂ ਨੂੰ ਉਹਨਾਂ ਦੀ ਭਾਸ਼ਾ 'ਚ? ਹਾਲਾਂਕਿ ਜੋ ਉਹ ਗਾਲੀ ਗਲੋਚ ਕਰ ਜਾਂਦੇ ਆ ਉਹ ਤੋਂ ਵੱਧ ਗਾਲਾਂ ਮੈਂ ਕੱਢ ਸਕਦਾ, ਉਹਨਾਂ ਨਾਲੋਂ ਜ਼ਿਆਦਾ ਗੰਦੀਆਂ ਕੱਢ ਸਕਦਾ, ਉਹਨਾਂ ਨਾਲੋਂ ਜ਼ਿਆਦਾ ਦੇਰ ਕੱਢ ਸਕਦਾ, ਕਦੇ ਮੈਂ ਇਹ ਗੱਲ ਕੀਤੀ ਹੈ? ਇਹ ਜੋਬ ਹੈ ਯਾਰ, ਇਹ ਝੱਲਣਾ ਪੈਣਾ, ਪਬਲਿਕ ਲਾਈਫ ਹੈ ਤੁਹਾਡੀ। ਸੋ ਇਸ ਕਰਕੇ ਜੇ ਸਤਿਕਾਰ ਹੈ ਤਾਂ ਦੁਰਕਾਰ ਵੀ ਹੈ, ਤਾਂ ਇਹਦਾ ਮਤਲਬ ਇਹ ਥੋੜ੍ਹਾ ਕਿ ਮੈਂ ਜਣੇ ਖਣੇ 'ਤੇ ਪਰਚੇ ਕਰਵਾਉਂਦੇ ਫਿਰਾਂ, ਕਰਾਉਣ ਨੂੰ ਸਾਰਾ ਕੁਛ ਕਰ ਸਕਦੇ ਹਾਂ, ਪਰ ਨਹੀਂ, ਜੋਬ ਹੈ ਆਪੇ ਸਮਝ ਜਾਂਦੇ ਨੇ, ਸੱਜਰਾ ਲਿਪਿਆ ਲੋਕ ਵੇਖਦੇ ਨੇ, ਲੋਕ ਜਸਟੀਫਾਈ ਹੋ ਜਾਂਦੇ ਨੇ। ਆਹ ਕੁਲਵਿੰਦਰ ਸਿੰਘ ਹੈ ਮੁੰਡਾ ਗੰਗਾਨਗਰ ਤੋਂ ਆਪ ਵਾਲਾ, ਉਹਨੇ ਬੜਾ ਕੁਛ ਲਿਖਿਆ, ਹੌਲੀ ਹੌਲੀ ਬੰਦਾ ਸਮਝ ਜਾਂਦਾ ਕਿ ਨਹੀਂ ਯਾਰ ਇਹ ਸਹੀ ਹੈ, ਜਦੋਂ ਨਵਾਂ ਨਵਾਂ ਆਉਂਦਾ ਗੰਦ ਪਾ ਦਿੰਦਾ, ਗੱਲ ਕਹਿ ਦਿੰਦਾ। ਇਸ ਕਰਕੇ ਜੇ ਤੁਹਾਡੇ ਵਰਕਰ ਸੀ ਯਾਰ, ਪਰਚੇ ਤੁਸੀਂ ਅਜੇ ਤੱਕ ਵਾਪਸ ਨਹੀਂ ਲਏ ਉਹਨਾਂ 'ਤੇ ਆਪਣੇ ਬੰਦਿਆਂ 'ਤੇ, ਖੈਰ ਤੁਸੀਂ ਆਉਂਦੇ ਰਹੋ ਸਰ। ਹੈਲੋ, ਹਾਂ ਤੁਸੀਂ ਆਉਂਦੇ ਰਹੋ ਜੀ। ਹਾਂ ਸਤਿ ਸ਼੍ਰੀ ਅਕਾਲ, ਟਾਣਾ ਜਸਵੀਰ ਬੋਲਦਾ ਜੀ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਹਾਂ ਟਵਾਣਾ ਜੀ, ਅੱਛਾ ਉਹ ਗੰਗਾਨਗਰ ਵਾਲੇ ਉਹ ਮਾਨ ਸਾਹਿਬ ਦੇ ਫੁੱਫੜ ਕੋਲ ਭੂਆ ਕੋਲ ਹੀ ਜਾਇਆ ਯਾਰ, ਮਨਾ ਲਓ ਮਾਨ ਸਾਹਿਬ ਨੂੰ ਕਿ ਯਾਰ ਪਾਰਟੀ ਚੱਲ ਲੈਣ ਦਿਓ, ਬਦਲ ਦੇ ਦਿਓ। ਮੈਂ ਕਿਹਾ ਟਵਾਣਾ ਜੀ ਅਸੀਂ ਸਾਡੀ ਰਿਕੁਐਸਟ ਕੀਤੀ ਹੈ, ਲੱਗ ਗਿਆ ਜੋੜਨ ਪੰਜਾਬ ਵਾਲਿਆਂ ਨੂੰ, ਤੁਸੀਂ ਚਿੰਤਾ ਨਾ ਕਰੋ, ਅਜੇ ਟਾਈਮ ਬਹੁਤ ਪਿਆ, ਜੋੜ ਲੂਗਾ ਬਹੁਤ ਜਾਣਿਆਂ ਨੂੰ। ਮੁਸ਼ਕਿਲ ਹੈ ਨਹੀਂ, ਗੰਗਾਨਗਰ ਵਾਲੀ ਭੂਆ ਜੀ ਨੂੰ ਖਬਰਾਂ, ਜਦੋਂ ਬੰਦੇ ਨੂੰ ਸੱਟ ਲੱਗੀ ਹੁੰਦੀ ਹੈ ਟਵਾਣਾ ਜੀ, ਉਦੋਂ ਸੋਚਦਾ ਨਾ ਵੀ ਮੈਥੋਂ ਗਲਤੀ ਹੋਈ ਤੇ ਮੈਂ ਸੁਧਾਰਾਂ, ਖਬਰਾਂ ਰਾਹ ਤੇ ਤੁਰਨ ਲੱਗ ਗਿਆ ਵਿਚਾਰਾ, ਪਹਿਲਾਂ ਹੀ ਨਾ ਮੇੜੇ ਮਾਰੋ ਤੁਸੀਂ। ਨਹੀਂ ਨਹੀਂ ਦੇਖੋ ਸਿੱਧੂ ਤੇ ਉਹਨੂੰ ਆਖਿਆ, ਪਰ ਜਿਹੜਾ ਖਹਿਰੇ ਵਾਲੀ ਜ਼ਿਆਦਾ ਸਟੈਂਡ ਲੈ ਗਿਆ ਤੇ ਚੁੱਪ ਰਹਿੰਦਾ ਤੇ ਚੰਗਾ ਸੀ, ਅਗਰੈਸਿਵ ਫੇਰ ਹੋ ਗਿਆ ਰਾਜਨੀਤੀ ਦੇ ਵਿੱਚ। ਟਵਾਣਾ ਜੀ ਰਾਜਨੀਤੀ ਦੇ ਵਿੱਚ ਵੈਸੇ ਸਾਰਾ ਕੁਝ ਹੀ ਚੱਲਦਾ ਹੁੰਦਾ, ਸੁਖਪਾਲ ਖਹਿਰੇ ਨੇ ਤਾਂ ਇੰਨਾ ਕੀ ਆਪਦਾ ਮਾੜਾ ਕਰਤਾ, ਜਿਹੜਾ ਉਹ ਕਹਿ ਗਿਆ ਉਹ ਫਿਰ ਨਹੀਂ ਕਹਿਣੀ ਚਾਹੀਦੀ ਸੀ। ਪਰ ਭਗਵੰਤ ਮਾਨ ਵੀ, ਜੇ ਆਪਾਂ ਮੰਨ ਲਓ ਕਈ ਸਰੋਤੇ ਹੁਣ ਕਹਿ ਦਿੰਦੇ ਆ ਮੇਰੀ ਗੱਲ ਦਾ ਗੁੱਸਾ ਨਾ ਮੰਨਣ, ਵੀ ਭਗਵੰਤ ਮਾਨ ਨੂੰ ਸਾਈਡ ਤੇ ਕਰ ਦੇਣ, ਭਗਵੰਤ ਮਾਨ ਵੀ ਪੰਜਾਬ ਦੇ ਵਿੱਚ ਆਪ ਨੂੰ ਖੜਾ ਕਰਨ 'ਚ ਸਭ ਤੋਂ ਵੱਡਾ ਯੋਗਦਾਨ ਭਗਵੰਤ ਮਾਨ ਦਾ ਜੀ।
ਤੇ ਉਹਦਾ ਇੱਕ ਚਿਹਰਾ ਵੀ ਹੈ ਜਿਹੜਾ ਜਨਤਾ ਨੂੰ ਮੰਨ ਲਓ ਆਕਰਸ਼ਿਤ ਕਰਦਾ ਹੈ ਤੇ ਪਬਲਿਕ ਉਹਦੀ ਗੱਲ ਵੀ ਸੁਣਦੀ ਹੈ ਤੇ ਲੋਕਾਂ ਦੇ ਦੁੱਖ ਦਰਦ ਤੋਂ ਬਹੁਤ ਵਧੀਆ ਢੰਗ ਨਾਲ ਮੰਨ ਲਓ ਰੱਖਦਾ ਹੈ ਤੇ ਸੰਸਦ ਦੇ ਵਿੱਚ ਵੀ ਬੋਲਦਾ ਹੈ ਪਰ ਮੰਨ ਲਓ ਵੀ ਹੁਣ ਜੇ ਅਗਰ ਇਹ ਇਸ ਲਾਈਨ ਤੇ ਤੁਰਿਆ ਰਿਹਾ ਜੋੜਦਾ ਰਿਹਾ ਜੋੜਦਾ ਰਿਹਾ ਤਾਂ ਹੋ ਸਕਦਾ ਕੋਈ ਪੰਜਾਬ ਵਾਲਿਆਂ ਦਾ ਵਿਚਾਰਿਆਂ ਦਾ ਭਲਾ ਹੋ ਜਾਏ ਜੀ ਜੀ ਤੇ ਬਾਕੀ ਐਡੀ ਜਲਦੀ ਉਹਨਾਂ ਤੁਸੀਂ ਕਰੋ ਲੱਗ ਗਿਆ ਮੇਰੇ ਹਿਸਾਬ ਨਾਲ ਰਾਹ ਪੈ ਗਿਆ ਤੇ ਤੁਰ ਦਿਓ ਉਹਨੂੰ ਰਾਹ ਤੇ ਜੀ ਥੈਂਕ ਯੂ ਦੇਖੋ ਜੁੜਨਗੇ ਤਾਂ ਅੱਛੇ ਰਹਿਣਗੇ ਬਾਈ ਜੀ ਕੁਛ ਨਾ ਕੁਛ ਗੱਲ ਤਣ ਪੱਤਣ ਲੱਗ ਜੂ ਤੀਜਾ ਬਦਲ ਮਿਲ ਜੂ ਨਹੀਂ ਤਾਂ ਜਿਸ ਤਰ੍ਹਾਂ ਹੈ ਅਕਾਲੀ ਭਾਜਪਾ ਵਾਲੇ ਮਾਰੋ ਮਾਰ ਕਰਦੇ ਆਈ ਜਾਂਦੇ ਆ ਚੰਗਾ ਹੁੰਦਾ ਖੈਰ ਇਹਨੂੰ ਲੈਣ ਨਾ ਲੈਣ ਪਰ ਪਬਲਿਕਲੀ ਜਿਹੜੀ ਇਸ ਤਰ੍ਹਾਂ ਦੀ ਸਟੇਟਮੈਂਟ ਉਹਨਾਂ ਨੇ ਦੇ ਦਿੱਤੀ ਹੈ ਨਾ ਉਹ ਸਟੇਟਮੈਂਟ ਦਾ ਅਸਰ ਵੀਰ ਮੇਰੇ ਉਹ ਨੈਗੇਟਿਵ ਪੈਣਾ ਹੋਰ ਕੋਈ ਦੋਰਾਵਾਂ ਨਹੀਂ ਹੈ ਤੁਸੀਂ ਓਨਰ ਹੋ ਸਰ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੁਲਾਰ ਸਾਹਿਬ ਹਾਂਜੀ ਭਾਅ ਜੀ ਗੱਲ ਹੈਗੀ ਏਦਾਂ ਅਕਾਲੀਆਂ ਨੂੰ ਬਾਦਲਾਂ ਤੋਂ ਕਾਂਗਰਸ ਨੂੰ ਕੈਪਟਨ ਤੋਂ ਆਪ ਨੂੰ ਭਗਵੰਤ ਤੋਂ ਇਹਨਾਂ ਪਾਰਟੀਆਂ ਨੂੰ ਆਪਣਿਆਂ ਬੰਦਿਆਂ ਤੋਂ ਆਪ ਨੂੰ ਖਤਰਾ ਕੈਪਟਨ ਤਾਂ ਕਾਂਗਰਸ ਨੂੰ ਤੁਸੀਂ ਸਾਨੂੰ ਰਿਪੋਰਟਰ ਹੋ ਤੁਹਾਨੂੰ ਜ਼ਿਆਦਾ ਪਤਾ ਕੈਪਟਨ ਤਾਂ ਕਾਂਗਰਸ ਨੂੰ ਉੱਥੇ ਲਿਜਾ ਕੇ ਛੱਡੇਗਾ ਜਿੱਥੇ ਨਰਸਿਮਹਾ ਰਾਓ ਨੇ ਜਦੋਂ ਨਰਸਿਮਹਾ ਰਾਓ ਆਇਆ ਸੀ ਨਾ ਉਦੋਂ ਤੋਂ ਕਾਂਗਰਸ ਥੱਲੇ ਆਉਣ ਡਿੱਗੀ ਹੈ ਜੀ ਪਹਿਲਾਂ ਕਾਂਗਰਸ ਬੜੀ ਚੜ੍ਹਾਈ 'ਚ ਰਹੀ ਜਦੋਂ ਨਰਸਿਮਹਾ ਰਾਓ ਆਇਆ ਉਦੋਂ ਹੋਈ ਕਾਂਗਰਸ ਕੈਪਟਨ ਵੀ ਏਦਾਂ ਹੀ ਕਰੇਗਾ ਪੰਜਾਬ ਦੇ ਵਿੱਚ ਦੂਜੀ ਗੱਲ ਹੈ ਕਿ ਭਗਵੰਤ ਮਾਨ ਨੂੰ ਇੱਕ ਵਹਿਮ ਪੈ ਗਿਆ ਕਿ ਮੇਰਾ ਸਿਆਸੀ ਕੱਦ ਬਹੁਤ ਉੱਚਾ ਹੋ ਗਿਆ ਇਹਦਾ ਸਿਆਸੀ ਕੱਦ ਨਹੀਂ ਗਾ ਉੱਚਾ ਇਹ ਤਾਂ ਮਨਜ਼ੂਰ ਚੜ੍ਹ ਗਏ ਸੀ ਲੋਕੀ ਉਦੋਂ ਵੀ ਬਦਲ ਚਾਹੁੰਦੇ ਸੀ ਅਕਾਲੀਆਂ ਤੋਂ ਤਾਂ ਕਾਂਗਰਸ ਤੋਂ ਲੋਕ ਉਦੋਂ ਵੀ ਦੁਖੀ ਸੀ ਇਹ ਤਾਂ ਭਗਵੰਤ ਮਾਨ ਹੋਣਾ ਦਾ ਇਹਨਾਂ ਚੀਮੇ ਹੋਣੀ ਇਹਦਾ ਸਾਰਿਆਂ ਦਾ ਸੂਤ ਆ ਗਿਆ ਨਹੀਂ ਤਾਂ ਕਿੱਥੇ ਖਹਿਰਾ ਕਿੱਥੇ ਸਿੱਧੂ ਭਾਜੀ ਹੋਣੀ ਹੈ ਨਾ ਇਹਦਾ ਕੱਦ ਨਹੀਂ ਗਾ ਇੰਨਾ ਉੱਚਾ ਇਹ ਮੁੱਖ ਮੰਤਰੀ ਬਣਨ ਦੇ ਲਾਇਕ ਹੈਗਾ ਪਹਿਲਾਂ ਤੁਸੀਂ ਇਹ ਦੇਖਿਆ ਕਰੋ ਸਾਰੇ ਜਣੇ ਓਕੇ ਜੀ ਥੈਂਕ ਯੂ ਮਿਹਰਬਾਨੀ ਦੇਖੋ ਇਹਨਾਂ ਦੇ ਅਸਿਸਟੈਂਟ ਬੈਠੇ ਸੀਗੇ ਹਰਪਾਲ ਸਿੰਘ ਚੀਮਾ ਜਦੋਂ ਪੁੱਛਦੇ ਆ ਕਿ 2022 'ਚ ਚਿਹਰਾ ਕੌਣ ਹੋ ਚੀਮੇ ਨੇ ਦੋ ਵਾਰੀ ਆਖਿਆ ਕਹਿੰਦਾ ਦਿੱਲੀ 22 ਅਜੇ ਦੂਰ ਆ 22 ਅਜੇ ਦੂਰ ਆ ਵੀ ਗੱਲ ਟਾਲ ਦਿਓ ਪਰ ਮਾਨ ਸਾਹਿਬ ਕਿੱਥੇ ਟਾਲਦੇ ਅਗਰੈਸਿਵ ਹੋ ਜਾਂਦੇ ਆ ਕਿਉਂਕਿ ਇਹ ਪ੍ਰੋਬਲਮ ਹੈ ਖਹਿਰਾ ਸਾਹਿਬ ਦੀ ਵੀ ਨਵਜੋਤ ਸਿੰਘ ਸਿੱਧੂ ਦੀ ਵੀ ਅਤੇ ਭਗਵੰਤ ਮਾਨ ਦੀ ਵੀ ਇਹ ਅੱਛੇ ਲਿਸਨਰ ਨਹੀਂ ਹੈ ਸੁਣਦੇ ਨਹੀਂ ਹੈ ਗੱਲ ਕਿਸੇ ਦੀ ਇਹ ਬ੍ਰੌਡਕਾਸਟਰ ਹੀ ਹੈ ਸੋ ਜਿਵੇਂ ਚੀਮੇ ਨੇ ਕਿਹਾ ਸੀ ਕਿ 22 ਅਜੇ ਦੂਰ ਹੈ 22 ਅਜੇ ਦੂਰ ਹੈ ਉਹਦਾ ਇਸ਼ਾਰਾ ਸੀ ਵੀ 22 ਅਜੇ ਦੂਰ ਹੈ ਕਹਿ ਦਿਓ ਟਾਲ ਦਿਓ ਪਰ ਉਹ ਕਹਿੰਦਾ ਕਿਵੇਂ ਜੀ ਮੁੱਖ ਮੰਤਰੀ ਦਾ ਚਿਹਰਾ ਕਿਵੇਂ ਪੇਸ਼ ਕਰ ਦਈਏ ਜੇ ਭਾਈ ਮੁੱਖ ਮੰਤਰੀ ਦਾ ਚਿਹਰਾ ਨਹੀਂ ਪੇਸ਼ ਕਰੋਗੇ ਗੱਲ ਨਹੀਂ ਬਣਨੀ ਤੁਸੀਂ ਡਿਸੀਜ਼ਨ ਤਾਂ ਤੁਸੀਂ ਕਰਨਾ ਯਾਰ ਸਰਕਾਰ ਤਾਂ ਬਣਾ ਲਿਓ ਫਿਰ ਕਿਹੜਾ ਤੁਸੀਂ ਸਟਾਮ ਲਿਖ ਦਿੱਤਾ ਬਣ ਜਾਓ ਮੁੱਖ ਮੰਤਰੀ ਅਰੇ ਜਿੱਤ ਤਾਂ ਲਓ ਨਾ ਤੁਸੀਂ ਓਨਰ ਹੋ ਸਰ ਹੈਲੋ ਹਾਂ ਸਤਿ ਸ਼੍ਰੀ ਅਕਾਲ ਜੀ ਕੁਲਵਿੰਦਰ ਸਿੰਘ ਹੋ ਰਿਹਾ ਗੁਰਦਾਸਪੁਰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਪਿਛਲੇ ਆਮ ਪਾਰਟੀ ਪੰਜਾਬ 'ਚ ਆਈ ਸੀ ਨਾ ਇਹਨਾਂ ਨਾਲ ਰਾਤ ਦਿਨ ਇੱਕ ਕੀਤਾ ਪਰ ਇਹਨਾਂ ਦਾ ਰਿਜ਼ਲਟ ਕਿਉਂ ਨਹੀਂ ਬਣਿਆ ਕਿ ਇਹਨਾਂ ਸਿਰਫ ਹੀ ਆਪ ਮੈਂ ਅੰਕੋ ਅੰਕ ਆ ਗਿਆ ਖਾਸ ਕਰਕੇ ਭਗਵੰਤ ਮਾਨ 'ਚ ਜੀ ਜੇਕਰ ਹੁਣ ਵੀ ਇਹਨਾਂ ਨੇ ਕੁਝ ਪੰਜਾਬ ਦੇ 'ਚ ਕਰਨਾ ਚਾਹੁੰਦੇ ਆ ਨਾ ਤੇ ਸਿਰਫ ਆਪਣੀ ਬੈਂ ਮਾਰ ਲੈਣ ਮੈਂ ਕਹਿੰਦੇ ਨਾ ਮਾਂ ਕਹਿੰਦੀ ਪੁੱਤ ਨੂੰ ਅਮਲੀ ਪੁੱਤ ਨਾਲ ਜੰਮਦੀ ਧੀ ਨਹੀਂ ਚੰਗੀ ਮੈਂ ਨਸ਼ੇੜੀ ਪੁੱਤ ਨਾਲ ਜੰਮਦੀ ਧੀ ਨਹੀਂ ਉਹ ਹਿਸਾਬ ਸਾਡੇ ਪੰਜਾਬ ਦਾ ਹੋ ਗਿਆ ਤੇ ਹੁਣ ਸਾਰੇ ਹੀ ਮੈਂ ਮੁੱਖ ਮੰਤਰੀ ਦੇਖੋ ਜਿਹੜਾ ਬੰਦਾ ਇਹਨੂੰ ਗੱਲ ਕਰਨ ਦਾ ਨੀ ਪਤਾ ਭਗਵੰਤ ਮਾਨ ਮੀਡੀਆ ਦੇ ਸਾਹਮਣੇ ਗੱਲ ਕਰਨ ਦੇ ਆਵਾ ਕਿੱਦਾਂ ਵਾ ਤੂੰ ਸੁਣ ਮੀਡੀਆ ਦਾ ਕੰਮ ਤੈਨੂੰ ਪ੍ਰਸ਼ਨ ਕਰਨਾ ਤੂੰ ਉੱਤਰ ਦੇ ਉਹਨੂੰ ਕਿੱਦਾਂ ਮਤਲਬ ਮਾਰਨ ਪੈ ਰਿਹਾ ਕਿ ਏਦਾਂ ਦਾ ਮੁੱਖ ਮੰਤਰੀ ਪੰਜਾਬ ਦਾ ਕੀ ਕਰੂਗਾ ਜੀ ਕੀ ਕਰੂਗਾ ਜੀ ਥੈਂਕ ਯੂ ਕੁਲਵੰਤ ਸੇਖੋਂ ਕਹਿੰਦੇ ਖਹਿਰਾ ਜਿੰਦਾਬਾਦ ਪਲੀਜ਼ ਇੱਦਾਂ ਤੁਸੀਂ ਮਾੜੇ ਲਫ਼ਜ਼ ਨਾ ਜੀ ਕਿਸੇ ਬਾਰੇ ਲਿਖੋ ਰਾਜੀਵ ਸ਼ਰਮਾ ਕਹਿੰਦੇ ਭਗਵੰਤ ਮਾਨ ਹੀਰਾ ਬੰਦਾ ਹੀਰੇ ਦੀ ਪਰਖ ਸਿਰਫ ਪਾਰਖੂ ਨੂੰ ਹੁੰਦੀ ਹੈ ਥੈਂਕ ਯੂ ਨਾਜ਼ਰ ਸਿੰਘ ਖੰਗੂੜਾ ਕਹਿੰਦੇ ਮਿਸਟਰ ਮਾਨ ਹੈਲਪਿੰਗ ਅਦਰ ਪਾਰਟੀ ਇਨ ਪੰਜਾਬ ਮਿਸਟਰ ਸਿੱਧੂ ਇਜ਼ ਦੀ ਰਾਈਟ ਮੈਨ ਟੂ ਲੀਡ ਦੀ ਪੰਜਾਬ ਖਹਿਰਾ ਇਜ਼ ਗੁੱਡ ਫਾਰ ਪੰਜਾਬ ਗਗਨ ਕੁਰੜ ਜਿਨ੍ਹਾਂ 'ਤੇ ਕੇਸ ਮਾਨ ਸਾਹਿਬ ਨੇ ਕੀਤਾ ਸੀ ਉਹ ਕਹਿੰਦੇ ਜੀ ਭਗਵੰਤ ਮਾਨ ਸਾਡੇ ਨਾਲ ਸਮਝੌਤਾ ਕਰਕੇ ਮੁੱਕਰ ਗਿਆ ਇਹ ਤਾਂ ਹੁਣ ਤੁਹਾਨੂੰ ਪਤਾ ਜੀ ਤੁਸੀਂ ਦੱਸ ਸਕਦੇ ਹੋ ਓਨਰ ਆ ਸਕਦੇ ਹੋ ਵੈਸੇ ਵਰਕਰ ਨੇ ਵਰਕਰਾਂ ਨੂੰ ਰਾਜ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਸਰੋਤੇ ਨੂੰ ਜਿਹਦਾ ਪਤਾ ਲੱਗ ਜਾਵੇ ਨਾ ਕਿ ਜੈਨੂਇਨ ਹੈ ਕੋਸ਼ਿਸ਼ ਕਰੀਦੀ ਉਹਨੂੰ ਸੈਟਿਸਫਾਈ ਕਰਨ ਦੀ ਉਹਦੇ ਸ਼ੰਕੇ ਦੂਰ ਕਰੀਦੇ ਆ ਕਿ ਨਹੀਂ ਵੀਰ ਇਹਦਾ ਮਤਲਬ ਇਹ ਹੈ ਉਹ ਦੂਰ ਵੀ ਹੋ ਜਾਂਦੇ ਨੇ ਜਿਹੜਾ 16-17 ਵਰ੍ਹਿਆਂ ਦੀ ਮੇਰੀ ਪੱਤਰਕਾਰੀ ਹੈ ਜਦੋਂ ਦਾ ਸੋਸ਼ਲ ਸਾਈਟ ਸਿਸਟਮ ਆਇਆ ਕੋਸ਼ਿਸ਼ ਕਰੀਦੀ ਹੈ ਕਿਉਂਕਿ ਇਹਨਾਂ ਸਰੋਤਿਆਂ ਦੇ ਇਹਨਾਂ ਦਰਸ਼ਕਾਂ ਦੇ ਸਿਰ 'ਤੇ ਸਾਡੀ ਜਰਨਲਿਜ਼ਮ ਹੈ ਜੇ ਉਹਨਾਂ ਨੂੰ ਸਾਡੇ ਪ੍ਰਤੀ ਕੋਈ ਸ਼ੰਕਾ ਹੈ ਤਾਂ ਉਹ ਨਿਵਿਰਤ ਕਰਨਾ ਸਾਡੀ ਜੌਬ ਹੈ ਪਹਿਲਾਂ ਵੀ ਇੱਕ ਸੱਜਣ ਨੇ ਦੋਸ਼ ਲਾਇਆ ਸੀਗਾ ਤਹਿਲਕਾ ਰੇੜੀ 'ਤੇ ਕਿ ਮੈਂ ਚਰਨਜੀਤ ਬਰਾੜ ਤੋਂ ਚੈੱਕ ਲੈ ਗਿਆ ਮੈਂ ਇਹਨੂੰ ਆਖਿਆ ਸੀ ਵੀਰ ਮੇਰਿਆ ਸਬੂਤ ਦੇ ਦੇ ਸਾਰੀ ਜਾਇਦਾਦ ਤੇਰੇ ਨਾਲ ਲਵਾ ਦੂੰ
ਸਾਡੀਆਂ ਐਡੀਆਂ ਲੋੜਾਂ ਨਹੀਂ ਕਿ ਸਾਨੂੰ ਕਿਸੇ ਦੇ ਚੈੱਕ ਜਾਂ ਸਪਲੀਮੈਂਟਾਂ ਦੀ ਲੋੜ ਪਵੇ। ਖਾਣ ਜੋਗੀਆਂ ਦੋ ਰੋਟੀਆਂ ਕਮਾ ਸਕਦੇ ਹਾਂ, ਬੜਾ ਕੁਛ ਦਿੱਤਾ ਹੈਗਾ ਵਾਹਿਗੁਰੂ ਦਾ, ਇਸ ਕਰਕੇ ਸਾਨੂੰ ਵਿਕਣ ਵਿਕਾਉਣ ਦੀ ਜ਼ਰੂਰਤ ਨਹੀਂ ਹੈ। ਸੋ ਮੇਰੇ ਕਹਿਣ ਦਾ ਮਤਲਬ ਹੈ, ਸਰੋਤਿਆਂ ਨੂੰ ਸੈਟਿਸਫਾਈ ਕਰਨਾ ਸਾਡੀ ਜੌਬ ਹੈ, ਇਸੇ ਤਰ੍ਹਾਂ ਵਰਕਰ ਨੂੰ ਸੈਟਿਸਫਾਈ ਕਰਨਾ ਭਗਵੰਤ ਮਾਨ ਦੀ ਜੌਬ ਹੈ, ਪਾਰਟੀ ਦੇ ਨੇਤਾਵਾਂ ਨੂੰ ਸੈਟਿਸਫਾਈ ਕਰਨਾ ਉਹਨਾਂ ਦੀ ਜੌਬ ਹੈ। ਜੇ ਉੱਚਾ ਨੀਚਾ ਬੋਲ ਜਾਂਦੇ ਨੇ, ਜੇ ਤੁਸੀਂ ਸਰਕਾਰਾਂ ਚਲਾਉਣੀਆਂ ਨੇ ਤਾਂ ਸਿੱਖਣਾ ਪਏਗਾ ਕਿ ਸਿੱਧੂ ਨੇ ਕੀ ਨਿਕਲੀ ਘੋਲੀ ਕਿਹਨਾਂ ਦੇ ਖਿਲਾਫ, ਪਰ ਉਹਨਾਂ ਨੇ ਫਿਰ ਪ੍ਰਵਾਨ ਕਰ ਲਿਆ। ਤੁਸੀਂ ਆਨਰ ਹੋ ਸਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਟਵਾਣਾ ਸਾਹਿਬ। ਸੁੜੀ ਸਾਹਿਬ ਸਤਿ ਸ਼੍ਰੀ ਅਕਾਲ। ਲੇਟ ਲੱਗੀ ਕੱਲ, ਟਾਈਮ ਥੋੜਾ ਰਹਿ ਗਿਆ। ਆਜੋ ਆਜੋ ਆਜੋ, 2 ਮਿੰਟ ਕਰ ਲੈਣੇ ਗੱਲ ਜੀ ਸੰਖੇਪ ਚ ਪਲੀਜ਼। ਟਵਾਣਾ ਸਾਹਿਬ, ਬੇਨਤੀ ਇਹ ਆ ਵੀ ਜਿਹੜਾ ਇਹ ਮੁੱਖ ਮੰਤਰੀ ਦੇ ਚਿਹਰੇ ਦਾ ਨਾਂ ਨਹੀਂ ਦੱਸਦਾ, ਕਿਉਂਕਿ ਗੱਲ ਤੇ ਸਿੱਧੀ ਆ ਵੀ ਇਹਨੇ ਆਪਣਾ ਨਾਂ ਕਿੱਦਾਂ ਖੁਦ ਲੈ ਦੇਵੇ। ਤੇ ਦੂਜੀ ਗੱਲ ਪਬਲਿਕ ਦੀ ਵੀ ਮਜਬੂਰੀ ਆ, ਮਤਲਬ ਜੇ ਜਿਹੜੀ ਬਰਾਤ ਨਾਲ ਤੁਸੀਂ ਜਾਣਾ, ਜੇ ਤੁਹਾਨੂੰ ਪਤਾ ਹੀ ਨਹੀਂ ਉਹਦਾ ਲਾੜਾ ਕੌਣ ਹੈ, ਤੇ ਫਿਰ ਤੁਸੀਂ ਬਰਾਤ ਤੇ ਚੱਲਿਓ ਕਿ ਭੋਗ ਤੇ ਚੱਲਿਓ, ਹੈਨਾ ਜੀ। ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਵੀ ਕੱਲ ਜੇ ਤੁਸੀਂ, ਤੁਹਾਡੀ ਗੱਲ ਕੱਲ ਇੰਨੀ ਸੀ ਵੀ ਉਹਦਾ ਕੋਈ ਕੀਮਤ ਹੀ ਨਹੀਂ ਗੀ, ਕਿੰਨੇ ਕੋ ਮਿਲੀਅਨ ਟ੍ਰਿਲੀਅਨ ਬਿਲੀਅਨ ਦੀ ਸੀ। ਸੰਖੇਪ ਚ ਪਲੀਜ਼ ਜੀ। ਹਾਂ, ਕਿ ਤੁਸੀਂ ਇਹ ਗੱਲ ਕਹੀ ਸੀ ਕਿ ਇਹ ਜਿਹੜੀ ਇਹਨਾਂ ਨੇ ਕਹਾਣੀ ਮਤਲਬ ਸਾਰੇ ਬੰਦਿਆਂ ਤੋਂ ਘੜ ਦਿੱਤੀ ਆ ਨਾ, ਇਹ ਮੁੱਕ ਜਾਂਦੀ ਇੱਥੇ ਆ ਕੇ ਨਾ, ਭਗਵੰਤ ਦੇ ਖਿਲਾਫ਼ ਜਾਂ ਉਹਦੇ ਹੱਕ 'ਚ ਬੋਲਣ 'ਤੇ ਰਹਿ ਨਹੀਂ ਜਾਂਦੀ, ਕਿਉਂਕਿ ਜਦੋਂ ਤੁਸੀਂ ਕਿਹਾ ਵੀ ਕੈਪਟਨ ਨੇ ਇਹਦੀ ਹੈਲਪ ਕੀਤੀ ਵੀ ਉਹ ਵਿਜੇਂਦਰ ਸਿੰਗਲਾ ਹਾਰ ਜਾਏ, ਅਤੇ ਉਹਨਾਂ ਨੇ ਬਾਦਲਾਂ ਨੇ ਕੀਤੀ ਵੀ ਮਨਪ੍ਰੀਤ ਬਾਦਲ ਹਾਰ ਜਾਏ, ਅਤੇ ਇਹਨੂੰ ਫਿਰ ਦੋ ਬੰਦਿਆਂ ਦਾ ਸਪੋਰਟ ਸੀ। ਵੇਖੋ ਜਿਹੜੀ ਖੋਤੀ ਹੁੰਦੀ ਨਾ ਥਾਣੇਦਾਰ ਦੀ, ਤੂੜੀ ਧੋ ਆਵੇ ਅਤੇ ਦੂਜੀਆਂ 'ਚ ਨਹੀਂ ਡਲਦੀ ਵੀ ਮੈਂ ਹੀ ਥਾਣਿਓ ਆਈ ਹਾਂ, ਅਤੇ ਜਿਹਨੂੰ ਦੋ ਮੁੱਖ ਮੰਤਰੀਆਂ ਦੀ ਸਪੋਰਟ ਹੋਵੇ ਉਹ ਕੀ ਸਮਝਦਾ ਜੀ ਖੈਰੇ ਉਹਨਾਂ ਨੂੰ ਜੀ। ਥੈਂਕ ਯੂ। ਨਹੀਂ, ਉਹ ਤਾਂ ਸੰਗਰੂਰ ਦੀ ਪਿਛਲੀ ਇਲੈਕਸ਼ਨ ਹੈ, ਕਲੀਅਰ ਹੀ ਸੀਗਾ ਕਿ ਵਿਜੇਂਦਰ ਸਿੰਗਲਾ ਨੂੰ ਕੈਪਟਨ ਸੀ ਜਿੱਤਣ ਦੇਣਾ ਚਾਹੁੰਦਾ, ਇਸ ਕਰਕੇ ਇਹਦੇ 'ਚ ਕੋਈ ਦੋਰਾਵਾਂ ਨਹੀਂ ਹੈ। ਸੋ ਉਹ ਤਾਂ ਪਲੈਨਡ ਗੇਮ ਸੀ, ਖੈਰ ਲੋਕ ਮੰਨਦੇ ਨਹੀਂ, ਬਾਅਦ 'ਚ ਪਤਾ ਲੱਗਦਾ। ਖੈਰ, ਰਾਜਨੀਤੀ 'ਚ ਸਹਿਣਸ਼ੀਲਤਾ ਕਹਿੰਦੇ ਬਹੁਤ ਜ਼ਰੂਰੀ ਹੈ, ਸਾਰਿਆਂ ਲਈ ਸਹਿਣਸ਼ੀਲਤਾ ਬਹੁਤ ਜ਼ਰੂਰੀ ਹੈ ਜੀ। ਸਹਿਣਸ਼ੀਲਤਾ ਸਭ ਤੋਂ ਵੱਡਾ ਧਰਮ ਹੁੰਦਾ, ਬਾਈ ਜੀ ਹੋਰਾਂ ਨੇ ਲਿਖਿਆ, ਕਿਉਂਕਿ ਟੋਲਰੈਂਸ ਹਰ ਚੀਜ਼ ਨੂੰ ਖਤਮ ਕਰਦੀ ਹੈ। ਟੋਲਰੈਂਸ ਹੋਣੀ ਬਹੁਤ ਜ਼ਰੂਰੀ ਹੈ, ਭਾਵੇਂ ਉਹ ਪੱਤਰਕਾਰ ਹੈ, ਭਾਵੇਂ ਸਾਹਿਤਕਾਰ ਹੈ, ਭਾਵੇਂ ਆਮ ਇਨਸਾਨ ਹੈ। ਸੋ ਟੋਲਰੈਂਸ ਸਭ ਤੋਂ ਵੱਡਾ ਹਥਿਆਰ ਹੈ। ਮਾਨ ਖਹਿਰਾ ਤੋਂ ਡਰਦਾ ਕਿਉਂ ਹੈ, ਇਹ ਤਾਂ ਜੀ ਉਹ ਦੱਸ ਸਕਦੇ ਰਾਮਪਾਲ ਸਾਹਿਬ। ਹਰਦੀਪ ਖਹਿਰਾ, ਬਹੁਤ ਸਾਰੇ ਕਮੈਂਟ ਆਏ ਨੇ, ਸਾਰਿਆਂ ਸੱਜਣਾਂ ਦਾ ਧੰਨਵਾਦ। ਸੋ ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਤੋਂ ਆਗਿਆ ਚਾਹਾਂਗਾ। ਭਾਰਤੀ ਸਮਾਂ ਅੱਜ ਰਾਤੀ 8:30 ਤੋਂ ਲੈ ਕੇ 9:30 ਤੱਕ ਪ੍ਰੋਗਰਾਮ ਹੁੰਦਾ ਆਪਣਾ ਰੋਜ਼ਾਨਾ ਦਾ ਗਲੋਬਲ ਗੱਲਬਾਤ, ਉਹਦੇ ਵਿੱਚ ਵੀ ਘੰਟਾ ਤੁਹਾਡੇ ਨਾਲ ਇਹਨਾਂ ਮੁੱਦਿਆਂ 'ਤੇ ਗੱਲਬਾਤ ਕਰਾਂਗੇ। ਆਪ ਦਾ ਸਵਾਗਤ, ਤੁਹਾਡੇ ਵਿਚਾਰ ਮੈਂ ਨਹੀਂ ਪੜ੍ਹ ਸਕਿਆ ਇਸ ਦੀ ਮਾਫ਼ੀ, ਪਰ ਪ੍ਰੋਗਰਾਮ ਆਫ ਹੋਣ ਤੋਂ ਬਾਅਦ ਜ਼ਰੂਰ ਪੜ੍ਹਾਂਗਾ। ਇਸ ਪ੍ਰੋਗਰਾਮ ਦਾ ਰਿਪੀਟ ਤੁਸੀਂ ਸਾਡੇ ਯੂਟਿਊਬ ਚੈਨਲ ਗਲੋਬਲ ਪੰਜਾਬ 'ਤੇ ਜਾ ਕੇ ਕਦੇ ਵੀ ਸੁਣ ਸਕਦੇ ਹੋ। ਆਪ ਜੀ ਦਾ ਸਵਾਗਤ, ਧੰਨਵਾਦ। ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਤੋਂ ਆਗਿਆ ਚਾਹੁੰਦਾ, ਧੰਨਵਾਦ, ਸਤਿ ਸ਼੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ, ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ, ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।